If Baba Sohna Singh Ji was here today, right, he would have been very sad. Do you know why? If you look at Babaji's akhir, jara antam ardas hundi hai na, the whole procession of taking Babaji from Ipoh to Malacca here, I don't know if you realize, there's one thing that surprised me to the max. Saryan de sir upar dastar hunda si. It's so rare for you to find a monna, a person who has actually cut his hair. ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੇਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤੁਸੀਂ ਸਾਰੇ ਬੜੇ ਹੀ ਪ੍ਰੇਮ ਦੇ ਨਾਲ ਕੀਰਤਨ ਸਰਵਣ ਕਰ ਰਹੇ ਹੋ ਕਰ ਰਹੇ ਸੀ ਤੇ ਇਸ ਵੇਲੇ ਸਾਧ ਸੰਗਤ ਜੀ ਕੁਝ ਕੁ ਬਾਬਾ ਜੀ ਦੇ ਆਪਣੀ ਜ਼ਿੰਦਗੀ ਵਿੱਚੋਂ ਉਹਨਾਂ ਨੇ ਜਿਹੜੇ ਕਰਮ ਕੀਤੇ ਹਨ ਉਹਨਾਂ ਦੇ ਬਾਰੇ ਅਸੀਂ ਸਾਂਝੀ ਕਰੀਏ। ਸੋ ਵਿਚਾਰ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਆਓ, ਸਾਰਿਆਂ ਨੇ ਗੱਜ ਵੱਜ ਕੇ ਫਤਿਹ ਬੁਲਾਉਣੀ, ਸਾਰਿਆਂ ਨੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਸੋ ਪਿਆਰੀ ਸਾਧ ਸੰਗਤ ਜੀ, ਬਾਬਾ ਸੋਹਣ ਸਿੰਘ ਜੀ ਜਿਹੜੇ ਸਨ ਬੜੇ ਹੀ ਪਿਆਰ ਦੇ ਨਾਲ ਸੰਗਤ ਜਿਹੜੇ ਮਲਾਕੇ ਦੇ ਵਿੱਚ ਅਤੇ ਮਲੇਸ਼ੀਆ ਅਤੇ ਸਿੰਗਾਪੁਰ ਦੀ ਜਿਹੜੀ ਸੰਗਤ ਆ, ਇਹ ਬਾਬਾ ਜੀ ਨੂੰ ਉਹਨਾਂ ਨੇ ਸੰਤ ਦੀ ਪਦਵੀ ਦਿੱਤੀ ਸੀ। ਨਾਓ ਦ ਪਦਵੀ ਆਫ ਸੰਤ ਇਨ ਅਵਰ ਹੋਲ ਹਿਸਟਰੀ ਆਫ ਦ ਸਿੱਖ ਪੰਥ ਕੇਵਲ ਅਤੇ ਕੇਵਲ ਇੱਕ ਜਣੇ ਨੂੰ ਮਿਲਿਆ ਸੀ ਅਕਾਲ ਤਖ਼ਤ ਤੋਂ, ਅਤੇ ਉਹਨਾਂ ਦਾ ਨਾਂ ਕੌਣ ਸੀ? ਸੰਤ ਅਤਰ ਸਿੰਘ ਜੀ ਮਸਤੁਆਣੇ ਵਾਲੇ। ਅਤੇ ਆਮ ਕਰਕੇ ਸਾਧ ਸੰਗਤ ਜੀ ਸਾਡੇ ਪੰਥ ਵਿੱਚ ਇਨ ਅਵਰ ਪੰਥ ਜਾਂ ਤਾਂ ਅਕਾਲ ਤਖ਼ਤ ਇਹ ਪਦਵੀ ਦੇ ਸਕਦੇ ਹਨ ਜਾਂ ਤਾਂ ਕਰਮ ਦੇ ਕਰਕੇ
based on the action of that individual. ਉਹਨਾਂ ਨੂੰ ਫਿਰ ਸੰਗਤ ਜਿਹੜੀ ਹੈ ਉਹ ਪਦਵੀ ਫਿਰ ਕਿਸੇ ਨੂੰ ਦੇ ਹਨ. ਸੋ ਦ ਪਦਵੀ ਆਫ ਸੰਤ ਟੂ ਬਾਬਾ ਸੋਹਣ ਸਿੰਘ ਜੀ ਵਾਜ਼ ਗਿਵਨ ਬਟ ਬਿਕੋਜ਼ ਆਫ ਹਿਸ ਨੇਚਰ ਐਸ ਅ ਸੇਂਟ. ਪਰ ਸ਼ਾਹ ਸਿੰਘ ਜੀ ਇਟਸ ਵੈਰੀ ਇੰਪੋਰਟੈਂਟ ਫੋਰ ਅਸ, ਸਾਨੂੰ ਬਹੁਤ ਇਹ ਜ਼ਰੂਰੀ ਜਾਣਨਾ ਚਾਹੀਦਾ ਵਾ ਕਿ ਇਹ ਸਾਰਾ ਕੁਝ ਕਿੱਥੋਂ ਸ਼ੁਰੂ ਹੋਇਆ, ਹਾਊ ਡਿਡ ਐਵਰੀਥਿੰਗ ਸਟਾਰਟ. ਜਿਹੜੇ ਸੰਤ ਅਤਰ ਸਿੰਘ ਜੀ ਮਸਤਵਾਣੇ ਵਾਲੇ ਆ ਨਾ, ਹੀ ਵਾਸ ਅ ਵੈਰੀ ਵੈਰੀ ਇੰਪੋਰਟੈਂਟ ਪਰਸਨ ਇਨ ਆਵਰ ਸਿੱਖ ਪੰਥ. ਵਾਈ? ਇਨ ਦ 1900s, ਬਿਗਿਨਿੰਗ ਆਫ 1900s ਅੰਟਰ ਦ 1930s, ਇੰਡੀਆ ਦੇ ਵਿੱਚ ਬ੍ਰਿਟਿਸ਼ ਦਾ ਰਾਜ ਸੀ. ਉਹਨਾਂ ਦਾ ਰਾਜ ਖਤਮ ਹੋਇਆ ਅੰਟਲ 1940 ਸਮਥਿੰਗ, ਹੈ ਨਾ. ਉਹ ਤੋਂ ਬਾਅਦ ਫਿਰ ਇਹ ਚਲ ਗਏ ਸੀ ਬਾਹਰ ਇੰਡੀਆ ਤੋਂ. ਪਰ ਇਹ ਜਿਹੜਾ ਪੀਰੀਅਡ ਹੈ ਨਾ, ਦਿਸ ਪੀਰੀਅਡ, ਵਾਈ ਵਾਜ਼ ਇਟ ਸੋ ਕਰੂਸ਼ਲ ਫੋਰ ਬਾਬਾ ਅਤਰ ਸਿੰਘ ਜੀ, ਸੰਤ ਅਤਰ ਸਿੰਘ ਜੀ ਟੂ ਬੀ ਇਨ ਪੰਜਾਬ? ਕਿਉਂਕਿ ਜਿਹੜਾ ਬ੍ਰਿਟਿਸ਼ ਸੀ ਹੈ ਨਾ, ਦ ਬ੍ਰਿਟਿਸ਼ ਪੀਪਲ, ਦੇ ਵਰ ਟਰਾਇੰਗ ਟੂ ਕਨਵਰਟ ਮਜੋਰਟੀ ਆਫ ਦ ਸਿੱਖਸ ਇਨ ਪੰਜਾਬ. ਨਾਉ ਮਾਈਂਡ ਯੂ, ਪੰਜਾਬ ਵਾਜ਼ ਦ ਲਾਸਟ ਸਟੇਟ ਟੂ ਬੀ ਐਂਟਰਡ ਬਾਏ ਬ੍ਰਿਟਿਸ਼, ਟੂ ਬੀ ਅਨੈਕਸਡ ਬਾਏ ਬ੍ਰਿਟਿਸ਼. ਦੇ ਵੈਨ ਐਵਰੀਵੇਅਰ, ਸਾਊਥ ਤੋਂ ਚਲ ਗਏ ਸੀ ਕਲਕੱਤਾ ਹੁਣ ਵਗੈਰਾ, ਦੇ ਵੈਨ ਇਨ ਟੂ ਆਲ ਦੀ ਸਟੇਟਸ, ਬਟ ਇਟ ਵਾਜ਼ ਪੰਜਾਬ ਵਾਜ਼ ਦ ਲਾਸਟ ਵਨ ਦੇ ਵਨ ਇਨ ਟੂ. ਨਾਓ ਐਟ ਦੈਟ ਪੁਆਇੰਟ ਆਫ ਟਾਈਮ ਨਾ, ਸਾਧ ਸੰਗਤ ਜੀ, ਇਫ ਯੂ ਗੋ ਐਂਡ ਓਪਨ ਯੋਰ ਗੂਗਲ ਨਾਓ ਐਂਡ ਇਨ ਸਰਚ, ਯੂ ਵਿਲ ਫਾਈਂਡ ਅ ਚਰਚ ਬਿਲਟ ਇਨ ਦ ਪ੍ਰਕਰਮਾ ਆਫ ਹਰਿਮੰਦਰ ਸਾਹਿਬ. ਯੋ ਕੈਨ ਗੋ ਐਂਡ ਸਰਚ. ਇਹਨਾਂ ਦਾ ਚਲਾਕੀਆਂ ਇਤਨਾ ਸੀ ਕਿ ਸਿੱਖਾਂ ਨੂੰ ਅਸੀਂ ਗੁੰਮਰਾਹ ਕਰਕੇ ਉਹਨਾਂ ਨੂੰ ਇਧਰਲੇ ਪਾਸੇ ਲੈ ਕੇ ਜਾਈਏ. ਤੇ ਬਾਬਾ ਅਤਰ ਸਿੰਘ ਜਿਹੜੇ ਹਨ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਸੰਤ ਸਨ. ਇੱਕ ਵਾਰੀ ਬਾਬਾ ਜੀ ਨੇ ਬੋਨਾ ਪੱਕੇ ਪਾਈ, ਸਾਧ ਸੰਗਤ ਜੀ ਅੰਮ੍ਰਿਤ ਛਕੋ, ਇੱਕ ਨਹੀਂ, ਦੋ ਨਹੀਂ, ਸੌ ਨਹੀਂ, ਹਜ਼ਾਰਾਂ ਦੇ ਵਿੱਚ ਗਿਣਤੀ ਸਿੱਖ ਸੰਗਤ ਜਿਹੜੇ ਹਨ ਤਿਆਰ ਹੋ ਜਾਂਦੇ ਅੰਮ੍ਰਿਤ ਛਕਣ ਲਈ. ਤੇ ਸੰਤਾਂ ਨੇ ਸਾਧ ਸੰਗਤ ਜੀ ਬਹੁਤ ਤਪ ਕੀਤਾ, ਦੇ ਡਿਡ ਅ ਲੋਟ ਆਫ ਮੈਡੀਟੇਸ਼ਨ. ਤੇ ਉਹਨਾਂ ਦਾ ਮੈਡੀਟੇਸ਼ਨ ਸਾਧ ਸੰਗਤ ਜੀ ਪ੍ਰਫੁੱਲਿਤ ਕਦੋਂ ਹੋਇਆ? ਜਦੋਂ ਉਹ ਗਏ ਸੀ ਹਜ਼ੂਰ ਸਾਹਿਬ. ਨਾਓ ਵਾਈ ਐਮ ਆਈ ਸ਼ੇਅਰਿੰਗ ਯੂ ਦਿਸ ਸਾਖੀ, ਇਟਸ ਬਿਕੋਜ਼ ਬਾਬਾ ਸੋਹਣ ਸਿੰਘ ਜਿਹੜੇ ਹਨ ਨਾ, ਜਦੋਂ ਛੋਟੀ ਉਮਰ ਦੇ ਵਿੱਚ ਸੀ ਪੰਜਾਬ ਦੇ ਵਿੱਚ, ਉਹਨਾਂ ਦੇ ਜਿਹੜੇ ਪਿਤਾ ਜੀ ਸਨ ਭਾਈ ਪੰਜਾਬ ਸਿੰਘ, ਦੇ ਐਕਚੁਲੀ ਟੁੱਕ ਬਾਬਾ ਅਤਰ, ਬਾਬਾ ਸੋਹਣ ਸਿੰਘ ਜੀ ਟੂ ਗੋ ਐਂਡ ਮੀਟ ਬਾਬਾ ਅਤਰ ਸਿੰਘ ਜੀ. ਅਤੇ ਉਹਨਾਂ ਦਾ ਪਹਿਲੀ ਵਾਰ ਉੱਥੇ ਮਿਲਾਪ ਹੋਇਆ, ਫਸਟ ਟਾਈਮ ਦੇ ਐਕਚੁਲੀ ਮੈਟ ਈਚ ਅਦਰ. ਅਤੇ ਮਿਲਦੇ ਸਾਰ ਉਹਨਾਂ ਨੇ ਪੁੱਛਿਆ ਸੀ ਬਾਬਾ ਅਤਰ ਸਿੰਘ ਨੇ, ਬਾਬੇ ਸੋਹਣ ਸਿੰਘ ਉਸ ਟਾਈਮ 'ਤੇ ਕਾਕਾ ਸੋਹਣ ਸਿੰਘ ਸੀ, ਉਹਨਾਂ ਨੂੰ ਪੁੱਛਿਆ ਕਿ ਸੋਹਣ ਸਿਆਂ ਸਾਨੂੰ ਦੱਸੋ ਤੂੰ ਕਿੰਨਾ ਕੁ ਪੜ੍ਹਿਆ ਵਾ, ਹਾਊ ਮਚ ਹੈਵ ਯੂ ਸਟੱਡਿਡ? ਅਤੇ ਉਸ ਟਾਈਮ 'ਤੇ ਨਾ ਸਾਧ ਸਿੰਘ ਜੀ, ਬਾਬਾ ਜੀ ਦੀ ਜਿਹੜੀ ਉਮਰ ਦੇ ਹਿਸਾਬ ਨਾਲ ਨਾ, ਬਾਬਾ ਜੀ ਨੂੰ ਅਖੰਡ ਪਾਠ ਦੇ ਪਾਠਾਂ ਉਹ ਕਰ ਲੈਂਦੇ ਸਨ, ਬਾਬਾ ਜੀ ਅਖੰਡ ਪਾਠ. ਬਸ ਬਹੁਤ ਚਾਅ ਦੇ ਨਾਲ ਉਹ ਕਹਿੰਦੇ ਹਨ, ਹਾਂਜੀ ਸੰਤ ਜੀ, ਅਸੀਂ ਅਖੰਡ ਪਾਠ ਵਿੱਚ ਰੋਲ ਲਾ ਲੈਂਦੇ ਹਨ. ਖੁਸ਼ੀ ਦੇ ਵਿੱਚ ਨਾ ਸੰਤ ਅਤਰ ਸਿੰਘ ਉਹਨਾਂ ਨੂੰ ਬਖਸ਼ਿਸ਼ ਦਿੱਤੇ ਹਨ. ਬਾਬਾ ਜੀ ਗੇਵ ਦ ਬਖਸ਼ਿਸ਼ ਟੂ ਕਾਕਾ ਸੋਹਣ ਸਿੰਘ, ਕਿ ਸੋਹਣ ਸਿਆਂ ਫਿਕਰ ਨਾ ਕਰ, ਡੋਂਟ ਵਰੀ, ਯੂ ਵਿਲ ਐਕਚੁਲੀ ਗਰੋ ਸੋ ਫਾਰ, ਯੂ ਵਿਲ ਐਕਚੁਲੀ ਮੇਕ ਆਲ ਦ ਸੰਗਤ ਵੇਅਰ ਐਵਰ ਯੂ ਗੋ ਬੀ ਕਲੋਜ਼ ਟੂ ਦ ਗੁਰੂ. ਉਹ ਬਖਸ਼ਿਸ਼ ਦੇ ਕਰਕੇ ਸਾਧ ਸੰਗਤ ਜੀ, ਉਹ ਇੱਕ ਬਖਸ਼ਿਸ਼ ਸੀ,
ਸੈਕਿੰਡ ਪਰਸਨ ਵੈਰੀ ਇੰਪੋਰਟੈਂਟ ਟੂ ਨੋ, ਸੰਤ ਹਰੀ ਸਿੰਘ ਜਿਉਣ ਵਾਲੀ, ਜਿਉਣ ਸਿੱਖ ਸਿੰਘ ਵਾਲੀ, ਉਹ ਇੱਕ ਪਿੰਡ ਆ ਅਤੇ ਉੱਥੇ ਬਾਬਾ ਸੋਹਣ ਸਿੰਘ ਜੀ ਉਹਨਾਂ ਦਾ ਰਹਿੰਦੇ ਹਨ। ਵੈਨ ਬਾਬਾ ਜੀ ਯੂਸ ਟੂ ਗੋ ਟੂ ਸੰਤ ਹਰੀ ਸਿੰਘ ਜੀ, ਯੂਸ ਟੂ ਬੀ ਸੋ ਮੈਸਮਰਾਈਜ਼। ਇੱਕ ਜਿਹੜਾ ਸੰਤ ਆ ਨਾ, ਇਹ ਅੱਠ ਅੱਠ ਘੰਟੇ ਬਹਿ ਕੇ ਸਿਮਰਨ ਕਰਨ ਦਾ ਹੁੰਦਾ ਸੀ। ਬਾਬਾ ਸੋਹਣ ਸਿੰਘ ਨੇ ਵੇਖਣਾ ਕਿ ਵਾਹ, ਵਾਈ ਡਸ ਦਿਸ ਪਰਸਨ ਗੋ ਇਨ ਟੂ ਡੀਪ ਮੈਡੀਟੇਸ਼ਨ, ਸਮਾਧੀ 'ਚ ਲੱਗ ਬਹਿ ਜਾਂਦੇ ਸਨ। ਅਤੇ ਉੱਥੇ ਉਹਨਾਂ ਦਾ ਪਿਆਰ ਹੋ ਗਿਆ ਸੀ ਸੰਤ ਹਰੀ ਸਿੰਘ ਦੇ ਨਾਲ। ਨਾਓ ਸਾਧ ਸੰਗਤ ਜੀ, ਇਟਸ ਇੰਪੋਰਟੈਂਟ ਟੂ ਨੋ ਵਨ ਥਿੰਗ, ਇਨ ਆਰਡਰ ਫਾਰ ਯੂ ਟੂ ਲਾਈਟ ਦੀਵਾ ਜਿਹੜਾ ਨਾ, ਇਨ ਆਰਡਰ ਫਾਰ ਯੂ ਟੂ ਲਾਈਟ ਅ ਦੀਵਾ, ਯੂ ਫਸਟ ਯੂ ਹੈਵ ਟੂ ਹੈਵ ਦਾ ਲਾਈਟ। ਇਫ ਯੂ ਆਰ ਨੋਟ ਲਾਈਟਡ ਅਪ, ਯੂ ਕੈਨੋਟ ਗੋ ਐਂਡ ਲਾਈਟ ਸਮਬਡੀ ਐਲਸ। ਦੈਟਸ ਵਾਟ ਸੰਤ ਹਰੀ ਸਿੰਘ ਜੀ ਐਂਡ ਸੰਤ ਅਤਰ ਸਿੰਘ ਜੀ ਹੈਜ਼ ਡਨ ਫੋਰ ਬਾਬਾ ਸੋਹਣ ਸਿੰਘ ਜੀ। ਉਹ ਬਖਸ਼ਿਸ਼ ਦੇ ਨਾਲ ਸਾਧ ਸੰਗਤ ਜੀ, ਬਾਬਾ ਸੋਹਣ ਸਿੰਘ ਜੀ 1927 ਦੇ ਵਿੱਚ ਇੱਥੇ ਮਿਲਾਏ ਆਏ ਸੀ, ਅਤੇ ਉਸ ਟਾਈਮ 'ਤੇ ਫਿਰ ਗ੍ਰੰਥੀ ਸੇਵਾ ਉਹਨਾਂ ਨੇ ਕੀਤੀ। ਨਾਓ ਇੰਟਰਸਟਿੰਗ ਇਨਾਫ, ਇਫ ਵੀ ਲੁੱਕ ਇਨ ਆਵਰ ਪੰਥ, ਬਹੁਤ ਇਹ ਚਰਚਾ ਹੁੰਦੀ ਆ ਕਿ ਸੰਤ ਵੈਸੇ ਹੈਗੇ ਨੇ, ਆਰ ਦੇ ਐਕਚੁਅਲੀ ਸੇਂਟਸ ਇਨ ਦਿਸ ਵਰਲਡ, ਡੂ ਵੀ ਬਿਲੀਵ ਇਨ ਸੇਂਟਸ ਐਕਚੁਅਲੀ। ਜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹ ਕੇ ਵੇਖ ਲਿਓ ਨਾ, ਬਹੁਤ ਥਾਵਾਂ 'ਤੇ ਆਉਂਦਾ ਕਿ ਸਤਿਗੁਰੂ ਕਹਿੰਦੇ ਹਨ ਕਿ ਸੰਤ ਜਿਹੜੇ ਹਨ ਇਹ ਰੱਬ ਵਰਗੇ ਹੀ ਆ, ਇਹ ਰੱਬ ਹੀ ਆ ਵੈਸੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ। ਇਹ ਜਿਹੜੇ ਵਾਹਿਗੁਰੂ ਦੇ ਜਿਹੜੇ ਹਰਜਨ ਹਨ ਨਾ, ਜਿਹੜੇ ਸੇਵਾਦਾਰ ਹਨ, ਦ ਸੇਵਕਸ ਆਫ ਵਾਹਿਗੁਰੂ ਜੀ, ਦੇ ਆ ਨੋ ਡਿਫਰੈਂਸ ਬਿਟਵੀਨ ਗੋਡ ਐਂਡ ਦੈਮ, ਦੇ ਆ ਵਨ। ਨਾ ਜੇ ਅਸੀਂ ਪੜ੍ਹ ਕੇ ਵੇਖ ਲਈਏ ਨਾ, ਰਹਿਰਾਸ ਸਾਹਿਬ ਵਿੱਚ ਇਹ ਪੰਕਤੀ ਆਉਂਦੀ ਹੈ, ਹਰ ਹਰ ਜਨ ਦੁਏ ਏਕ ਹੈ, ਬਿਬ ਵਿਚਾਰ ਕਛਨਾਈ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਕੇ ਸਮਾਏ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਗਜ਼ਾਮਪਲ ਦਿੰਦੇ ਹਨ। ਵਟ ਇਜ਼ ਦ ਐਗਜ਼ਾਮਪਲ? ਨਾ ਇਫ ਯੂ ਗੋ ਟੂ ਅ ਸੀ, ਯੂ ਸੀ ਵੇਵਸ, ਦੇ ਵਿਕ, ਦੇ ਰਾਈਜ਼ ਫਰੋਮ ਦ ਸੀ ਐਂਡ ਦੈਨ ਦੇ ਗੋ ਬੈਕ ਇਨ ਟੂ ਦ ਸੀ। ਮਹਾਰਾਜ ਜੀ ਦੱਸਦੇ ਹਨ ਕਿ ਹਰ ਹਰ ਜਨ ਦੁਏ ਏਕ ਹੈ, ਹਰ ਹਰ ਜਨ ਵਾਹਿਗੁਰੂ ਤੇ ਜਿਹੜੇ ਹਰੀ ਜਨ ਹਨ ਨਾ, ਦੁਏ ਏਕ ਹੈ, ਇਹ ਇੱਕ ਆ। ਬਿਬ ਵਿਚਾਰ ਕਛਨਾ, ਇਹਦੇ ਵਿੱਚ ਤੁਸੀਂ ਆਰਗਿਊ ਨਾ ਕਰੋ। ਕਿਉਂ? ਜਲ ਤੇ ਉਪਜੇ ਤਰੰਗ ਜੀ, ਜਿਵੇਂ ਤਰੰਗ ਨਾ ਉੱਠਦਾ ਆ, ਜਲ ਤੇ ਉਪਜੇ ਤਰੰਗ ਜੀਓ, ਫਿਰ ਜਲ ਹੀ ਬਿਖੇ ਸਮਾਏ, ਉਹ ਜਲ ਵਿੱਚ ਜਾ ਕੇ ਸਮਾ ਜਾਂਦਾ। ਨਾ ਗਿਵ ਯੂ ਅਨਦਰ ਐਗਜ਼ਾਮਪਲ, ਤੁਸੀਂ ਇੱਕ ਕੱਪ ਦਾ ਪਾਣੀ ਭਰ ਕੇ ਭਰ ਲਿਓ, ਟੇਕ ਵਾਟਰ ਹੈ ਨਾ, ਇਨ ਅ ਕੱਪ ਆਫ ਇਨ ਅ ਕੱਪ ਐਂਡ ਯੂ ਟੇਕ ਦੈਟ ਕੱਪ and you throw it into the sea, can you differentiate and say this is the water I put in the cup? No, right? Rabb te rabb de jere pyare itna hi aa, sant ve itna hi aa. Te sawal itthe vi aunda va, koi kai bahut jane puchde aa, kai jane ne bahut jyada puchde aa ke vaise can you become a sant? Can? As long as we have got this reed, this human body, we can make the effort to become a saint, to become one with Vaheguru. Now Rehra Sahib de vich eh vi paath honda va, jin sevya mera har ji te har har roop samasi.
ਆਮ ਕਰਕੇ ਨਾ ਸਾਧ ਸੰਗਤ ਜੀ, ਜੇ ਤੁਸੀਂ ਸੰਤ ਅਤਰ ਸਿੰਘ ਦੇ ਤੁਸੀਂ ਹਿਸਟਰੀ ਭਰ ਕੇ ਵੇਖ ਲਿਓ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਬਾਬਾ ਸੋਹਣ ਸਿੰਘ ਨੇ ਤੁਸੀਂ ਪੜ੍ਹ ਕੇ ਵੇਖ ਲਿਓ, ਸੇਮ ਉਹਨਾਂ ਦੀ ਜ਼ਿੰਦਗੀ ਵਿੱਚ ਇਨ ਦਿਆ ਹੋਲ ਲਾਈਫ ਦੈਟ ਵਨ ਥਿੰਗ ਦੇ ਐਕਚੁਲੀ ਡੂ ਇਜ਼ ਸੇਵਾ। ਉਹਨਾਂ ਨੇ ਰੱਜ ਰੱਜ ਕੇ ਸੇਵਾ ਕੀਤੀ, ਰੱਜ ਰੱਜ ਕੇ। ਪਰ ਸੇਵਾ ਕਰਨ ਦੇ ਵਿੱਚ ਅੰਤਰ ਬਹੁਤ ਹੈ ਸਾਧ ਸੰਗਤ ਜੀ। ਇੱਕ ਸੇਵਾ ਤਾਂ ਆਮ ਕਰਕੇ ਅਸੀਂ ਵੀ ਕਰਦੇ ਆ, ਹੈ ਨਾ, ਲੰਗਰ ਦੀ ਸੇਵਾ ਅਸੀਂ ਵਰਤਾਉਂਦੇ ਆ, ਵੀ ਡੂ ਆਲ ਦਿਸ ਕਾਈਂਡ ਆਫ ਸੇਵਾ। ਬਟ ਵਾਟ ਇਜ਼ ਦ ਡਿਫਰੈਂਸ ਬਿਟਵੀਨ ਅ ਸੰਤ ਡੂਇੰਗ ਅ ਸੇਵਾ ਐਂਡ ਅ ਪਰਸਨ ਹੂ ਡਸ ਨੋਟ ਹੈਵ ਦੈਟ ਅੰਡਰਸਟੈਂਡਿੰਗ ਦ ਗਿਆਨ? ਆਪਣੇ ਆਪ ਨੂੰ ਅਸੀਂ ਪੁੱਛ ਕੇ ਵੇਖ ਲਈਏ, ਆਸ ਅਵਰ ਸੈਲਫ ਦਿਸ ਕੁਐਸਚਨ, ਵੈਨ ਵੀ ਸਰਵ ਲੰਗਰ, ਡੂ ਵੀ ਸੀ ਦ ਪਰਸਨ ਹੂ ਇਜ਼ ਕਮਿੰਗ ਟੂ ਟੇਕ ਲੰਗਰ, ਕਿ ਇਹ ਗੁਰੂ ਨਾਨਕ ਦਾ ਰੂਪ ਆ, ਕਿ ਇਹ ਵਾਹਿਗੁਰੂ ਦਾ ਰੂਪ ਆ? ਵੈਨ ਵੀ ਡੂਇੰਗ ਜੋੜਿਆਂ ਦੀ ਸੇਵਾ, ਡੂ ਵੀ ਐਕਚੁਲੀ ਸੇ ਇਹ ਗੁਰੂ ਨਾਨਕ ਦੇ ਜੋੜੇ ਹਨ, ਇਹ ਕਲਗੀਧਰ ਸੱਚੇ ਪਾਤਸ਼ਾਹ ਦੇ ਜੋੜੇ ਹਨ? ਅੰਤਰ ਕੀ ਆ? ਵਾਟ ਇਜ਼ ਦ ਡਿਫਰੈਂਸ? ਭਾਵਨਾ। I put you all these questions as well. ਅਸੀਂ ਭੱਜ ਭੱਜ ਕੇ ਹਰਿਮੰਦਰ ਸਾਹਿਬ ਜਾਂਦੇ ਨਹੀਂ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਸੇਮ ਆ, ਪਰ ਅੰਤਰ ਕੀ ਆ? ਵਾਟ ਇਜ਼ ਦ ਡਿਫਰੈਂਸ? ਭਾਵਨਾ। ਇਟਸ ਬਿਕੋਸ ਆਫ ਫੇਥ ਵੀ ਹੈਵ ਅ ਲੋਟ ਆਫ ਪੀਪਲ ਕਮਿੰਗ ਹੇਅਰ ਟੂ ਮਲਾਕਾ, ਬਿਕੋਜ਼ ਦੇ ਹੈਵ ਦ ਫੇਥ, ਦੇ ਹੈਵ ਦੈਟ ਟਰੱਸਟ ਦੈਟ ਬਾਬਾ ਸੋਹਣ ਸਿੰਘ ਜੀ ਕੈਨ ਡੂ ਸਮਥਿੰਗ ਫੋਰ ਮੀ। Now, if you think about it, ਸੰਤ ਅਤੇ ਰੱਬ ਜਿਹੜਾ ਵਾ, ਇਹਨਾਂ ਦੇ ਕੋਈ ਫਰਕ ਨਹੀਂ ਆ। ਪਰ ਆਮ ਕਰਕੇ ਸਾਧ ਸੰਗਤ ਜੀ, ਇਨ ਆਵਰ ਸੁਸਾਇਟੀ, ਪੰਥ ਦੇ ਵਿੱਚ ਇਹ ਪੰਗਾ ਬਹੁਤ ਪੈ ਗਿਆ ਵਾ। ਕਾਹਦਾ ਪੰਗਾ? ਜਿਹੜਾ ਵੀ ਆਉਂਦਾ, ਹਾਂਜੀ ਇਹ ਫਲਾਣਾ ਸੰਤ, ਜਿਹੜਾ ਵੀ ਆ ਗਿਆ, ਹਾਂ ਇਹ ਫਲਾਣਾ ਬਾਬਾ। ਜਿਹੜੇ ਵੀਰ ਕਹਿੰਦੇ ਨਾ ਇਸ ਤਰ੍ਹਾਂ ਦੇ ਕਰਦੇ ਆ, ਕਹਿੰਦੇ ਕਿ ਇਹ ਫਲਾਣਾ ਬਾਬਾ ਆ ਗਿਆ, ਟਿਮਕਾ ਬਾਬਾ ਆ ਗਿਆ, ਉਹ ਗਲਤ ਵੀ ਨਹੀਂ ਆ, ਦੇ ਆਰ ਨੋਟ ਰੋਂਗ। ਵਾਏ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨਹੀਂ ਆ। ਜਗ ਮੈਂ ਉੱਤਮ ਕਾਢਿਆ ਵਿਰਲੇ ਕਹੀ ਕੇ, ਬਿਕੋਜ ਇਨ ਦਿਸ ਵਰਲਡ ਹਾਊ ਮਨੀ ਆਫ ਅਸ ਕੈਨ ਬਿਕਮ ਐਸਟ੍ਰੋਨੋਟਸ, ਬਿਕੋਜ ਇਟਸ ਅ ਸਕਿੱਲ। ਸੰਤ ਬਣਨਾ ਵੀ ਹੈ ਨਾ, ਇਹ ਕਿਰਪਾ ਆ, ਇਹ ਤੇ ਕਿਰਪਾ ਜਿਹੜੀ ਆ ਸਾਧ ਸੰਗਤ ਜੀ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਤਿਸ ਹੈ ਥੋਰੀ ਤਿਸ ਹੈ ਕਨੇਰੀ। ਕਈਆਂ ਦੇ ਉੱਪਰ ਨਦਰ ਥੋੜੀ ਆ, ਕਈਆਂ ਦੇ ਉੱਪਰ ਨਦਰ ਜ਼ਿਆਦੀ ਆ। ਜਿਨ੍ਹਾਂ ਦੇ ਉੱਪਰ ਨਦਰ ਜ਼ਿਆਦੀ ਆ ਸਾਧ ਸੰਗਤ ਜੀ, ਫਿਰ ਉਹ ਸੰਤ ਬਣ ਜਾਂਦੇ ਹਨ। ਇੱਥੇ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਦੇ ਵਿੱਚ, ਭਾਈ ਗੁਰਦਾਸ ਜੀ ਸ਼ੈਰ ਇਨ ਇਸ ਵਾਰ, ਹਾਊ ਡੂ ਯੂ ਡਿਫਰੈਂਸ਼ੀਏਟ ਅ ਪਰਸਨ ਹੂ ਇਜ਼ ਹੋਲੀ ਐਂਡ ਅਨਹੋਲੀ, ਸਾਧ ਅਸਾਧ ਦੀ ਜਿਹੜੀ ਪ੍ਰੀਖਿਆ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਗੁੱਛਾ ਹੋਏ ਤ੍ਰਿਕਾਣੂਆ ਕਿਉਂ ਬੁੜੀਏ ਦੱਖ ਹੈ। ਗੁੱਛਾ ਜਿਹੜਾ ਵਾ ਸਭ ਤੋਂ ਇਕੜ, ਸਭ ਤੋਂ ਇਕੜ ਆਫ ਤ੍ਰਿਕਾਣੂਆ। ਤ੍ਰਿਕਾਣੂਆ ਕੀ ਹੁੰਦਾ ਸਾਧ ਸਿੰਘ ਜੀ? ਇਟਸ ਕਾਲਡ ਅ ਬੀ ਤ੍ਰੀ। ਦਿਸ ਤ੍ਰੀ ਇਜ਼ ਐਕਚੁਲੀ ਵਟ ਦ ਇਕੜ ਆਫ ਦੈਟ ਤ੍ਰੀ, ਰਾਈਟ? ਇਟ ਮੇ ਲੁੱਕ ਲਾਈਕ ਵਟ ਯੂ ਕਾਲ ਇਟਸ ਫਰੂਟ, ਇਟ ਲੁੱਕਸ ਲਾਈਕ ਗ੍ਰੇਪਸ। ਦੱਖ ਹੈ ਤਾਂ ਉਹਨੂੰ ਕਹਿੰਦੇ ਆ ਗ੍ਰੇਪਸ ਕਹਿੰਦੇ ਆ, ਦੇ ਲੁੱਕ ਲਾਈਕ ਗ੍ਰੇਪਸ। ਪਰ ਭਾਈ ਸਾਹਿਬ ਕਹਿੰਦੇ ਆ ਕਿ ਇਹਨਾਂ ਦੇ ਵਿੱਚ ਅੰਤਰ ਆ, ਦੇ ਆ ਡਿਫਰੈਂਸ। ਸੋ ਦੂਸਰੀ ਫਿਰ ਪੰਕਤੀ 'ਚ ਭਾਈ ਸਾਹਿਬ ਕਹਿੰਦੇ ਹਨ, ਪੁੱਛਦੇ ਹਨ ਕਿ ਅੱਕੇ ਕੇਰੀ ਕੱਕੜੀ ਕੋਈ ਅੰਬ ਨਾ ਆਖ ਹੈ। ਜਿਹੜੀ ਕੱਕੜੀ ਦਾ ਜਿਹੜਾ ਫਰੂਟ ਆ ਉਹਨੂੰ ਆਖ ਬੈਰੀਜ਼ ਕਹਿੰਦੇ ਹਨ, ਉਹ ਬੈਰੀ ਵਾਂਗਾ ਹੀ ਆ, ਇਟ ਲੁੱਕਸ ਲਾਈਕ ਬੈਰੀ
ਐਂਡ ਇਟਸ ਯੈਲੋ ਇਨ ਕਲਰ। ਪਰ ਭਾਈ ਸਾਹਿਬ ਕਹਿੰਦੇ ਉਹਨੂੰ ਤਾਂ ਅਸੀਂ ਅੰਬ ਨਹੀਂ ਆਖ ਸਕਦੇ ਨਾ, ਯੂ ਕੈਨ ਕਾਲ ਇਟ ਅੰਬ। ਦ ਥਰਡ ਵਨ, ਗਹਿਣੇ ਜਿਉਂ ਜਰਪੋਸ਼ ਦੇ ਨਹੀਂ ਸੋਏ ਨਾ ਸੱਖ ਹੈ। ਜਰਪੋਸ਼ ਨੂੰ ਅਸੀਂ ਕਹਿੰਦੇ ਹਨ ਕਾਊਂਟਰਫਿਟ ਗੋਲਡ, ਉਹ ਕਾਊਂਟਰਫਿਟ ਔਰਮੈਂਟਸ, ਅਸੀਂ ਜਿਹੜੇ ਬੁਣੀਆਂ ਪਾਉਂਦੇ ਹਾਂ ਨਾ, ਕਾਂਟੇ ਵਗੈਰਾ। ਸੋ ਦ ਰੇਡੀਜ਼ ਵਿਲ ਨੋ ਵੈਨ ਯੂ ਗੋ ਟੂ ਲੋਵੀਸਾ, ਵੈਰੀ ਪੋਪੂਲਰ ਆਊਟਲੈਟ ਹੈ ਨਾ, ਜਦੋਂ ਕਿਸੇ ਨੇ ਵੱਡੇ ਕੋਲ ਪ੍ਰੋਗਰਾਮ 'ਤੇ ਜਾਣਾ ਹੁੰਦਾ ਤਾਂ ਉੱਥੇ ਜਾ ਕੇ ਲੈ ਲੈਂਦੇ ਹੁੰਦੇ ਆ ਲੋਵੀਸਾ। ਅਤੇ ਲੋਕ ਕਹਿੰਦੇ ਵਾਹ ਵੈਰੀ ਨਾਈਸ ਵੈਰੀ ਨਾਈਸ। ਭਾਈ ਸਾਹਿਬ ਕਹਿੰਦੇ ਬਟ ਦੈਟਸ ਨੋਟ ਸੋਹਣਾ, ਉਹ ਸੋਹਣਾ ਨਹੀਂ ਗਾ, ਇਟਸ ਨੋਟ ਰੀਅਲ ਗੋਲ। ਐਂਡ ਦੇਰ ਇਜ਼ ਅ ਵੇ ਫੋਰ ਯੂ ਟੂ ਐਕਚੁਲੀ ਚੈੱਕ ਸੋਹਣਾ ਕਿਤਨਾ ਇਜ਼ ਐਕਚੁਲੀ ਗੋਲ ਔਰ ਨੋਟ ਗੋਲ। ਦੇਰ ਇਜ਼ ਅ ਵੇ, ਦੇ ਥਰੀ ਵੇਜ਼ ਟੂ ਐਕਚੁਲੀ ਚੈੱਕ ਹਾਊ ਟੂ ਸੀ ਵੈਦਰ ਸੋਹਣਾ ਸੋਹਣਾ ਹੈ ਕਿ ਨਹੀਂ। ਪਰ ਭਾਈ ਸਾਹਿਬ ਜੀ ਕਹਿੰਦੇ ਕਿ ਜਰਬੋਸ਼ ਨੂੰ ਅਸੀਂ ਸੋਹਣਾ ਨਹੀਂ ਕਹਿ ਸਕਦੇ, ਯੂ ਕੈਨ ਨਾਟ ਕਾਲ ਕਾਊਂਟਰਫਿਟ ਔਰਮੈਂਟਸ ਟੂ ਬੀ ਸੋਹਣਾ। ਦ ਨੈਕਸਟ ਵਨ ਹੀ ਸੇਸ, ਫਟਕ ਨਾ ਪੂਜਨ ਹੀਰਿਆ ਉਹ ਭਰੇ ਬਿਆਖ ਹੈ। ਸੋ ਇਨ ਮਲੇਸ਼ੀਆ ਇਜ ਈਜ਼ੀਅਰ ਫੋਰ ਅਸ ਟੂ ਅੰਡਰਸਟੈਂਡ, ਵੀ ਹੈਵ ਸੀਨ ਕ੍ਰਿਸਟਲਸ ਰਾਈਟ, ਕ੍ਰਿਸਟਲ ਬੋਲਸ, ਇਟਸ ਵਾਈਟ ਇਨ ਕਲਰ। ਭਾਈ ਸਾਹਿਬ ਸੇ ਯੂ ਕੈਨ ਕਾਲ ਅ ਕ੍ਰਿਸਟਲ ਡਾਇਮੰਡ, ਭਾਵੇਂ ਇੱਕੋ ਜਿਹੇ ਕੇ ਲੱਗਦੇ ਆ, ਦੇ ਲੁੱਕ ਦ ਸੇਮ, ਬਟ ਵੈਨ ਯੂ ਲੁੱਕ ਅੰਡਰ ਦ ਸਕੋਪ ਦੇ ਆਰ ਡਿਫਰੈਂਟ। ਐਂਡ ਵਟ ਡਿਫਰੈਂਸ਼ੀਏਟ ਦਿਸ ਟੂ, ਵਨ ਇਜ਼ ਮਚ ਮੋਰ ਪ੍ਰਾਈਸੀਅਰ ਵਿਚ ਇਜ਼ ਡਾਇਮੰਡ, ਰਾਈਟ। ਤੌਲੇ ਦਿਸਣ ਸ਼ਾਹ ਦੁੱਧ ਸਾਧੋ ਗੁਣ ਗਾਖ ਹੈ। ਬਟਰ ਮਲਕ ਐਂਡ ਮਲਕ, ਇਹ ਦੋਵੇਂ ਜਾਣੇ ਨਾ ਜਿਹੜੇ ਇੱਕੋ ਜਿਹੇ ਕੇ ਲੱਗਦੇ ਆ, ਚਿੱਟਾ ਵਾ ਇਟਸ ਵਾਈਟ। ਭਾਈ ਸਾਹਿਬ ਕਹਿੰਦੇ ਯੂ ਕੈਨ ਨਾਟ ਕਾਲ ਬਟਰ ਮਲਕ ਮਲਕ, ਇਟ ਮੇ ਲੁੱਕ ਦ ਸੇਮ, ਬਟ ਇਨ ਆਰਡਰ ਫੋਰ ਯੂ ਟੂ ਨੋ ਵੈਦਰ ਇਟਸ ਬਟਰ ਮਲਕ ਓ ਮਲਕ, ਵਟ ਯੂ ਹੈਵ ਟੂ ਡੂ, ਯੂ ਹੈਵ ਟੂ ਟੇਸਟ ਇਟ। ਅਖੀਰ ਤੇ ਭਾਈ ਸਾਹਿਬ ਕੀ ਕਹਿੰਦੇ ਹਨ, ਕਿਉਂ ਸਾਧ ਅਸਾਧ ਪਰਖਿਅਨ ਕਰਤੂਤ ਸੋ ਪੱਖ ਹੈ। ਜਿਹੜਾ ਬੰਦਾ ਕਰਤੂਤ ਨਾ, ਜਿਹੜਾ ਵੈਨ ਵੀ ਸੇ ਐਟਰੀਬਿਊਟਸ, ਉਹਨਾਂ ਦਾ ਕੀ ਕਰਤੂਤ ਆ, ਕਰਤੂਤ ਤੋਂ ਪਤਾ ਲੱਗ ਜਾਂਦਾ ਬੰਦਾ ਸਿਆਣਾ ਕਿ ਨਹੀਂ ਸਿਆਣਾ, ਬੰਦਾ ਸਾਧ ਕਿ ਅਸਾਧ ਆ। ਸਾਧ ਸੰਗਤ ਜੀ, ਜਿਹੜਾ ਸਾਧ ਹੁੰਦਾ ਨਾ, ਸਾਧ ਦਾ ਮਤਲਬ ਕੀ ਆ, ਅ ਪਰਸਨ ਹੂ ਹੈਜ਼ ਐਕਚੁਲੀ ਕੌਂਕਰਡ ਹਿਸ ਸੈਂਸਸ। ਹਾਓ, ਸਾਡੇ ਕੋਲ ਪੰਜ ਗਿਆਨ ਇੰਦਰੀਆਂ ਹਨ, ਪੰਜ ਕਰਮ ਇੰਦਰੀਆਂ। ਇਨ ਇੰਗਲਿਸ਼ ਭਾਸ਼ਾ ਵਿੱਚ ਵੀ ਹੈਵ ਫਾਈਵ ਸੈਂਸਸ ਵਿਚ ਗਿਵ ਅਸ ਨੌਲੇਜ, ਗਿਆਨ, ਐਂਡ ਕਰਮ ਇਜ਼ ਵੈਨ ਵੀ ਡੂ ਥਿੰਗਸ ਵਿਦ ਦੈਟ ਇੰਦਰੀਆਂ। ਵੀ ਹੈਵ ਗੋਟ ਹੈਂਡਸ, ਲੈਗਸ, ਗੁਪਤ ਅੰਗ, ਆਵਰ ਆਈਸ, ਆਵਰ ਈਅਰਸ, ਆਵਰ ਨੋਸ, ਆਵਰ ਜੀਬ। With this, we do a lot of things, right? It's interesting, I was just sharing it to the Viriji just now. With just one click, we actually can do so many things with the sound system here. But we use what? Just one thumb. Steve Jobs has actually created iPhone for this reason. Ek ungli de naal tonu sara sansar mil jana. And that is the most difficult thing to control. Aku satnaam sri. ਇਹ ਜਿਹੜਾ ਸਿਆਪਾ ਨਾ, ਫੋਨ ਦਾ ਬਹੁਤ ਸਿਆਪਾ ਵਾ। ਸੋ ਸਾਧ ਜਿਹੜਾ ਆ, ਸਾਧ ਸੰਗਤ ਜੀ, ਦੇ ਕੰਟਰੋਲ ਦੇ ਆ ਸੈਂਸਸ ਐਂਡ ਦੇ ਕੀਪ ਦੈਮ। ਨਾਓ ਟੂ ਕੰਟਰੋਲ ਯੂਅਰ ਸੈਂਸਿਸ ਇਜ਼ ਨੋਟ ਐਨ ਈਜ਼ੀ ਥਿੰਗ। ਇਹ ਬਹੁਤ ਤਪ ਕਰ ਕਰਕੇ, ਸੇਵਾ ਕਰ ਕਰਕੇ, ਸਿਮਰਨ ਕਰ ਕਰਕੇ, ਫਿਰ ਹੀ ਬੰਦਾ ਇੱਕ ਅਵਸਥਾ 'ਤੇ ਪਹੁੰਚ ਜਾਂਦਾ ਵਾ। ਓਕੇ, ਨਾਓ
ਵੇਖੋ ਨਾ ਸ਼ਹਿਰ ਬਾਬਾ ਸੋਹਣ ਸਿੰਘ ਜੀ ਸਾਖੀਆਂ ਬੇਸ ਔਨ 10 ਗੁਣ ਧਰਮ ਜਿਹੜਾ ਬੰਦਾ ਧਰਮੀ ਹੈ ਨਾ ਅ ਪਰਸਨ ਹੋਈ ਸਪਿਰਿਚੁਅਲ ਧਰਮੀ ਹੋਈ ਫੋਲੋਜ਼ ਦਾ ਰਾਈਟ ਪਾਥ ਦੇ ਆਰ 10 ਥਿੰਗਸ ਦੇ ਆਰ 10 ਵੇਸ ਫੋਰ ਅਸ ਟੂ ਫਾਈਨ ਆਊਟ ਵੈਦਰ ਦ ਪਰਸਨ ਇਜ਼ ਅ ਸੇਂਟ ਔਰ ਸਪਿਰਿਚੁਅਲ ਮੈਨ ਇਸ ਦੋਹਰਾ ਹਿਮਾ ਅਹੰਸਾ ਦਇਆ ਮ੍ਰਿਦ ਸਤ ਬਚਨ ਤਪਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਣ ਇਹ 10 ਅੰਗ ਨੇ ਨਾ ਆਈ ਨੋ ਇਟਸ ਅ ਲੋਟ ਆਫ ਥਿੰਗਸ ਬਟ ਵੀ ਵਿਲ ਬ੍ਰੇਕ ਇਟ ਥਰੂ ਐਂਡ ਸੀ ਇਹ ਕੀ ਚੀਜ਼ਾਂ ਨੇ ਦ ਫਸਟ ਵਨ ਖਿਮਾ ਭਗਤ ਕਬੀਰ ਜੀ ਆਪਣੇ ਬਾਣੀ ਵਿੱਚ ਲਿਖਿਆ ਉਹਨਾਂ ਨੇ ਕਿਹਾ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਇਟਸ ਵੈਰੀ ਡਿਫੀਕਲਟ ਫੋਰ ਅਸ ਟੂ ਫੋਰਗਿਵ ਸਮਵਨ ਆਮ ਕਰਕੇ ਨਾ ਅਸੀਂ ਨੋਰਮਲ ਹਿਊਮਨ ਬੀਂਗਸ ਹਨ ਸਾਧ ਸੰਗਤ ਜੀ ਫੋਰ ਅਸ ਟੂ ਫੋਰਗਿਵ ਸਮਬਡੀ ਇਜ਼ ਦ ਮੋਸਟ ਡਿਫੀਕਲਟ ਥਿੰਗਸ ਟੂ ਡੂ Somebody who has done something in our life, we have got this word in English, we say, I can forgive, but I cannot forget. I maaf kar lenda bande nu. Main bol nahi sakda. Par jehda saad hai na, sant jehda na, oh itna nahi karda. Kyon? Ek din na do chinne baba ji kol aaye. Unna da naam vi likhya va. Ali and Pang. Chinese soldiers. ਇਹ ਚਿੰਨੇ ਆਏ ਬਾਬਾ ਜੀ ਕੋਲ ਐਂਡ ਦੇ ਐਕਚੁਲੀ ਯੂਜ ਟੂ ਸਟੀਲ ਅ ਲੋਟ ਆਫ ਥਿੰਗਸ ਦੇ ਆਰ ਵੈਲ ਨੋਨ ਇਨ ਦਿਸ ਮਲਾਕਾ ਟਾਊਨ ਓਕੇ ਅਤੇ ਬਹੁਤ ਚੋਰੀ ਕਰਦੇ ਹੁੰਦੇ ਸੀ ਹਰ ਰੋਜ਼ ਨਾ ਬਾਬਾ ਜੀ ਨੂੰ ਆ ਕੇ ਇਹਨਾਂ ਨੇ ਮਿਲਣਾ ਅਤੇ ਬਾਬਾ ਜੀ ਨੂੰ ਪੁੱਛਣਾ ਬਾਬਾ ਜੀ ਸਾਨੂੰ ਕੁਛ ਦਿਓ ਅਤੇ ਬਾਬਾ ਜੀ ਬਹੁਤ ਦਿਆਲੂ ਨੇ ਕਿਰਪਾਲੂ ਨੇ ਕੁਛ ਨਾ ਕੁਛ ਆਪਣੇ ਜੇਬ ਤੋਂ ਕੱਢ ਕੇ ਉਹਨਾਂ ਨੂੰ ਦਿੰਦੇ ਹਨ ਅਤੇ ਇੱਕ ਦਿਨ ਇੱਕ ਸਿੱਖ ਸੇਵਕ ਜਿਹੜਾ ਸੀ ਬਾਬਾ ਜੀ ਨੂੰ ਆ ਕੇ ਪੁੱਛਦੇ ਬਾਬਾ ਜੀ ਯੂ ਨੋ ਦਿਸ ਪਰਸਨ ਇਹ ਚੋਰੀ ਕਰਦੇ ਆ ਅਤੇ ਤੁਸੀਂ ਮੁੜ ਕੇ ਫਿਰ ਵੀ ਦਿੰਦੇ ਇਹਨਾਂ ਨੂੰ ਵੇਖੋ ਸਾਧ ਸੰਗਤ ਜੀ ਬ੍ਰਹਮ ਗਿਆਨੀ ਜੀ ਜਿਹੜੀ ਦ੍ਰਿਸ਼ਟੀ ਆ ਨਾ ਉਹ ਸਾਰਿਆਂ ਨੂੰ ਇੱਕ ਜਿੱਕੇ ਵੇਖਦੇ ਆ ਭਾਵੇਂ ਚਿੱਟਾ ਹੋਵੇ ਕਾਲਾ ਹੋਵੇ ਸਿਆਣਾ ਹੋਵੇ ਬੱਚਾ ਹੋਵੇ ਮੁਸਲਮਾਨ ਹੋਵੇ ਈਸਾਈ ਹੋਵੇ ਕਿਹੜਾ ਇਹਦਾ ਧਰਮ ਵੀ ਹੋਵੇ ਨਾ ਉਹ ਸਾਰਿਆਂ ਨੂੰ ਇੱਕੋ ਜਿਹੇ ਵੇਖਦੇ ਆ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਜਿਵੇਂ ਹਵਾ ਜਿਹੜੀ ਹੈ ਨਾ ਐ ਡਸ ਨੋਟ ਡਿਸਕ੍ਰਿਮੀਨੇਟ ਐਂਡ ਸੇ ਮੈਂ ਤੈਨੂੰ ਦੇਣਾ ਵਾ ਦੂਸਰੇ ਨੂੰ ਮੈਂ ਹਵਾ ਨਹੀਂ ਦੇਣੀ ਹਵਾ ਇਸ ਤਰ੍ਹਾਂ ਨਹੀਂ ਕਰਦੀ ਰੱਬ ਵੀ ਇਸ ਤਰ੍ਹਾਂ ਹੈ ਨਾ ਸੋਚਣ ਵਾਲੀ ਗੱਲ ਹੈ ਸਾਧ ਸੰਗਤ ਜੀ ਰੱਬ ਵੀ ਇਸ ਤਰ੍ਹਾਂ ਹੀ ਆ ਅਸੀਂ ਹੁਣ ਇੱਥੇ ਗੁਰਦੁਆਰੇ ਬੈਠੇ ਆ ਚਲੋ ਗੁਰੂ ਦੀ ਕਿਰਪਾ ਆ ਜਿਹੜੇ ਜੇਲ੍ਹ 'ਚ ਬੈਠੇ ਆ ਅ ਰੇਪਿਸ ਅ ਮਰਡਰ ਹੂਸ ਇਨ ਦਾ ਜੇਲ੍ਹ ਉਹਨਾਂ ਨੂੰ ਰੋਜ਼ੀ ਮਿਲਦੀ ਕਿ ਨਹੀਂ ਖਾਣਾ ਮਿਲਦਾ ਕਿ ਨਹੀਂ ਮਿਲਦਾ ਰੱਬ ਵੀ ਇਹ ਨਹੀਂ ਵੇਖਦਾ ਕਿ ਬੰਦਾ ਕਿਤਰਾਂ ਦਾ ਅਤੇ ਕਿਤਰਾਂ ਦਾ ਵਾ ਮਾਰਾ ਬੰਦੇ ਨੂੰ ਕੌਣ ਬਣਾਉਂਦਾ ਕਰਮ ਦਾਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮ ਆਪਣਿਆਂ ਮੇਰੇ ਕਰਮ ਦੇ ਕਰਕੇ ਮੈਨੂੰ ਦੋਸ਼ ਨਾ ਜਿਹੜਾ ਦੋਸ਼ ਕਿਸੇ ਨੂੰ ਮੈਨੂੰ ਦੇ ਹੀ ਨਹੀਂ ਸਕਦਾ ਮੈਂ ਕਿਉਂਕਿ ਮੇਰੇ ਕਰਮ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਤਾਂ ਪਿਆਰੀ ਸਾਧ ਸੰਗਤ ਜੀ ਬਾਬਾ ਜੀ ਨੂੰ ਪੁੱਛਦੇ ਆ ਕਿ ਬਾਬਾ ਜੀ ਤੁਸੀਂ ਉਹਨਾਂ ਨੂੰ ਕਿਉਂ ਦਿੰਦੇ ਆ ਪੈਸੇ ਬਾਬਾ ਜੀ ਦਾ ਇਹੀ ਜਵਾਬ ਸੀ ਕਿ ਪਿਆਰਿਓ
ਇਹ ਗੁਰੂ ਨਾਨਕ ਦੇ ਘਰ ਆਏ, ਦੇ ਕੇਮ ਟੂ ਦ ਹਾਊਸ ਆਫ ਗੁਰੂ ਨਾਨਕ ਵਿਦ ਦ ਅੰਡਰਸਟੈਂਡਿੰਗ ਐਂਡ ਦ ਨੋਇੰਗ ਦੈਟ ਮੈਂ ਇੱਥੋਂ ਮੈਂ ਕੁਛ ਨਾ ਕੁਛ ਮੈਨੂੰ ਕੁਛ ਮਿਲੂਗਾ, ਆਈ ਵਿਲ ਗੈਟ ਸਮਥਿੰਗ ਫਰੋਮ ਹੇਅਰ। ਐਂਡ ਬਾਬਾ ਜੀ ਸੇਸ, ਹਾਓ ਕੈਨ ਆਈ ਪੁੱਟ ਗੁਰੂ ਨਾਨਕ ਦੇਵ ਜੀ ਡਾਊਨ, ਬਿਕੋਜ਼ ਦ ਐਕਸਪੈਕਟੇਸ਼ਨ ਇਜ਼ ਦੈਟ ਕਿ ਇਹ ਗੁਰੂ ਨਾਨਕ ਦਾ ਘਰ ਆ, ਇੱਥੋਂ ਖਾਲੀ ਕੋਈ ਨਹੀਂ ਜਾਂਦਾ। ਵੇਖੋ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ, ਇੱਥੋਂ ਖਾਲੀ ਕੋਈ ਨਹੀਂ ਜਾਂਦਾ। ਅਤੇ ਅਖੀਰਲੇ ਫਿਰ ਪੁੱਛਦੇ ਆ ਬਾਬਾ ਜੀ, ਫਿਰ ਚੱਲ ਠੀਕ ਆ ਤੁਸੀਂ ਦੇਤਾ। ਇੱਕ ਦਿਨ ਕੀ ਹੋਇਆ, ਇੱਥੇ ਗੁਰਦੁਆਰੇ ਦੇ ਵਿੱਚ ਹੀ ਇਹ ਗੱਲ ਹੋਈ ਸੀ, ਕੋਪਰ ਦਾ ਜਿਹੜਾ ਆਪਣੇ ਕੋਲ ਬਾਲਟੀ ਜੀ ਸੀ ਜਿੱਥੇ ਇਹ ਲੰਗਰ ਪਕਾਉਂਦੇ ਆ, ਕਹਿੰਦੇ ਹਨ ਇਹ ਦੋਨਾਂ ਨੇ ਆ ਕੇ ਨਾ ਇਹ ਬਾਲਟੀ ਚੁੱਕ ਕੇ ਗੁਰਦੁਆਰੇ ਤੋਂ ਬਾਹਰ ਟੱਪ ਕੇ, ਦੇ ਵਰ ਟਰਾਈਂਗ ਟੂ ਗੋ ਅਪ ਫਰੋਮ ਦੀ ਸਮਾਲ ਟਾਊਨ ਇਮਲਾਕਾ। ਅਤੇ ਜਾਂਦੇ ਜਾਂਦੇ ਸਾਰ ਜਦੋਂ ਇਨ ਜਸਟ ਬਾਈ ਸਟੈਪਿੰਗ ਵਨ ਸਟੈਪ ਆਊਟ ਆਫ ਇਮਲਾਕਾ ਟਾਊਨ, ਦੇ ਗੋਟ ਬਲਾਈਂਡ ਐਂਡ ਦੈਨ ਉਹ ਮੁੜ ਕੇ ਵਾਪਸ ਆ ਗਏ, ਦੇ ਸਾਰੇ ਸਿੰਗ ਅਗੇਨ। ਅਤੇ ਕੀ ਹੁੰਦਾ, ਉਹਨਾਂ ਨੂੰ ਪਤਾ ਲੱਗਿਆ ਕਿ ਸਾਤੋਂ ਗਲਤੀ ਹੋ ਗਈ, ਗੁਰਦੁਆਰੇ ਤੋਂ ਅਸੀਂ ਚੋਰੀ ਕੀਤੀ। ਅਤੇ ਕੀ ਹੁੰਦਾ, ਉਹ ਵਾਪਸ ਲੈ ਕੇ ਆਉਂਦੇ ਅਤੇ ਬਰੋਡੀ ਬੈਗ ਬਾਬਾ ਜੀ ਦੇ ਚਰਨਾਂ ਦੇ ਉੱਪਰ ਰੱਖ ਕੇ ਕਹਿੰਦੇ, ਸੰਤ ਜੀ ਕੀਤਾ ਸੁਡਾ ਬਹੁਤ ਸਾਲਾ, ਸਾਤੋਂ ਗਲਤੀ ਹੋ ਗਈ ਆ, ਸਾਨੂੰ ਮਾਫ਼ ਕਰ ਦਿਓ। ਸਾਧ ਜੀ ਸੰਤਾਂ ਨੇ ਉਹਨਾਂ ਨੂੰ ਮਾਫ਼ ਬਖਸ਼ੀ ਆ, ਸਾਡੇ ਵਰਗੇ ਅਸੀਂ ਕੀ ਕਰਾਂਗੇ, ਪਹਿਲਾਂ ਉਹਨਾਂ ਨੂੰ ਮਾਰ ਕੁੱਟ ਲੈਣਾ ਸੀ ਉਹਨਾਂ ਨੂੰ ਫੜ ਕੇ, ਵੀ ਵਿਲ ਬਿਦ ਦੈਮ ਅਪ। ਸੋ ਵਿਦ ਓਨਲੀ ਖਾਵਟ ਵਨ ਵੀ ਹੈਵ ਗੋਟ 9 ਮੋਰ ਟੂ ਗੋ, ਸੋ ਮਹਾਰਾਜ ਕਿਰਪਾ ਕਰਨ ਟੁਮੋਰੋ ਵੀ ਵਿਲ ਟਰਾਈ ਟੂ ਖਾਵਟ ਦ 9, ਰਾਈਟ? ਸੋ ਬਿਕੋਜ਼ ਵੀ ਗੋਟ ਸੋ ਮੈਨੀ ਇੰਟਰਸਟਿੰਗ ਥਿੰਗਸ ਟੂ ਸ਼ੇਅਰ ਅਬਾਊਟ ਬਾਬਾ ਜੀ, ਆਈ ਥਿੰਕ ਆਈ ਜਸਟ ਵਾਂਟ ਟੈਂਕ ਦ ਕਮਿਟੀ ਮੈਂਬਰਸ, ਕਿਉਂਕਿ ਅਸੀਂ ਬਹੁਤ ਵਾਰੀ ਸੋਚਿਆ ਵਾ ਕਿ ਬਾਬਾ ਜੀ ਬਾਰੇ ਸਾਨੂੰ ਦੱਸਣਾ ਚਾਹੀਦਾ, ਵੀ ਹੈਵ ਟੂ ਟਾਕ ਅਬਾਊਟ ਬਾਬਾ ਜੀ, ਬਾਬਾ ਦੇ ਜਿਹੜੇ ਜੀਵਨ ਆ ਇੰਟਰਸਟਿੰਗ ਇਨਫ ਨਾ। ਸਾਧ ਸੰਗਤ ਜੀ, ਇਫ ਯੂ ਲੁੱਕ ਐਟ ਅਵਰ ਹਿਸਟਰੀ ਯੂ ਵਿਲ ਫਾਈਨ ਆਊਟ, ਇੱਥੇ ਮਲੇਸ਼ੀਆ ਇਜ਼ ਅ ਵੈਰੀ ਬਲੈਸ ਧਰਤੀ, ਬਿਕੋਜ਼ ਵਾਈ ਜਿਹੜੇ ਵੀ ਪਹਿਲਾਂ ਦੇਸ਼ ਤੋਂ ਆਉਂਦੇ ਸੀ ਨਾ ਇੱਥੇ ਮਿਲਾਇਆ ਹੁੰਦੇ, ਮਲੇਸ਼ੀਆ ਦੇ ਵਿੱਚ ਲਗਭਗ ਇੱਕ ਟਾਈਮ 'ਤੇ ਨਾ 5 ਵਿਦਵਾਨ ਸੀ ਇੱਥੇ, ਵਨੈਸੇ ਵਿਦਵਾਨ, ਬਾਬਾ ਜੀ ਯੂਸ ਟੂ ਬਾਬਾ ਜੀ ਸਟੱਡੀਡ ਇਨ ਦ ਯੂਨੀਵਰਸਿਟੀ ਆਫ ਦ ਸਿੱਖਸ, ਗੁਰੂ ਕੀ ਕੰਨ ਸੀ ਦਮਦਮਾ ਸਾਹਿਬ, ਗਿਆਨੀ ਗਮਦੂਰ ਸਿੰਘ ਵੀ ਇੱਕ ਹੋਰ ਸੀ, ਅਤੇ ਹੋਰ ਕਈ ਜਾਣੇ ਜਿਹੜੇ ਹੈਗੇ ਸੀ ਉਹ ਉੱਥੋਂ ਪੜ੍ਹ ਕੇ ਆਏ ਸੀ ਇੱਥੇ। ਐਂਡ ਵੀ ਆਰ ਐਕਚੁਲੀ ਵੈਰੀ ਬਲੈਸਡ ਟੂ ਐਕਚੁਲੀ ਹੈਵ ਬਾਬਾ ਜੀ ਟੂ ਬੀ ਹੇਅਰ ਇਨ ਮਲੇਸ਼ੀਆ। ਆਵਰ ਹੈ ਸ਼ੈ ਮੋਸ ਸਾਖੀਆਂ ਟੁਮੋਰੋ ਇਸ ਵਾਰ ਨਾਲ ਕੀਰਤੀ ਜਥਾ ਆਈਸੀਆ। ਸੋ ਪੁੱਲਾ ਚੀਖਾਂ ਦੇ ਖੀਮਾ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਵਿਚਾਰ ਕਰਨ ਤੋਂ ਪਹਿਲਾਂ ਸਾਰਿਆਂ ਨੇ ਬੁਲੰਦ ਆਵਾਜ਼ ਵਿੱਚ ਫਤਿਹ ਗਜਾਉਣਾ ਕਰੋ, ਸਾਰਿਆਂ ਨੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਸਟ ਐਂਡ ਫੋਰਮੋਸਟ ਵੀ ਆਰ ਆਲ ਬਲੈਸਡ ਟੂ ਬੀ ਹੇਅਰ ਡੂਰਿੰਗ ਦ ਈਅਰਲੀ ਬਰਸੀ ਆਫ ਬਾਬਾ ਸੋਹਣ ਸਿੰਘ ਜੀ। Now yesterday we had this vichar, today is going to be a continuation. Kal di vichar ki si saath sang ji santan de naal eh sanji kiti gayi hai ke Bhai Gurdas de waran de vich ek war aunda hai, this war in Guru Granth Sahib in Bhai Gurdas ji's waran
that speaks about saad te asaad di pichya. How do you find out whether a person is holy or unholy? Because we have got so many people who call themselves holy, but based on Pai Gurdas Ji's vara, Pai Sahib says a person who is holy and unholy is only based on their attributes, their action. So the comparison Pai Sahib gave actually was, for example, buttermilk and milk. Both of them are the same, it's white in color, but how do you differentiate them? It's by tasting. ਅਸੀਂ ਜਾਂਦੇ ਹਾਂ ਨਾ ਬਨਾਨਾ ਲੀਵ ਖਾਣ ਲਈ, ਉੱਥੇ ਫਿਰ ਬਟਰ ਮਿਲਕ ਦਿੰਦੇ ਆ ਖਾਣ ਨਾਲ. I've tried it myself as well. ਮੈਨੂੰ ਪਤਾ ਨਹੀਂ ਲੱਗਿਆ ਕਿ ਇਹ ਐਕਚੁਅਲੀ ਦਹੀਂ ਆ ਜਾਂ ਕੀ ਆ, ਮੈਨੂੰ ਨਹੀਂ ਪਤਾ ਲੱਗਿਆ. ਮੈਂ ਪਾ ਕੇ ਖਾਧਾ, ਮੈਨੂੰ ਪਤਾ ਲੱਗਿਆ ਕਿ ਇਟਸ ਬਟਰ ਮਿਲਕ. ਸੋ ਦੇ ਲੁੱਕ ਦ ਸੇਮ ਹੈ ਨਾ. ਨਾ ਐਂਡ ਵੀ ਵੈਨ ਇਨ ਟੂ ਦ ਵਿਚਾਰ ਐਂਡ ਦ ਹੋਲ ਵਿਚਾਰ ਫੋਰ ਟੂਡੇ ਇਟਸ ਅਬਾਊਟ the 10 attributes of a holy person. Jire asi dharmi bande kehnde han na, a person who is dharmic, a person who is spiritual, religious, there are 10 things or 10 attributes that you can find from them. And there's a dohera on this. It goes like this: hima ahansa daya mrid sat vachan tap dan seel sauch trishna bina dharm ling das jaan. ਇਹ ਦਸ ਲਿੰਗ ਹੈ ਸਾਧ ਸੰਗਤ ਜੀ ਧਰਮੀ ਬੰਦਿਆਂ ਦਾ. ਨਾਉ ਯੈਸਟਰਡੇ ਵੀ ਕਵਰ ਅਬਾਊਟ ਹਿਮਾ, ਰਾਈਟ? ਆਈ ਓਨਲੀ ਗੋਟ ਹਾਫ ਐਨ ਆਵਰ, ਸੋ ਆਈ ਵਿਲ ਟ੍ਰਾਈ ਟੂ ਬੀ ਐਸ ਸ਼ੋਰਟ ਐਸ ਆਈ ਕੈਨ. ਐਂਡ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਟੂ ਸ਼ੇਅਰ ਸਾਖੀਆਂ ਬਾਬਾ ਬਾਬਾ ਸੋਹਣ ਸਿੰਘ ਜੀ, ਰਾਈਟ? ਸੋ ਤੁਰੇ ਦ ਸੈਕੰਡ ਐਟਰੀਬਿਊਟ ਆਫ ਅ ਸੰਤ ਓ ਪਰਸਨ ਹੂ ਇਜ਼ ਧਰਮਿਕ, ਅਹਿੰਸਾ. ਅਹਿੰਸਾ ਬੇਸਿਕਲੀ ਮੀਨਸ ਨੋਨ ਵਾਇਲੈਂਸ. ਨਾਉ if you read Japji Sahib, Guru Nanak Dev Ji actually has said, "Taul dharm daya ka poot." Sab to pehla na sikh de vich ki hona chahida? Daya. Te interesting enough, apne panj pyana da na jehda oh vi sab to pehla daya de naal shuru hunda. Now if we look at the life of Baba Sohan Singh Ji, it's a very interesting sakhi ke ki hunda. It was the Japanese occupation. It was the darbar sahib downstairs, malake da jehda darbar sahib na, main darbar sahib us time te jehde japani da jehda raj si oh itthe aun lage han. When they were coming, the sangat told the baba ji ke baba ji benti karde ke please go out from this gurdwara, kyunki itthe japana ne itthe bomb maar lena wa, tonu vi maar lena is naal. Prasad sangh ji vekho, ਬਾਬਾ ਜੀ ਨੇ ਕੀ ਕੀਤਾ? ਬਾਬੇ ਨੇ ਉਹਨਾਂ ਆਖਿਆ ਕਿ ਭਾਈ ਫਿਕਰ ਨਾ ਕਰੋ. ਵਾਈ? ਬਾਬਾ ਜੀ ਕਹਿੰਦੇ ਹਨ, ਇਫ ਯੂ ਵਾਂਟ ਫਾਈਂਡ ਦ ਸੇਫੈਸਟ ਪਲੇਸ, ਇਟਸ ਗੋਇੰਗ ਟੂ ਬੀ ਇਨ ਗੁਰਦੁਆਰਾ, ਇਨ ਗੁਰਦੁਆਰਾ ਸਾਹਿਬ, ਗੁਰੂ ਚਰਨ. ਤੇ ਬਾਬਾ ਜੀ ਕੀ ਕਰਦੇ ਹਨ? ਸਾਧ ਜੀ ਸੰਗਤ ਨੂੰ ਇਕੱਠੇ ਕਰਕੇ ਵੇਖੋ ਨਾ ਸਾਧ ਸੰਗਤ ਜੀ, ਇਵਨ ਦੋ ਬਾਬਾ ਜੀ ਜਿਹੜੀ ਪਦਵੀ ਆ ਹਿੱਸੋ ਹਾਈ ਹਿੱਸ ਸੇਂਟ, ਉਹਨਾਂ ਦੇ ਬਦੌਲਤ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ. ਕੈਨ ਯੂ ਇਮੈਜਿਨ ਆਫਟਰ ਹਾਊ ਮਨੀ ਈਅਰਸ ਅਸੀਂ ਆਪਣੇ ਮਾਂ ਪਿਓ ਦੀ ਵਰਸਾ ਨਹੀਂ ਇਤਨਾ ਬਣਾਉਂਦੇ? ਵੀ ਡੋਨਟ. ਪਰ ਇੱਥੇ ਕੀ ਕਲਾ ਵਰਤ ਰਹੀ ਆ? ਆਪਣੇ ਸਿੱਖੀ ਦੇ ਵਿੱਚ ਨਾ ਇੱਕ ਟਰਮ ਯੂਜ ਕਰਦੇ ਹਨ, ਦੈਟ ਟਰਮ ਇਜ਼ ਕਾਲ ਜਾਹਰ ਕਲਾ. ਜਾਹਰ ਕਲਾ ਕੀ ਹੁੰਦਾ ਸਾਧ ਸੰਗਤ ਜੀ? ਜਾਹਰ ਕਲਾ ਜਿਹੜੀ
ਹਜ਼ੂਰ ਸਾਹਿਬ ਵਿੱਚ ਵਰਤਰੀ ਹੈ ਨਾ, ਉਹ ਜ਼ਾਹਰ ਖੜਾ ਜਿੱਥੇ ਮਹਿਸੂਸ ਹੁੰਦਾ ਕਿ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ, ਯੂ ਫੀਲ ਦੈਟ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਜ਼ ਸਿਟਡ ਇਨ ਦੈਟ ਪਲੇਸ। ਇਹੀ ਫੀਲਿੰਗ ਇੱਥੇ ਵੀ ਹੁੰਦਾ ਹੈ ਸਾਧ ਸੰਗਤ ਜੀ। ਆਈ ਡੋਂਟ ਨੋ ਅਬਾਊਟ ਯੂ, ਮੈਨੂੰ ਪਤਾ ਨਹੀਂ ਤੁਹਾਡੇ ਬਾਰੇ, ਪਰ ਮੈਨੂੰ ਮਹਿਸੂਸ ਹੋਇਆ ਨਾ। ਬਾਬਾ ਜੀ ਨੇ ਕੀ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਸੰਗਤ ਦੇ ਨਾਲ ਖੜੇ ਹੋ ਕੇ ਗਰੀਬ ਨਿਵਾਜ ਨੂੰ ਬੇਨਤੀ ਕਰਦੇ ਹਨ ਕਿ ਗਰੀਬ ਨਿਵਾਜ ਆਪਣੇ ਸੰਗਤਾਂ ਦਾ ਇਲਾਜ ਰੱਖੋ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਦਰਬਾਰ ਦੀ ਇਲਾਜ ਰੱਖੋ। ਅਰਦਾਸ ਕਰਨ ਤੋਂ ਬਾਅਦ ਸਾਧ ਸੰਗਤ ਜੀ ਕੁਝ ਕੁ ਦਿਨ ਬਾਅਦ ਜਿਹੜੇ ਜਪਾਨ ਹੈ ਇੱਥੇ ਉਹਨਾਂ ਨੇ ਬੰਬ ਮਾਰਿਆ ਮਲਾਕੇ ਦੇ ਸ਼ਹਿਰ ਦੇ ਵਿੱਚ, ਅਤੇ ਜਿਹੜਾ ਜਪਾਨ ਦਾ ਜਿਹੜਾ ਆਫਿਸਰ ਸੀ ਦੇ ਕੇਮ ਟੂ ਦਰਬਾਰ ਸਾਹਿਬ, ਦੇ ਕੇਮ ਇਨ ਟੂ ਗੁਰਦੁਆਰਾ ਫਿਸ, ਉਹਨਾਂ ਨੇ ਵੇਖਿਆ ਅਤੇ ਅੰਦਰ ਵੜਨ ਲੱਗੇ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਲੁਕਸ ਲਾਈਕ ਅ ਸੇਂਟ ਹੈ ਨਾ, ਅਤੇ ਨਾਲ ਸੰਗਤ ਵੀ ਸੀ। ਅਤੇ ਉਹਨਾਂ ਨੇ ਫਿਰ ਬਾਬਾ ਜੀ ਨੂੰ ਪੁੱਛਿਆ, ਉਹਨਾਂ ਨੇ ਕੀ ਪੁੱਛਿਆ ਬਾਬਾ ਜੀ ਨੂੰ, ਕਹਿੰਦੇ ਗਾਂਧੀ ਕਾ, ਕਾ ਦਾ ਮਤਲਬ ਆਯੂ ਗਾਂਧੀ ਇਨ ਜਪਨੀਸ, ਗਾਂਧੀ ਕਾ ਗਾਂਧੀ ਸੀ ਆਪਣੇ ਗਾਂਧੀ ਹੈ ਨਾ, ਮਹਾਤਮਾ ਗਾਂਧੀ, ਸੋ ਹੀ ਇਸ ਵੈਲ ਨੋਨ ਇਨ ਇੰਡੀਆ। ਕਹਿਣ ਦਾ ਭਾਵ ਕਿ ਤੁਸੀਂ ਇੰਡੀਅਨ ਲੋਕ ਆ, ਇੰਡੀਆ ਤੋਂ ਆਏ ਆ। ਬਾਬਾ ਜੀ ਕਹਿੰਦੇ ਹਾਂ ਗਾਂਧੀ ਕਾ। ਇੰਟਰਸਟਿੰਗ ਫੈਕਟ ਸਾਧ ਸੰਗਤ ਜੀ, ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਇੱਥੇ ਮਲਾਕੇ ਆਏ ਸਨ। ਇਸ ਇੰਟਰਸਟ ਫੋਰ ਮੀ, ਆਈ ਫਾਊਂਡ ਇਟ ਵੈਰੀ ਇੰਟਰਸਟਿੰਗ, ਆਈ ਡਿਡਨਟ ਨੋ ਅਬਾਊਟ ਦਿਸ ਐਸ ਵੈਲ। ਦੇ ਕੇਮ ਟੂ ਮਲਾਕਾ, ਦੇ ਵਰ ਡੂਇੰਗ ਦੈਟ ਟੂਰ ਇਨ ਮਲਾਇਆ, ਦੇ ਕੇਮ ਟੂ ਮਲਾਕਾ ਜਸਟ ਟੂ ਮੀਟ ਬਾਬਾ ਸੋਹਣ ਸਿੰਘ ਜੀ ਬੈਕ ਦੈਨ। ਸੋ ਦੈਟ ਟਾਈਮ ਦੇ ਨਿਊ ਕਿ ਇਹ ਇੰਡੀਆ ਤੋਂ ਆਏ ਆ। ਤੇ ਜਦੋਂ ਬਾਬਾ ਜੀ ਕਹਿੰਦੇ ਬਾਬਾ ਜੀ ਸਿਸਿਆ ਗਾਂਧੀ ਕਾ, ਐਂਡ ਦੇ ਫਾਂ ਓਕੇ ਚਲ ਠੀਕ ਹੈ ਇਹ ਇੰਡੀਅਨ ਲੋਕ ਆ। ਦੇ ਵਾਸ ਵਨ ਥਿੰਗ ਬਾਬਾ ਜੀ ਡਿਡ ਦੈਟ ਐਕਚੁਅਲੀ ਟ੍ਰਾਈ ਟੂ ਸ਼ੋ ਟੂ ਦੈਮ ਵੇਅਰ ਯੂ ਆਰ ਐਂਡ ਵਾਟ ਦੇ ਡਿਡ। ਬਾਬਾ ਜੀ ਵੈਂਟ ਟੂ ਗੁਰੂ ਗ੍ਰੰਥ ਸਾਹਿਬ ਜੀ, ਹੀ ਡਿਡ ਨਮਸਕਾਰ, ਉਹਨਾਂ ਨੇ ਮੱਥਾ ਟੇਕਿਆ ਟੂ ਸ਼ੋ ਵਾਟ ਦੈਟ ਇਸ ਦਿਸ ਇਜ਼ ਅ ਰਿਲੀਜੀਅਸ ਪਲੇਸ, ਬਿਕੋਜ਼ ਆਲ ਦਾ ਜੈਪਨੀਜ਼ ਵਰ ਆਲ ਬੁੱਧਿਸਟ, ਸਾਰੇ ਬੁੱਧੀ ਦੇ ਧਰਮ ਦੇ ਆ। ਜਦੋਂ ਉਹਨਾਂ ਨੇ ਵੇਖਿਆ ਕਿ ਓਕੇ ਇੱਥੇ ਰਿਲੀਜੀਅਸ ਏਰੀਆ ਵਾ, ਅਤੇ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਉਹ ਜੈਪਨੀਜ਼ ਵਾਲੇ ਲੋਕ ਨਾ, ਉਹਨਾਂ ਨੇ ਇੱਕ ਸ਼ਰਤ ਲਾਇਆ ਸੀ ਉੱਥੇ, ਨੋਟਿਸ ਲਾਈ, ਜਿਹੜੇ ਵੀ ਬੰਦੇ ਇੱਥੇ ਗੁਰਦੁਆਰੇ ਵਿੱਚ ਠਹਿਰਦੇ ਉਹਨਾਂ ਦਾ ਕੁਛ ਕਰਨਾ ਨਹੀਂ। ਸੋ ਲਿਟਰਲੀ ਗੁਰਦੁਆਰਾ ਸਾਹਿਬ ਮਲਾਕਾ ਬਿਕੇਮ ਅ ਪਲੇਸ ਵੇ ਐਵਰੀ ਵਨ ਟੁੱਕ ਰੈਫਿਊਜ। ਬਦੌਲਤ ਇਹਦੀ ਇੱਕ ਜਿਹੜਾ ਅਸੀਂ ਪੰਜਾਬੀ 'ਚ ਵਿਚੋਲਾ ਕਹਿੰਦੇ ਹਾਂ ਨਾ, ਇਹ ਬਾਬਾ ਸੋਹਣ ਸਿੰਘ ਜੀ ਦਾ। ਖੈਰ ਜਦੋਂ ਬਾਬਾ ਜੀ ਪਾਕਿਸਤਾਨ ਗਏ ਸੀ ਉਹ ਟਾਈਮ 'ਤੇ ਪੰਜਾਬ, ਦੇ ਵਰ ਗੋਇੰਗ ਇਨ ਟੂ ਸੈਪਰੇਸ਼ਨ ਆਫ ਪਾਕਿਸਤਾਨ ਐਂਡ ਪੰਜਾਬ, ਬਾਬਾ ਜੀ ਵੈਨ ਹੀ ਸਪਿੰਡ, ਦੇਰ ਵਾਸ ਸੱਚ ਅ ਬੈਡ ਸਿਚੁਏਸ਼ਨ ਓਵਰ ਦੈਰ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵਾਟ ਇਜ਼ ਹੈਪਨਿੰਗ ਬੈਕ ਦੈਨ। ਪੀਪਲ ਵਰ ਕਿਲਿੰਗ ਇਚ ਅਦਰ, ਜਿੱਥੇ ਇਕੱਠੇ ਰਹਿੰਦੇ ਸੀ ਨਾ ਉੱਥੇ ਆਪਸ 'ਚ ਲੜਾਈ ਕਰਕੇ ਆਪਸ ਨੂੰ ਮਾਰਨ ਲੱਗੇ। ਦੈਟਸ ਅ ਡਾਕੂਮੈਂਟਰੀ ਸਾਧ ਸੰਗਤ ਜੀ, ਯੂ ਕੈਨ ਵਾਚ ਔਨ ਯੂਟਿਊਬ। ਇਹ ਹੱਡ ਬੀਤੀ ਗੱਲਾਂ ਉਸ ਉਹ ਜਿਹੜਾ ਬਜ਼ੁਰਗ ਸੀ ਕਹਿੰਦਾ, ਇਟ ਵਾਸ ਸੱਚ ਅ ਡਿਫੀਕਲਟ ਟਾਈਮ ਬਿਕੋਜ਼ ਵਾਈ ਦ ਡਿਫਰੈਂਟ ਰਿਲੀਜਨ ਮੇਲਸ ਦੇ ਕਮ ਐਂਡ ਰੇਪ ਦੀ ਅਦਰ ਵੂਮਨਸ ਆਫ ਅ ਡਿਫਰੈਂਟ ਫੇਥ। ਕਹਿੰਦੇ ਹਨ ਮੁਸਲਮਾਨ ਜਿਹੜੇ ਹਨ ਆਪਣੇ ਪੰਜਾਬੀਆਂ ਦੇ ਧੀਆਂ ਦੇ ਨਾਲ ਉਹ ਬਲਤਕਾਰ ਕਰਦੇ ਸਨ। ਟੂ ਅਵੋਇਡ ਆਲ ਆਫ ਦੈਟ ਆਈ ਵਾਸ ਵੈਰੀ ਸ਼ੌਕ ਵੈਨ ਆਈ ਹਰਡ ਫਰੋਮ ਹਿਸ ਓਨ ਮਾਊਥ, ਹੀ ਕ੍ਰਾਈਡ ਵੈਨ ਹੀ ਸੈਡ ਦਿਸ। ਉਹ ਦੱਸਦੇ ਹਨ ਮਾਈ ਫਾਦਰ ਬੈਕ, ਸੋ ਹੀ ਇਜ਼ ਓਲਡ, ਉਹਨਾਂ ਦੇ ਜਿਹੜੇ ਪਿਤਾ ਜੀ ਸਨ
the father took all of the girls go into the room te ki karde han naam japde ਉਹਨਾਂ ਦੇ ਪਿਤਾ ਜੀ ਨੇ ਕੀ ਕੀਤਾ ਤਲਵਾਰ ਨੰਗੀ ਕਰਕੇ ਇੱਕ ਇੱਕ ਕੁੜੀਆਂ ਨੂੰ ਕਹਿ ਕੇ ਮੂਰੇ ਆ ਕੇ ਉਹਨਾਂ ਦੇ ਸਿਰ ਵੱਢਿਆ ਐਂਡ ਹੀ ਸੇਜ਼ ਬਾਈ ਹਿਸ ਓਨ ਵਰਡਸ ਨਾ ਵਾਈ ਆਪਣੀ ਇੱਜ਼ਤ ਬਚਾਉਣ ਲਈ ਤੇ ਹੀ ਈਵਨ ਐਕਸਪਲੇਨ ਸੇ ਉਹਨਾਂ ਕਹਿੰਦੇ ਕਿ ਡਿਡ ਐਨੀਬਡੀ ਕਰਾਈ ਸਮਬਡੀ ਆਸ ਨਾ ਡਿਡ ਐਨੀਬਡੀ ਕਰਾਈ ਓਵਰ ਦੈਰ ਵਾਸ ਪੀਪਲ ਵੀਪਿੰਗ ਓਵਰ ਦੈਰ ਸੇ ਨਾ ਉੱਥੇ ਇੱਕ ਹੀ ਆਵਾਜ਼ ਨਿਕਲਦੀ ਸੀ ਵਾਹਿਗੁਰੂ ਵੈਨ ਸਮਬਡੀ ਹੇਅਰ ਇਜ਼ ਕੱਟ ਆਫ ਦੇ ਜਸਟ ਸੇ ਵਾਹਿਗੁਰੂ ਇਹ ਸੰਤੋਖੀ ਹੈ ਸਾਧ ਸੰਗ ਜੀ ਸੰਤੋਖ ਤੇ ਕੀ ਹੁੰਦਾ ਸਾਧ ਸੰਗ ਜੀ ਬਾਬਾ ਜੀ ਵਾਸ ਇਨ ਦਾ ਪਿੰਡ ਐਂਡ ਦੇਰ ਵਾਸ ਅ ਮੁਸਲਿਮ ਗਰੁੱਪ ਆਫ ਮੁਸਲਿਮ ਬੋਇਸ ਦੇ ਵਰ ਟ੍ਰਾਇੰਗ ਟੂ ਗੋ ਟੂ ਦੀ ਬਾਰਡਰ ਟੂ ਗੋ ਔਨ ਦੀ ਅਦਰ ਸਾਈਡ ਟੂ ਪਾਕਿਸਤਾਨ ਤੇ ਇੱਕ ਮੁਸਲਮਾਨ ਜਿਹੜਾ ਸੀ ਉਹ ਜਾਣਦਾ ਕਿ ਇਹ ਬਾਬਾ ਜੀ ਕੌਣ ਸੀ ਵੈਸੇ ਤਾਂ ਉਹ ਗਿਆਨੀ ਜੀ ਸੱਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿ ਅਵਸਥਾ ਕੀ ਹੈ ਉਹਨਾਂ ਦੀ ਤੇ ਕਹਿੰਦੇ ਇਹ ਗਿਆਨੀ ਨੂੰ ਅਸੀਂ ਜਾਣਦੇ ਆ ਇਹਨਾਂ ਦੀ ਸ਼ਰਨ ਵਿੱਚ ਜਾਂਦੇ ਹਾਂ ਆਊਟ ਆਫ ਫਾਇਰ ਆਫ ਦੈਮ ਟੂ ਆਫ ਦੈਮ ਡਿਸ ਅਗਰੀਡ ਐਂਡ ਦੀਸ ਟੂ ਪੀਪਲ ਦੇ ਰੈਨ ਅਵੇ ਦੈਮਸੈਲਫ ਐਂਡ ਇਟ ਸੇਸ ਦਿਸ ਇਜ਼ ਐਕਚੁਅਲੀ ਸਟੋਲ ਬਾਏ ਭਾਈ ਮਲਕੀਤ ਸਿੰਘ ਜੀ ਪਰਾਏ ਵਾਲੇ ਸੋ ਇਟਸ ਰਿਟਨ ਇਨ ਹਿਸ ਬੁੱਕ ਐਜ਼ ਵੈਲ ਬਾਬਾ ਜੀ ਟੋਲਡ ਦੈਟ ਆਊਟ ਆਫ ਦਿਸ ਫਾਇਵ ਪੀਪਲ ਦੋ ਜਿਹੜੇ ਸਨ ਉਹ ਭੱਜ ਕੇ ਐਂਡ ਦੇ ਗੋਟ ਕਿਲਡ ਤੇ ਜਿਹੜੇ ਬਾਬਾ ਦੀ ਚਰਨ ਵਿੱਚ ਆ ਕੇ ਬਹਿ ਗਈ ਸੀ ਬਾਬਾ ਜੀ ਐਕਚੁਅਲੀ ਟੁੱਕ ਦੈਮ ਐਂਡ ਗੋ ਟੂ ਦਾ ਬੋਰਡਰਸ ਜਸਟ ਟੂ ਇਨਸ਼ੋਰ ਦੇ ਵਰ ਸੇਫ ਇਹ ਸਾਧ ਸੰਗਤ ਜੀ ਅਹਿੰਸਾ ਦ ਥਰਡ ਵਨ ਕੰਪੈਸ਼ਨ ਨਾਓ ਇਫ ਯੂ ਥਿੰਕ ਅਬਾਊਟ ਬਾਬਾ ਸੋਹਣ ਸਿੰਘ ਜੀ ਐਵਰੀਬਡੀ ਨੋਜ਼ ਦਿਸ ਵਿਦਆਊਟ ਐਨੀ ਡਾਊਟ ਕਿ ਜਿਹੜਾ ਵੀ ਬਾਬਾ ਜੀ ਕੋਲ ਆਉਂਦਾ ਨਾ ਬਾਬਾ ਜੀ ਉਹਨਾਂ ਦੇ ਹਾਮੀ ਭਰ ਲੈਂਦੇ ਐਨੀਬਡੀ ਹੂ ਕਮਸ ਟੂ ਬਾਬਾ ਜੀ ਕੀਪਸ ਦੈਮ ਹੈਲਪਸ ਦੈਮ ਹੀ ਹੈਵ ਸੋ ਮਚ ਆਫ ਕੰਪੈਸ਼ਨ ਇਨ ਦੈਮ ਨਾਓ ਹਾਊ ਮਚ ਆਫ ਕੰਪੈਸ਼ਨ ਸੋ ਵੈਨ ਆਈ ਵਾਸ ਯੰਗ ਆਈ ਯੂਸ ਟੂ ਹੀਅਰ ਦਿਸ ਅ ਲੋਟ ਦਿਸ ਵਾਸ ਸ਼ੇਅਰਡ ਅਮੰਗ ਦ ਸੰਗਤ ਐਨੀ ਵੂਮਨ ਵਿਦਆਊਟ ਐਨੀ ਚਾਇਲਡ ਦੇ ਯੂਸ ਟੂ ਕਮ ਹੇਅਰ ਸੁਖਨਾ ਕਰਕੇ ਅਰਦਾਸ ਕਰਕੇ ਉਹਨਾਂ ਨੂੰ ਨੈਕਸਟ ਡੇ ਬੱਚਾ ਹੋ ਜਾਂਦਾ ਸੀ ਇਹ ਇੰਨੀ ਕਲਾ ਵਰਤਦੀ ਹੁੰਦੀ ਸੀ ਜਿਹੜੇ ਬਜ਼ੁਰਗ ਉਹਨਾਂ ਨੂੰ ਪਤਾ ਜ਼ਿਆਦਾ ਬਾਬਾ ਜੀ ਕਿਸੇ ਨੂੰ ਕਿਸੇ ਫਿਰ ਦਾਨ ਦੇ ਦੇਣਾ ਬੱਚੀ ਦਾ ਅਰਦਾਸ ਕਰਕੇ ਇਵਨ ਅਪ ਟੂ ਪ੍ਰਮੋਸ਼ਨ ਸੋ ਇਫ ਯੂ ਵਾਂਟ ਟੂ ਨੋ ਜੁਗਤੀ ਇਫ ਯੂ ਵਾਂਟ ਟੂ ਨੋ ਹਾਊ ਟੂ ਗੈਟ ਯੋਰ ਪ੍ਰਮੋਸ਼ਨਸ ਆਫ ਕੋਰਸ ਨਥਿੰਗ ਕਮਸ ਫ੍ਰੀ ਰਾਈਟ ਬਾਬਾ ਜੀ ਹੈਜ਼ ਗਿਵਨ ਦੇਅਰ ਬਾਣੀ ਇਨ ਦੈਟ ਬੁੱਕ ਜਿੱਚਰ ਮੂਲ ਨਾ ਤੋੜੀਂਦੋ ਤਿੱਚਰ ਆਪ ਕਿਰਪਾ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਪੂਰਨ ਕਬੂਲ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਰ ਨਾ ਘਾਟ ਔਖੀ ਕੜੀ ਨਾ ਦੇਖਣ ਦਈ ਫਿਰ ਕਰ ਬੈਸੋ ਹਰ ਦਿਨ ਪਿਆਰੇ ਏਦਾਂ ਦੇ ਸ਼ਬਦ ਬਾਬਾ ਜੀ ਨੇ ਫਿਰ ਆਪਣੇ ਪਿਆਰਿਆਂ ਨੂੰ ਦਿੰਦੇ ਸਨ ਕਿ ਇਹ ਦਇਆ ਕਰਕੇ ਨਾ ਉਹਨਾਂ ਤੇ ਉੱਪਰ ਪੁਰਉਪਕਾਰ ਕਰਦੇ ਸਨ ਦੈਸ ਸਾਖੀ ਵਿਸ਼ਵਸ ਗਿਆਨੀ ਉਦੇ ਸਿੰਘ ਜੀ ਪਤਾ ਹੁੰਦਾ ਇਹ ਦੇਵੀ ਤੋਂ ਸਨ ਇੱਕ ਦਿਨ ਗਿਆਨੀ ਜੀ ਬਾਬਾ ਜੀ ਕੋਲ ਆ ਕੇ ਬਾਬਾ ਜੀ ਨੂੰ ਕਹਿੰਦੇ ਹਨ ਕਿ ਬਾਬਾ ਜੀ ਦਿਸ ਇਸ 2000 ਬੈਕ ਦੈਨ ਉਹ ਕਹਿੰਦੇ ਹੁੰਦੇ ਡੋਲਰ ਹੈ ਨਾ ਯੂਸ ਬੀ ਡੋਲਰਸ ਦਿਸ ਇਸ 2000 ਡੋਲਰਸ ਬੈਕ ਦੈਨ ਇਸ ਅ ਹਿਊਜ ਅਮਾਊਂਟ ਆਫ ਮਨੀ ਤੇ ਕਹਿੰਦੇ ਬਾਬਾ ਜੀ ਕਿਰਪਾ ਕਰਕੇ ਇਹ ਜਿਹੜੇ ਪੈਸੇ ਤੁਸੀਂ ਰੱਖੋ ਅਸੀਂ ਬਾਅਦ ਚ ਆ ਕੇ ਤੁਹਾਤੋਂ ਲਿਆਵਾਂਗੇ ਤੇ ਕੀ ਹੁੰਦਾ ਸਾਧ ਸੰਗਤ ਜੀ ਨੈਕਸਟ ਡੇ ਗਿਆਨੀ ਜੀ ਫਿਰ ਵੀ ਇੱਥੇ ਗੁਰਦੁਆਰੇ ਸੀ
Next day, Amrit Vela. Now, this is also a jugati. This is also an example for you to know, how do you ask from Guru Granth Sahib Ji? There was a Sikh who came to the Darbar Sahib during Amrit Vela. Oh, lamma pe gaya. He's not matha taking, he's lying down. We call dandoth. Oh, pura dandoth ho ke Guru Granth Sahib de umure akki ja ke jordriyan karda. And ki hunda? Baba Ji, us time te battiyan kat hunde han. ਐਂਡ ਬਾਬਾ ਜੀ ਥੋੜ੍ਹਾ ਜਿਹਾ ਲੰਘਦੇ ਲੰਘਦੇ ਉਹਦੇ ਪੈਰ 'ਤੇ ਮਾਰਤਾ ਅਤੇ ਬਾਬਾ ਜੀ ਬੋਲਦੇ ਹਾਂ ਭਲਾ ਮਾਨਸਾ ਕੀ ਹੋ ਗਿਆ ਕੀ ਗੱਲ ਬਾਬਾ ਜੀ ਨੂੰ ਪਤਾ ਜਿਹੜੇ ਦੁਖੀ ਆ ਨਾ ਉਹ ਅੰਮ੍ਰਿਤ ਲਿਆਉਂਦੇ ਸੀ ਮੰਗਣ ਨੂੰ ਅਤੇ ਉਹ ਸਿੰਘ ਕਹਿੰਦਾ ਬਾਬਾ ਜੀ ਆਈ ਐਮ ਇਨ ਅ ਵੈਰੀ ਡੈਸਪਰੇਟ ਸਿਚੁਏਸ਼ਨ ਮਾਈ ਹਾਊਸ ਇਜ਼ ਗੋਇੰਗ ਟੂ ਬੀ ਸੋਲਡ I've got no money to be paying to the banks. I've got a business which is not working out for me. I need money. Te baba ji puchde kinna kacha tonu chahida va? Te kehnde han baba ji I just need 2000. Back then 2000 is a big amount of money. Te baba ji man vich aa gaya ke gyani Uday Singh ne sanu paise ditte san. Te baba ji phir gyani ji puchde han baba ji ask ke gyani ji Do you think you can actually give this money to the Sikh? Te Gyani ji phir bahut nimrata naal kehnde han ki Baba ji if you think that this person needs it I've given you the responsibility if you think he will give back the money tusi de diyo. Te agge phir Baba ji ne eh vi kya If you have earned this money honestly the money will come back to you. Hana ਅਤੇ ਕੀ ਹੁੰਦਾ ਬਾਬਾ ਜੀ ਫਿਰ ਉਹਨਾਂ ਨੂੰ ਪੈਸੇ ਦਿੱਤੇ ਦ ਸ਼ਰਤ ਬਸ ਸ਼ਰਤ ਇਹ ਸੀ ਕਿ ਤੁਸੀਂ 2 ਮਹੀਨਿਆਂ ਵਿੱਚ ਵਾਪਸ ਪੈਸੇ ਕਰਨੇ ਆ ਸਾਧ ਜੀ 2 ਮਹੀਨੇ ਕਿੱਥੇ 2 ਸਾਲ ਬਾਅਦ ਉਹ ਵਾਪਸ ਆਏ ਇੱਥੇ ਠੀਕ ਹੈ ਮੈਂ ਬਾਬਾ ਜੀ ਇਨਸੇ ਬਾਬਾ ਜੀ ਇਹ ਜਿਹੜਾ 2000 ਤੁਸੀਂ ਸਾਨੂੰ ਦਿੱਤਾ ਸੀ ਇਹ ਤੁਹਾਡੇ ਪੈਸੇ ਅਤੇ ਉੱਤੋਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਵਿਆਜ ਵੀ ਦਿੰਦਾ 500 ਕਿਉਂਕਿ ਲੇਟ ਹੋ ਗਿਆ ਬਾਬਾ ਜੀ ਟੋਲ ਦੈਮ ਕਿ ਭਾਈ ਇਹ ਪੈਸੇ ਜਿਹੜੇ ਸਨ ਇਹ ਗਿਆਨੀ ਉਦੇ ਸਿੰਘ ਦੇਵੀ ਦੇ ਪੈਸੇ ਹਨ ਤੁਸੀਂ ਉਹਨਾਂ ਨੂੰ ਜਾ ਕੇ ਦੇ ਦਿਓ ਅਤੇ ਸਾਧ ਸੰਗਤ ਜੀ ਵੇਖੋ ਨਾ ਇਹ ਕਿਵੇਂ ਵਾਹਿਗੁਰੂ ਇਹ ਸਾਰਾ ਕੰਮ ਕਰਦਾ ਹੈ ਉਸ ਟਾਈਮ 'ਤੇ ਗਿਆਨੀ ਉਦੇ ਸਿੰਘ ਨੂੰ ਪੈਸੇ ਦੀ ਲੋੜ ਸੀ ਆਪਣੇ ਕੁੜੀ ਨੂੰ ਵਿਆਹਣ ਲਈ ਅਤੇ ਗਿਆਨੀ ਜੀ ਸੋਚਦਾ ਮੈਂ ਕਿ ਆਪਣੇ ਗੁਰੂ ਨੂੰ ਕਿਵੇਂ ਵਿਆਹਾਂ ਅਤੇ ਕੀ ਹੁੰਦਾ ਉਸ ਟਾਈਮ 'ਤੇ ਫਿਰ ਇਹ ਸਿੰਘ ਜਿਹੜਾ ਵਾ ਜਾ ਕੇ ਗਿਆਨੀ ਜੀ ਜਾ ਕੇ ਪੈਸੇ ਦਿੰਦੇ ਸਨ ਸਾਧ ਸੰਗਤ ਜੀ ਕਹਿਣ ਦਾ ਭਾਵ ਵੇਖੋ ਕਿਵੇਂ ਮਹਾਂਪੁਰਸ਼ ਕਿਸੇ ਦੇ ਉੱਪਰ ਦਇਆ ਕਰਦੇ ਸਨ ਨਾਓ ਵੀ ਟਾਕ ਅਬਾਊਟ ਮਿਰਗ ਸੋ ਸਾਧ ਸੰਗਤ ਜੀ ਮਿਰਗ ਦਾ ਮਤਲਬ ਇਹ ਆ ਇਫ ਯੂ ਲੁੱਕ ਲਾਈਕ ਦ ਲਿਟਰਲ ਟ੍ਰਾਂਸਲੇਸ਼ਨ ਆਫ ਇਟ ਇਟਸ ਸਪੀਕਿੰਗ ਸਵੀਟਲੀ ਬਟ ਇਨ ਆਰਡਰ ਫਾਰ ਯੂ ਟੂ ਸਪੀਕ ਸਵੀਟਲੀ ਆਫਕੋਰਸ ਯੂ ਹੈਵ ਟੂ ਹੈਵ ਹੰਬਲਨੈਸ without being humble you cannot speak sweetly probably you can par fir oh andaron nahi hunda hai loki kehnde na mukho hi sara mittha mittha bolda va par andar hor gal chaldi hai baba ji jehde sansar sangi tusi buzurgan nu puch ke vekh you ask the elderlies na ke baba ji kidan da subha si unna da baba ji apni zindagi de vich kise nu kade gal nahi katya ਭਾਵੇਂ ਕੋਈ ਮਾੜਾ ਵੀ ਕਰ ਲੈਂਦਾ ਨਾ ਇਫ ਐਨੀਬਡੀ ਡਸ ਸਮਥਿੰਗ ਇਵਨ ਬੈਡ ਬਾਬਾ ਜੀ ਕੌਜ਼ ਦੈ ਭਲਾ ਮਾਨਸਾ ਤੂੰ ਇਸ ਤਰ੍ਹਾਂ ਕਿਉਂ ਕੀਤਾ
ਤੇ ਸਾਧ ਸੰਗਤ ਜੀ ਬਾਬਾ ਜੀ ਦੀ ਤੁਸੀਂ ਕਥਾ ਪੜ੍ਹ ਕੇ ਵੇਖ ਲਓ, ਉਹ ਕਿਤਾਬ ਆ, ਇਫ ਯੂ ਵਾਂਟ ਟੂ ਰੀਡ ਬਾਬਾ ਜੀ ਕਥਾ ਦੈਟਸ ਰਾਈਟ ਅਪ ਔਨ ਇਟ, ਇਫ ਯੂ ਵਾਂਟ ਲਿਸਨ ਟੂ ਬਾਬਾ ਜੀ ਕਥਾ ਦੈਟਸ ਆਲਸੋ ਆਡੀਓ ਔਨ ਇਟ, ਦੈਟਸ ਵਨ ਵਰਡ ਬਾਬਾ ਜੀ ਐਕਚੁਅਲੀ ਯੂਜ਼ ਫੋਰ ਦ ਸਾਧ ਸੰਗਤ ਵਿਚ ਆਈ ਐਮ ਵੈਰੀ ਅਸਟੋਨਿਸ਼ ਬਿਕੋਜ਼ ਇਟ ਸ਼ੋਜ਼ ਦ ਲੈਵਲ ਆਫ ਹਿਸ ਨਿਮਰਤਾ। ਉਹ ਕਿੱਥੇ ਸੰਤ ਸਾਧ ਸੰਗਤ ਜੀ, ਇੱਥੇ ਅਸੀਂ ਕਿੱਥੇ ਆ? ਉਹ ਸਾਰਿਆਂ ਨੂੰ ਇਹ ਬੁਲਾਉਂਦੇ ਸਨ ਕਿ ਮਾਨ ਯੋਗ ਸਜਣੋ, ਦ ਮੀਨਿੰਗ ਆਫ ਮਾਨ ਯੋਗ ਸਜਣ ਦਾ ਇਹ ਮਤਲਬ ਆ, ਓ ਮਾਈ ਬਿਲੇਵਡ ਫਰੈਂਡਸ, ਇਫ ਯੂ ਥਿੰਕ ਅਬਾਊਟ ਇਟ, ਆਈ ਫੀਲ ਸੋ ਯੂਸਲੈਸ, ਐਂਡ ਫੋਰ ਅ ਸੇਂਟ ਟੂ ਕਾਲ ਮਾਨ ਯੋਗ ਸਜਣੋ, ਤੇ ਇਹ ਬੋਲੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਇਟਸ ਦ ਸੇਮ ਲੈਂਗੁਏਜ ਯੂਜ਼ਡ। ਤੇ ਕੀ ਕਰਦੇ ਹੁੰਦੇ ਹਨ ਸਾਧ ਸੰਗਤ ਜੀ, ਆਪਣੇ ਆਪ ਨੂੰ ਕਦੇ ਵੀ ਸੰਤ ਨਹੀਂ ਬੁਲਾਇਆ ਆਪਣੀ ਜ਼ਿੰਦਗੀ ਵਿੱਚ, ਹੀ ਹੈਜ਼ ਨੈਵਰ ਸੇਡ ਮੈਨੂੰ ਸੰਤ ਬੁਲਾਓ, ਮੈਂ ਸੰਤ ਹਾਂ, ਮੈਂ ਇਤਰਾ ਵਾਂ ਫਲਾਨਾ, ਨਾ। ਆਪਣੇ ਆਪ ਨੂੰ ਕੀ ਬੁਲਾਉਂਦੇ ਸਨ? ਕਾਕਾ ਸੋਹਣ ਸਿੰਘ। ਤੇ ਸਾਧ ਸੰਗਤ ਜੀ ਇੱਕ ਘਟਨਾਵਾਂ ਹੋਇਆ ਸੀ ਨਿਮਰਤਾ ਵਿਖਾਉਣ ਲਈ। ਇੱਕ ਦਿਨ ਕੀ ਹੁੰਦਾ, ਬਾਬਾ ਜੀ ਵਾਕਸ ਆਊਟ ਫੋਰ ਅ ਵਾਕ ਵਿਦ ਸੰਗਤ, ਤੁਰਦੇ ਤੁਰਦੇ ਦੋ ਤਿੰਨ ਸੰਗਤ ਜਿਹੜੇ ਸਨ, ਦੇ ਵਿੱਚ ਫਿਊ ਆਫ ਦੈਮ ਵਾਕਿੰਗ ਇਨ ਫਰੰਟ ਆਫ ਬਾਬਾ ਜੀ, ਮੀਂਹ ਪੈ ਰਿਹਾ, ਇਟ ਵਾਸ ਰੇਨਿੰਗ ਐਂਡ ਦੇ ਵਰ ਜਸਟ ਆਲ ਵਾਕਿੰਗ ਹੈ ਨਾ, ਐਂਡ ਵੈਨ ਦੇ ਰੀਚ ਦ ਡੈਸਟੀਨੇਸ਼ਨ ਆਲ ਆਫ ਦੈਮ ਵਰ ਸੋਕਡ ਵੈਟ, ਤੇ ਬਾਬਾ ਜੀ ਸਾਰਾ ਸੁੱਕਾ, ਬਾਬਾ ਜੀ ਵਾਸ ਆਲ ਡਰਾਈ। ਤੇ ਬਾਬਾ ਜੀ ਨੂੰ ਇੱਕ ਸੰਗਤ ਪੁੱਛ ਰਹੀ ਸੀ ਕਿ ਬਾਬਾ ਜੀ ਵਾਈ ਆਰ ਯੂ ਡਰਾਈ, ਯੂ ਆਲ ਡਰਾਈ? ਐਟ ਦੈਟ ਪੁਆਇੰਟ ਟਾਈਮ ਸਾਧ ਸੰਗਤ ਜੀ ਸਾਡਾ ਵਰਗਾ ਕਹਿੰਦਾ ਨਹੀਂ ਜੀ ਇਤਰਾਂ ਜੀ, ਨਹੀਂ ਜੀ ਉਤਰਾਂ ਜੀ। ਬਾਬਾ ਜੀ ਨੇ ਕੀ ਕੀਤਾ ਸਾਧ ਸੰਗਤ ਜੀ, ਬਾਬਾ ਜੀ ਵੈਂਟ ਟੂ ਦੈਟ ਸਿੱਖ, ਹੀ ਵਾਸ ਵੈਕ, ਹੀ ਹੱਗਡ ਹਿਮ ਐਂਡ ਸੇ ਮੈਂ ਵੀ ਗਿੱਲਾ ਹੋ ਗਿਆ ਹਾਂ, ਮੈਂ ਵੀ ਭਿੱਜ ਗਿਆ। ਐਂਡ ਇਟ ਵਾਸ ਦੈਟ ਸਟਾਰਟਿੰਗ ਸਾਧ ਸੰਗਤ ਜੀ, ਦ ਵੈਰੀ ਪੋਪੂਲਰ ਬਲੈਕ ਅੰਬ੍ਰੇਲਾ ਵਾਸ ਯੂਜ਼ਡ ਬਾਈ ਬਾਬਾ ਸੋਹਣ ਜੀ ਫਰੋਮ ਦੈਟ ਟਾਈਮ ਔਨਵਰਡਸ। ਇਫ ਯੂ ਲੁੱਕ ਐਟ ਐਨੀ ਪਿਕਚਰ ਆਫ ਬਾਬਾ ਜੀ, ਉਹ ਅੰਬ੍ਰੇਲਾ ਹਲੇ ਹੈ ਛਤਰੀ, ਦ ਅੰਬ੍ਰੇਲਾ ਇਜ਼ ਸਟਿਲ ਹੇਅਰ, ਦੈਟ ਅੰਬ੍ਰੇਲਾ ਯੂਜ਼ਡ ਬਾਈ ਬਾਬਾ ਜੀ ਸੋ ਦੈਟ ਵੈਨ ਹੀ ਗੋਸ ਅਪ ਫੋਰ ਅ ਵਾਕ ਐਂਡ ਇਫ ਇਟਸ ਰੇਨਿੰਗ, ਇਫ ਹੀ ਡਜ਼ਨਟ ਗੈਟ ਵੈਟ, ਪੀਪਲ ਵਿਲ ਸਟਾਰਟ ਆਸਕਿੰਗ, ਸੋ ਹੀ ਯੂਜ਼ਸ ਐਨ ਅੰਬ੍ਰੇਲਾ। ਸੋ ਸਾਧ ਸੰਗਤ ਜੀ, ਇਫ ਯੂ ਵਾਂਟ ਟੂ ਲਰਨ ਸਮਥਿੰਗ ਫਰੋਮ ਅ ਮਹਾਂਪੁਰਖ, ਜੇ ਕੁਛ ਸਿੱਖਣਾ ਹੋਵੇ ਨਾ ਤਾਂ ਮਿੱਠਾ ਬੋਲਣ ਦਾ ਇਹ ਤੁਸੀਂ ਸਿੱਖ ਲਓ। ਵਾਈ ਯੂ ਹੈਵ ਟੂ ਹੈਵ ਮਿੱਠਾ ਬੋਲਣਾ, ਵਾਈ ਡੂ ਯੂ ਹੈਵ ਟੂ ਹੈਵ ਨਿਮਰਤਾ ਇਨ ਯੂ? ਗੁਰਬਾਣੀ ਸੇਸ ਰਾਈਟ, ਹਰ ਹੈ ਖਾਂਡ, ਹਰ ਹੈ ਖਾਂਡ, ਰੇਤ ਮੈਂ ਬਿਖਰੀ, ਹਾਥੀ ਚੁਣੈ ਨਾ ਜਾਏ। ਆਈਲ ਗਿਵ ਯੂ ਦ ਐਕਸਪਲੇਨੇਸ਼ਨ ਆਫ ਦਿਸ। ਹਰ ਹੈ ਖਾਂਡ, ਜਿਹੜਾ ਵਾਹਿਗੁਰੂ ਹੈ ਨਾ, ਇਹ ਖੰਡ ਦੀ ਜਿਹਾ ਹੀ ਹੈ। ਵਾਹਿਗੁਰੂ ਜੀ ਇਜ਼ ਐਗਜ਼ਾਮਪਲ ਆਫ ਅ ਗ੍ਰੇਨ ਆਫ ਸ਼ੂਗਰ। ਹਰ ਹੈ ਖਾਂਡ, ਰੇਤ ਮੈਂ ਹੈ ਬਿਖਰੀ। ਰੇਤ ਜਾਣਦੇ ਨਾ, ਰੇਤਾ ਕੀ ਹੁੰਦਾ ਵਾ? ਸੈਂਡ। ਇਫ ਯੂ ਟੇਕ ਸ਼ੂਗਰ ਐਂਡ ਯੂ ਪੁੱਟ ਇਟ ਇਨ ਸੈਂਡ, ਵਿਲ ਐਨੀ ਆਫ ਅਸ ਬੀ ਏਬਲ ਟੂ ਫਾਈਂਡ ਇਟ? ਨੋ। ਤੇ ਸਤਿਗੁਰੂ ਕਹਿੰਦੇ ਹਨ ਹਾਥੀ ਚੁਣਿਆ ਨਾ ਜਾ। ਜਿਹੜਾ ਹਾਥੀ ਹੈ ਨਾ, ਐਲੀਫੈਂਟ, ਉਹ ਹਾਥੀ ਜਿਹੜਾ ਵਾ ਉਹ ਸ਼ੂਗਰ ਨੂੰ ਨਹੀਂ ਪਿਕਅਪ ਕਰਕੇ ਖਾ ਸਕਦਾ। ਨੋ, ਹੀ ਕੈਨੋਟ। ਮਹਾਰਾਜ ਜੀ ਕੀ ਕਹਿੰਦੇ ਹਨ,
ਕਹਿ ਕਬੀਰ ਗੁਰ ਭਲੀ ਬੁਝਾਈ, ਚਿੱਟੀ ਹੋਏ ਖੈ ਖਾਏ। ਦਿਸ ਇਜ ਦ ਸਿੱਖਿਆ ਫਰੋਮ ਗੁਰੂ ਸਾਹਿਬ। ਇਫ ਯੂ ਵਾਂਟ ਟੂ ਟੇਕ ਦੈਟ ਸ਼ੂਗਰ ਫਰੋਮ ਯੋਰ ਫਰੋਮ ਦੈਟ ਸੈਂਡ, ਯੂ ਹੈਵ ਟੂ ਬੀ ਐਨ ਐਂਟ। ਦ ਮੀਨਿੰਗ ਆਫ ਐਨ ਐਂਟ ਹੇਅਰ ਇਜ ਯੂ ਹੈਵ ਟੂ ਹੈਵ ਹਿਊਮਿਲਿਟੀ ਇਨ ਯੂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਧ, ਵੱਡਿਆਂ ਕਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲਿਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਇੱਥੇ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਧ ਸੰਗ ਜੀ, ਨਿਮਰਤਾ ਬਹੁਤ ਵੱਡੀ ਚੀਜ਼ ਹੈ। ਇਫ ਯੂ ਡੋਂਟ ਹੈਵ ਹਿਊਮਿਲਿਟੀ ਯੂ ਕੈਨ ਨਾਟ ਗੋ ਐਨੀਵੇਅਰ। ਮਾਕ ਮਾਈ ਵਰਡਸ, ਬਿਕੋਜ਼ ਇਹ ਗੁਰੂ ਗ੍ਰੰਥ ਸਾਹਿਬ ਦਾ ਦਾਅਵਾ ਵਾ। ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ ਤੇ ਬਾਬਾ ਜੀ ਵਿੱਚ ਬੇਅੰਤ ਹੈ। ਬਾਬਾ ਜੀ ਹੈਵ ਸੋ ਮਚ ਆਫ ਹਿਊਮਿਲਿਟੀ ਇਨ ਹਿਮ। ਨਾਓ ਦ ਫਿਫਥ ਐਟਰੀਬਿਊਟ, ਸੱਤ ਬਚਨ। ਸੋ ਬਾਬਾ ਜੀ ਵੀ ਆਲ ਨੋ, ਇੱਥੇ ਸਾਰੇ ਜਾਣਦੇ ਨਾ ਮਲਾਇਆ ਦੇ ਵਿੱਚ ਮਲੇਸ਼ੀਆ ਵਿੱਚ ਕਿ ਬਾਬਾ ਜੀ ਇੱਕ ਸੰਤ ਆ, ਵਾਹ ਬਹੁਤ ਵਧੀਆ ਵਾ। ਤੇ ਇਹ ਕੋਨਸੈਪਟ ਸੰਤ ਸਿਪਾਹੀ ਦਾ ਜਿਹੜਾ ਕੋਨਸੈਪਟ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤੀ, ਦਿਸ ਕੋਨਸੈਪਟ ਆਫ ਸੰਤ ਸਿਪਾਹੀ ਵਾਸ ਐਸਟੈਬਲਿਸ਼ ਬਾਈ ਗੁਰੂ ਗੋਬਿੰਦ ਸਿੰਘ ਜੀ, ਈਵਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਦ ਮੇਰੀ ਪੀਰੀ। ਸੋ ਇਨ ਮਲੇਸ਼ੀਆ ਵੀ ਆਲ ਨੋ ਬਾਬਾ ਜੀ ਐਸ ਅ ਸੇਂਟ, ਬਟ ਵੈਨ ਹੀ ਵਾਸ ਇਨ ਇੰਡੀਆ ਪੰਜਾਬ ਫਰੋਮ ਦ 1920s ਟੂ ਦ 1925, there was a lehar called Gurdwara Sudar Lehar. So what happened back then in those times, Gurdwaras were not run by the Sikhs. They were run by different people from, they were basically Udasis, right? Now, not all of them were bad. Sare maade nahi si. Par unna de vich maade bahut san. Te Gurdwara jehda Sudai Lehar eh si ke Sikh jehde Punjab de vich eh ikatthe ho ke ki karde han, ਜਾ ਕੇ ਗੁਰਦੁਆਰੇ ਦੇ ਕਬਜ਼ਾ ਵਾਪਸ ਲੈ ਲੈ ਲੈਂਦੇ। ਦੇ ਵਾਂਟਡ ਟੂ ਟੇਕ ਦ ਗੁਰਦੁਆਰਾ ਬੈਕ ਸੋ ਦੈਟ ਦੇ ਕੈਨ ਫੋਲੋ ਦ ਮਰਿਆਦਾ ਆਫ ਦ ਗੁਰੂ। ਨਾਓ ਇਫ ਯੂ ਰੀਡ ਅਬਾਊਟ ਦ ਹਿਸਟਰੀ ਆਫ ਬਾਬਾ ਸੋਹਣ ਸਿੰਘ ਜੀ, ਇੰਟਰਸਟਿੰਗ ਇਨਾਫ, ਬਾਬਾ ਜੀ ਵਾਸ ਐਕਚੁਅਲੀ ਇਨਵੋਲਵ ਇਨ ਦੋਸ ਲਹਿਰ ਐਂਡ ਹੀ ਵਾਸ ਅਬਾਊਟ 20 ਇਅਰਸ 19-20 ਇਅਰਸ ਓਲਡ, ਐਂਡ ਬਾਬਾ ਜੀ ਯੂਜ਼ ਟੂ ਗਿਵ ਸੋ ਮਚ ਆਫ ਮੋਟੀਵੇਸ਼ਨ ਐਂਡ ਇੰਸਪੀਰੇਸ਼ਨ ਟੂ ਦ ਸੰਗਤ, ਟੂ ਦ ਯੂਥਸ। ਹੀ ਈਵਨ ਵੈਂਟ ਔਨ ਸਟੇਜਸ ਟੂ ਸਪੀਕ, ਹੀ ਹੈਡ ਅ ਫਰੈਂਡ ਰਾਮ ਸਿੰਘ, ਉਹ ਇਕੱਠੇ ਹੋ ਕੇ ਨਾ ਜਾ ਕੇ ਸੰਗਤਾਂ ਨੂੰ ਦੱਸਦੇ ਕਿ ਭਾਈ ਉੱਠੋ, ਇਸ ਤਰ੍ਹਾਂ ਕਰੋ, ਹਨਾ ਆਪਣਾ ਵਿਰਸਾ ਸੰਭਾਲੋ। ਬਾਬਾ ਜੀ ਐਕਚੁਅਲੀ ਵੈਂਟ ਟੂ ਜੇਲ, ਬਾਬਾ ਜੀ ਐਕਚੁਅਲੀ ਵੈਂਟ ਟੂ ਜੇਲ ਬਿਕੋਜ਼ ਹੀ ਵਾਸ ਅਗੇਂਸਟ ਦ ਗਵਰਨਮੈਂਟ ਆਫ ਬ੍ਰਿਟਿਸ਼। ਬਟ ਗੁਰੂ ਦੀ ਕਿਰਪਾ ਦੇ ਨਾਲ ਸਾਸ ਜੀ, ਹੀ ਕੇਮ ਆਊਟ, ਸਮਬਡੀ ਬੇਲਡ ਹਿਮ ਆਊਟ। ਨਾਓ ਇਨ ਆਰਡਰ ਫਾਰ ਯੂ ਟੂ ਡੂ ਦਿਸ ਕਾਈਂਡ ਆਫ ਸਟਫ, ਯੂ ਹੈਵ ਟੂ ਸਪੀਕ ਦ ਟਰੂਥ। ਆਮ ਕਰਕੇ ਨਾ ਸਾਧ ਸੰਗਤ ਜੀ, ਅਫਸੋਸ ਦੀ ਗੱਲ ਇਹ ਆ, ਵੀ ਹੈਵ ਬਿਕਮ ਸੋ ਲਿਬਰਲ ਇਨ ਵਟ ਵੀ ਆਰ ਡੂਇੰਗ, ਐਸਪੈਸ਼ਲੀ ਇਨ ਆਵਰ ਧਰਮ। ਆਈ ਬੀ ਓਨੈਸਟ ਵਿਦ ਯੂ ਬਿਕੋਜ਼ ਆਈ ਹੈਵ ਗਿਵਨ ਦਿਸ ਰੈਸਪੋਂਸਿਬਿਲਿਟੀ ਟੂ ਸਿਟ ਹੇਅਰ। ਇਫ ਬਾਬਾ ਸੋਹਣ ਸਿੰਘ ਜੀ ਵਾਸ ਹੇਅਰ ਟੂਡੇ ਰਾਈਟ, ਹੀ ਵੁੱਡ ਹੈਵ ਬੀਨ ਵੈਰੀ ਸੈਡ। ਜੇ ਬਾਬਾ ਜੀ ਇੱਥੇ ਹੁੰਦੇ ਨਾ, ਹੀ ਵੁੱਡ ਹੈਵ ਬੀਨ ਵੈਰੀ ਸੈਡ। ਡੂ ਯੂ ਨੋ ਵਾਈ? If you look at Babaji's akhir jara antam ardas hundi hai na, the whole procession of taking Babaji from Ipo to Malacca here, I don't know if you realize, there's one thing that surprised me to the max. Sare ande sir upar dastar hunda si. It's so rare for you to find a monna, a person who has actually cut his hair. Te Babaji apne kitab vich likhya hoya, Babaji used to say to the sangat,
if you don't take care of your religion, then forget about crying later on when your kids have problems. Because it's bound to happen. Because I was just speaking to a Sikh yesterday, na? Can they, the Jewish term, right? Jewish, they have this very strict thing in among their society. What is the strictness? Within a certain perimeters, right? There is, you're not supposed to smoke in that area. You can't bring alcohol in this area. Do you know why? It's all negativity, negativity. It's because of this negativity, we spend so much of time doing it. ਕਿੱਥੇ ਅਸੀਂ ਜਾ ਕੇ ਸਤਸੰਗ ਕਰ ਸਕਦੇ ਹਾਂ, ਕਿਸੇ ਦੀ ਮਦਦ ਕਰ ਸਕਦੇ ਹਾਂ, ਜਿਵੇਂ ਕਿ ਰਸਵਿੰਦਰ ਸਿੰਘ ਨੇ ਮੈਂ ਬੋਲਿਆ ਵਾ, ਸਾਡੇ ਵਿੱਚ ਨਾ ਜਿਹੜਾ ਬੁੱਕ ਪੜ੍ਹਨ ਵਾਲੇ ਬਹੁਤ ਘੱਟ ਹੋ ਗਏ ਆ। ਵੀ ਹੈਵ ਬਿਕਮ ਸੋ ਲੇਜ਼ੀ, ਵੀ ਫੋਰਗੈਟ ਟੂ ਰੀਡ ਅਵਰ ਬੁੱਕਸ, ਐਂਡ ਦੈਟਸ ਦ ਰੀਜ਼ਨ ਵਾਈ ਯੂ ਹੈਵ ਐਨੀਬਡੀ ਕਮਿੰਗ ਔਨ ਸਟੇਜ ਐਂਡ ਸਪੀਕਿੰਗ, ਸਾਰੇ ਕਹਿੰਦੇ ਵਾਹ 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 ਬਹੁਤ ਵਧੀਆ ਬੋਲਿਆ। ਅਖੀਰ ਤੇ ਨਾ ਜੇ ਬੰਦਾ ਝੂਠ ਵੀ ਬੋਲਦਾ ਨਾ, ਕਿਸੇ ਨੂੰ ਪਤਾ ਨਹੀਂ ਲੱਗਦਾ ਸੱਚ ਕਿ ਨਹੀਂ ਸੱਚ, ਮੈਨੂੰ ਕਹਿ ਦਿਓ ਜੇ ਮੈਂ ਝੂਠ ਮਾਰਦਾ ਤਾਂ। ਤੇ ਬਾਬਾ ਜੀ ਜਿਹੜੇ ਸਨ ਸਾਧ ਸੰਗਤ ਜੀ, ਇਹ ਗੁਰਦੁਆਰੇ ਦੇ ਵਿੱਚ ਫੋਰ ਦੈਟ ਵੈਰੀ ਰੀਜ਼ਨ ਦੈਟ ਇਸ ਅ ਲਾਇਬ੍ਰੇਰੀ ਇਨ ਦਿਸ ਗੁਰਦੁਆਰਾ। ਨਾਓ ਇੰਟਰਸਟਿੰਗ ਇਨਫ, ਦ ਬੁੱਕਸ ਦੈਟ ਆਰ ਇਨ ਦਿਸ ਲਾਇਬ੍ਰੇਰੀ ਯੂ ਕਾਂਟ ਗੈਟ ਦੈਮ ਇਨ ਪੰਜਾਬ ਐਨੀਮੋਰ, ਸਮ ਆਫ ਦੈਮ, because we have tried getting them. When Gani Harcharan Singh was alive and his sister-in-law takes care of the library, I don't know if she's still alive, I haven't seen her for a very long time. Some of the books you cannot even get it in Punjab, and they are in this library here. Do you know why he brought them? Kede li leke aanda tode layi, apne layi nahi aanda, oh padhya likhya si mahagyani si, ਮਾਸਟਰ ਕੀਤਾ ਉਹਨੇ, ਬਾਬਾ ਜੀ ਹੈਡ ਮਾਸਟਰਸ ਇਨ ਦ ਗ੍ਰੰਥੀ ਕੋਰਸ। ਛੇਵਾਂ ਸਾਧ ਸੰਗਤ ਜੀ ਤਪ, ਆਈ ਹੈਵ ਓਨਲੀ ਫਿਊ ਮੋਰ ਮਿੰਟਸ, ਆਈ ਟ੍ਰਾਈ ਟੂ ਫਿਨਿਸ਼ ਇਟ। ਤਪ ਦਾ ਮਤਲਬ ਕੀ ਹੈ ਸਾਧ ਸੰਗਤ ਜੀ? ਮੈਡੀਟੇਸ਼ਨ, ਸੇਵਾ ਕਰਨੀ। ਸਾਰਿਆਂ ਨੂੰ ਪਤਾ ਨਾ ਕਿ ਬਾਬਾ ਜੀ ਨੇ ਕਿਹੜਾ ਪਾਠ ਕਰਦੇ ਸਨ, ਦੈਟ ਸਮਰੀ ਹੂ ਐਕਚੁਅਲੀ ਸੇਡ ਰਾਈਟ, ਵੀ ਹਾਰਡਲੀ ਸੀ ਬਾਬਾ ਜੀ ਸਲੀਪਿੰਗ ਐਟ ਨਾਈਟ। ਅੰਮ੍ਰਿਤ ਵੇਲੇ ਦਾ ਜਿਹੜਾ ਟਾਈਮ ਹੈ ਨਾ, 12 ਵਜੇ ਤੋਂ ਬਾਅਦ ਬਾਬਾ ਜੀ ਸਾਰਾ ਕੁਛ ਕਰ ਕੁਰਕੇ ਨਾ ਉਹ ਤੁਰਦੇ ਹੁੰਦੇ ਸਨ। ਇਹ ਤਾਂ ਹੁਣ ਕੰਪਾਊਂਡ ਕਾਫੀ ਵੱਡਾ ਹੋ ਗਿਆ, ਇਹ ਵੀ ਨਵਾਂ ਉਹਨਾਂ ਨੇ ਬਣਾਇਆ ਵਾ, ਦਿਸ ਪਲੇਸ ਇਜ਼ ਨਿਊ, ਦੋਸ ਡੇਸ ਇਹ ਸਾਰੀ ਜਗ੍ਹਾ ਨਹੀਂ ਹੁੰਦੀ ਸੀ। ਤੇ ਬਾਬਾ ਜੀ ਕੀ ਕਰਦੇ ਸਨ? ਮੂਹਰਿਓਂ ਲੈ ਕੇ ਪਿੱਛੇ ਤੱਕ ਤੁਰ ਕੇ ਵਾਪਸ ਆਉਣਾ, ਮੁੜ ਕੇ ਫਿਰ ਪਿੱਛੇ ਜਾਣਾ, ਵਾਪਸ ਆਉਣਾ, ਤੇ ਹੱਥ ਵਿੱਚ ਮਾਲਾ ਹੁੰਦਾ। ਐਂਡ ਨਾਓ ਵੈ ਦਿਸ ਇਜ਼ ਸਮਥਿੰਗ ਯੂ ਆਲ ਨੀਡ ਟੂ ਨੋ ਐਜ਼ ਵੈਲ, ਦ ਰੂਮ ਵੈ ਯੂ ਵੈਨ ਮੱਥਾ ਟੇਕ ਨਾਓ ਰਾਈਟ, ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਇਹ ਬਾਬਾ ਜੀ ਦਾ ਕਮਰਾ, ਇਹ ਚੀਜ਼ ਨੋ ਬਾਬਾ ਜੀ ਦਾ ਕਮਰਾ। ਉੱਥੇ ਜਦੋਂ ਮੈਂ ਛੋਟਾ ਹੁੰਦਾ ਸੀ, ਦੇ ਯੂਜ਼ ਟੂ ਹੈਵ ਬਾਬਾ ਜੀ ਮੰਜਾ ਦਾ, ਅੱਜ ਕੱਲ ਉਹ ਮੰਜਾ ਨਹੀਂ ਦਿਸਦਾ ਨਾ, ਕਿਉਂਕਿ ਇਫ ਯੂ ਆਲ ਨੋ ਦਿਸ, ਉਹ ਮੰਜਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਮੰਜਾ ਥੱਲੇ ਆ, ਕਿਉਂਕਿ ਆਪਣੇ ਪੰਥ ਵਿੱਚ ਅਸੀਂ ਇਹ ਵਿਚਾਰ ਕਰਕੇ ਇਹ ਰੱਖਿਆ ਕਿ ਮੁੱਦਾ ਰੱਖਿਆ, ਵੀ ਵਿਲ ਨੋਟ ਮੱਥਾ ਟੇਕ ਟੂ ਦ ਮੰਜੀ ਆਫਕੋਰਸ, ਪਰ ਕਿਉਂਕਿ ਇਹ ਸ਼ਰਧਾਲੂ ਦੇ ਕਰਕੇ, ਬਿਕੋਜ ਵੀ ਹੈਵ ਸੋ ਮਚ ਆਫ ਫੇਥ ਇਨ ਬਾਬਾ ਜੀ, ਤੇ ਉਹਨਾਂ ਨੇ ਕੀ ਕੀਤਾ, ਪਲੇਟਫਾਰਮ ਬਣਾ ਕੇ ਫਿਰ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲਿਆ। ਨਾਓ ਬਾਬਾ ਜੀ ਦਾ ਜਿਹੜਾ ਕਮਰਾ ਸੀ ਨਾ, ਇਫ ਯੂ ਲੁੱਕ ਐਟ ਦ ਪਿਕਚਰਸ ਵੈਰ ਯੂ ਗੋ ਮੱਥਾ ਟੇਕ ਔਨ ਦ ਲੈਫਟ ਹੈਂਡ ਸਾਈਡ, ਯੂ ਕੈਨ ਸੀ ਦ ਰੂਮ ਦੈਟ ਦੇਰ ਇਜ਼ ਅ ਡੋਰ ਗੋਇੰਗ ਇਨ ਟੂ ਬਾਬਾ ਜੀਜ਼ ਰੂਮ।
there never used to be a wall inside there where there's a small darbar sahib aur piche ta hi janda hunda si te you can see the there's a small khidki ji baba used to be there because he used to go down it's lower than the darbar sahib karni na it goes down te baba ji utthe bande hunde san apni bhajan band ki karan de te ek saathi hai saath sang ji ke ek kide din ki hunda ya ek hindu jehda usne eh Gyani Mahendra Singh Khalsa ne dassya what happened one day baba ji was doing bhakti in his room he was doing his simran and this guy comes because he got a lot of beatings from his brother te bhara jare san bahut gaalan katde si kutde vi si eh hindu nu te eh bhaj ke na amrit vele baba ji kol aa gaya itthe malake de gurdwara ਤੇ ਕੀ ਹੁੰਦਾ ਸਾਧ ਸੰਗਤ ਜੀ ਜਦੋਂ ਉਹਦੇ ਬਾਰ ਖੁੱਲਿਆ ਇਹ ਸਾਰਿਆਂ ਨੂੰ ਇਹ ਸਾਖੀ ਪਤਾ ਆ ਸਾਰੇ ਜਾਣਦੇ ਆ ਜਦੋਂ ਉਹਨੇ ਬਾਰ ਖੁੱਲ ਕੇ ਵੇਖਿਆ ਉੱਥੇ ਸ਼ੇਰ ਬੈਠਾ ਉਹ ਡਰ ਗਿਆ ਤੇ ਜਾ ਕੇ ਲੁੱਕ ਗਿਆ ਜਦੋਂ ਲੁੱਕਿਆ ਨਾ ਕੁਝ ਕੁ ਮਿੰਟਾਂ ਬਾਅਦ ਫਿਰ ਬਾਬਾ ਜੀ ਨੇ ਹਾਕਾ ਮਾਰਿਆ ਭਾਈ ਅੰਦਰ ਆ ਜਾ ਬਾਬਾ ਜੀ ਜਦੋਂ ਬੁਲਾਇਆ ਉਹਨਾਂ ਨੂੰ ਤਾਂ ਕਹਿਣ ਲੱਗੇ ਕਿ ਇਹ ਜਿਹੜਾ ਜਿਹੜਾ ਕੁਛ ਤੂੰ ਵੇਖਿਆ ਨਾ ਵਟਐਵਰ ਯੂ ਹੈਵ ਸੀਨ ਡੋਨਟ ਸ਼ੇਅਰ ਦਿਸ ਵਿਦ ਐਨੀਬਾਡੀ ਦਿਸ ਸਟੋਰੀ ਵਾਸ ਟੋਲਡ ਟੂ Gyani Mahendra Singh Ji Khalsa ਐਂਡ ਦਿਸ ਸਟੋਰੀ ਵਾਸ ਪਬਲਿਸ਼ਡ ਇਨ ਦ ਬੁੱਕ ਐਸ ਵੈਲ ਆਫਟਰ ਬਾਬਾ ਜੀ ਹੈਸ ਪਾਸਡ ਔਨ ਨਾਓ ਇਜ਼ ਦਿਸ ਅ ਵੈਰੀ ਬਿਗ ਥਿੰਗ ਆਫ ਕੋਰਸ ਫੋਰ ਅਸ ਇਟਸ ਅ ਵਾਓ ਇਟਸ ਲਾਈਕ ਮੈਜਿਕ ਹੈ ਨਾ ਬਟ ਯੂ ਆਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਵੇਖ ਲਓ ਯੂ ਆਸ ਗੁਰੂ ਗ੍ਰੰਥ ਸਾਹਿਬ ਜੀ 9 ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਵੇ ਸਾਧ ਸੰਗਤ ਜੀ ਜੇ ਤੁਹਾਨੂੰ ਵੀ ਇਹ ਲੋੜ ਨਾ ਸ਼ਕਤੀਆਂ ਦਾ ਵੈਸੇ ਤਾਂ ਇੰਨਾ ਕਰਨ ਦੀ ਲੋੜ ਨਹੀਂ ਇੱਥੇ ਆ ਕੇ ਅਰਦਾਸ ਕਰੋ ਸ਼ਕਤੀਆਂ ਆਪ ਆ ਜਾਂਦੀਆਂ ਤੇ ਦਾਨ ਸਾਧ ਸੰਗਤ ਜੀ ਇਜ਼ ਵੈਰੀ ਇੰਪੋਰਟੈਂਟ ਫੋਰ ਮੀ ਟੂ ਸ਼ੇਅਰ ਦਿਸ ਐਸਪੈਕਟ ਆਫ ਥਿੰਗ ਬਾਬਾ ਜੀ ਨੇ ਬਹੁਤ ਦਾਨ ਕੀਤਾ ਕਿਤਨਾ ਦਾ ਦਾਨ ਪੰਥ ਦੇ ਵਿੱਚ ਹੈ ਨਾ ਪਹਿਲੀ ਵਾਰ 1960 ਵਿੱਚ ਜਦੋਂ ਡਾਕਟਰ ਗੰਡਾ ਸਿੰਘ ਨੇ ਹੀ ਫਾਊਂਡ ਦ ਰਾਈਟਿੰਗਸ ਆਫ ਆਪਣੇ ਪੰਥ ਭਾਈ ਨੰਦ ਲਾਲ ਗੋਇਆ ਦੇ ਲਿਖਾਰ ਹਨਾ ਦੇ ਫਾਊਂਡ ਦੈਟ ਕਿਤਾਬ ਇਨ ਉਰਦੂ ਹਨਾ ਤੇ ਉਹਨਾਂ ਨੇ ਪਬਲਿਸ਼ ਕੀਤਾ ਕਿ ਸਾਨੂੰ ਪੈਸੇ ਦੀ ਲੋੜ ਆ ਵੀ ਵਾਂਟ ਟੂ ਪਬਲਿਸ਼ ਦਿਸ ਬੁੱਕ ਬਟ ਬਾਬਾ ਜੀ ਫਾਊਂਡ ਆਊਟ ਅਬਾਊਟ ਦਿਸ ਬਾਬਾ ਜੀ ਨੇ ਮਲਾਇਆ ਦੇ ਸੰਗਤ ਤੋਂ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਦਿੱਤਾ ਨਾਓ ਦੈਟ ਵੈਨ ਯੂ ਰੀਡ ਦੈਟ ਬੁੱਕ ਇਟਸ ਰਿਟਨ ਓਵਰ ਦੈਟ ਕਿ ਬਾਬਾ ਸੋਹਣ ਸਿੰਘ ਦਾ ਨਾਂ ਉੱਥੇ ਲਿਖਿਆ ਤੇ ਮਲਾਇਆ ਦੇ ਸੰਗਤ ਨੇ ਪੈਸੇ ਦਾਨ ਕੀਤਾ ਵਾ ਪਹਿਲੀ ਗੱਲ ਦੂਸਰੀ ਗੱਲ ਆਈ ਥਿੰਕ ਸਮ ਆਫ ਅਸ ਡੋਨਟ ਇਵਨ ਨੋ ਅਬਾਊਟ ਦਿਸ ਨਾ ਵੀ ਹੈਵ ਹਰਿਮੰਦਰ ਸਾਹਿਬ ਪਰਿਕਰਮਾ ਰਾਈਟ we have got nice marbles etc na or time te 1930s de vich sare kachi jagah si it's all mud te or time te jere sevadar san oh aake baba ji nu kehnde ke baba ji assi seva karni hai utthe te tusi kripa karke santan nu dasso ke paise maya ikatthe karke fir sanu dena karo baba ji actually did that baba ji took the money from here they gave to the sevadar there and sa sang ji ਬਾਬਾ ਜੀ ਦੀ ਕਿਰਪਾ ਦੇ ਨਾਲ ਇਫ ਯੂ ਗੋ ਟੂ ਹਰਿਮੰਦਰ ਸਾਹਿਬ ਟੂਡੇ ਦਰਸ਼ਨੀ ਦਿਓਰੀ ਯੂ ਵਿਲ ਫਾਈਂਡ ਮਾਬਲ ਓਵਰ ਦ ਰਿਟਰਨ ਮਲਾਇਆ ਦੇ ਸੰਗਤ ਵੱਲੋਂ ਇਹ ਸੇਵਾ ਕੀਤੀ ਗਈ ਇਹ ਬਾਬਾ ਜੀ ਦਾ ਦਾਨ ਸੀਲ ਬਾਬਾ ਜੀ ਜਿਹੜੇ ਸਨ ਸਾਧ ਸੰਗਤ ਜੀ ਬਹੁਤ ਵੈਰੀ ਕਾਮ ਐਂਡ ਵੈਰੀ ਪੇਸ਼ੈਂਟ ਪਰਸਨ ਇੱਕ ਦਿਨ ਕੀ ਹੁੰਦਾ ਵਾ ਬਾਬਾ ਜੀ ਵਸ ਇਨ ਹਿਸ ਪਿੰਡ ਤੇ ਉੱਥੇ ਨਿਹੰਗ ਸਿੰਘ ਆ ਗਏ baba ji was very well known in punjab ke baba ji di katha na everybody loves his katha te nihang singh jehde han sa sang ji sanu jehde jande la nihang singh kitta va ha
ਦੇ ਡੋਂਟ ਟੇਕ ਨੋ ਫੋਰ ਐਨ ਆਨਸਰ ਓਕੇ ਕਿਉਂਕਿ ਇਹ ਲਾਡਲੀਆਂ ਫੌਜਾਂ ਨੇ ਗੁਰੂ ਗੋਬਿੰਦ ਸਿੰਘ ਦੀਆਂ ਅਤੇ ਉਹ ਆ ਗਏ ਬਾਬਾ ਜੀ ਦੇ ਕੋਲ ਅਤੇ ਕਹਿੰਦੇ ਬਾਬਾ ਜੀ ਤੁਹਾਨੂੰ ਅਸੀਂ ਲੈ ਕੇ ਆਪਣੇ ਪਿੰਡ ਲੈ ਕੇ ਜਾਣਾ ਉੱਥੇ ਪ੍ਰਚਾਰ ਕਰ ਲਿਓ ਅਤੇ ਸਾਰੇ ਜਿਹੜੇ ਆਲੇ ਦੁਆਲੇ ਸੀ ਨਾ ਉਹ ਹੈਰਾਨ ਹੋ ਗਏ ਕਿ ਇਹ ਕੌਣ ਪਹਿਲੀ ਗੱਲ ਤਾਂ ਇਹ ਕੌਣ ਆ ਕਿੱਥੋਂ ਆਏ ਆ ਅਤੇ ਕਹਿੰਦੇ ਸਨ ਕਿ ਡਰਦੇ ਆ ਕਿ ਨਿਹੰਗ ਸਿੰਘ ਨੂੰ ਵੇਖ ਕੇ ਸਾਹ ਸਨ ਜੀ ਕੋਈ ਮੂੰਹ ਨਹੀਂ ਖੁੱਲਦਾ ਉੱਥੇ ਉਹਨਾਂ ਨੂੰ ਪਤਾ ਫਿਰ ਡੰਡਾ ਵੱਜ ਦਿੰਦਾ ਵਾ ਉੱਥੇ ਅਤੇ ਕੀ ਹੁੰਦਾ ਬਾਬਾ ਜੀ ਬੜੇ ਪ੍ਰੇਮ ਨਾਲ ਬੜੇ ਸੀਲ ਸਹਿਨਤਾ ਦੇ ਨਾਲ ਉਹਨਾਂ ਨੂੰ ਕਹਿੰਦੇ ਹਨ ਕਿ ਸਿੰਘੋ ਅਸੀਂ ਆਵਾਂਗੇ ਪਰ ਅਸੀਂ ਅੱਜ ਨਹੀਂ ਜਾਵਾਂਗੇ ਵੀ ਵੈਲਕਮ ਸਮਾਂ ਡੱਡੀ ਤੇ ਸੋਚ ਸਾਧ ਸੰਗ ਜੀ ਪਿਓਰਨੈਸ ਬਾਬਾ ਜੀ ਵਿਚ ਸੱਚ ਅ ਪਿਓਰ ਪਰਸਨ ਕਿ ਜਿਹੜੇ ਵੀ ਆਉਂਦੇ ਹੈ ਨਾ ਦੇ ਵਰ ਹੈਪੀ ਦੇ ਵਰ ਹੈਪੀ ਐਂਡ ਇਨ ਆਰਡਰ ਫੋਰ ਯੂ ਟੂ ਮੇਕ ਸੰਬਡੀ ਹੈਪੀ ਨਾ ਯੂ ਹੈਵ ਟੂ ਹੈਵ ਪਿਓਰਨੈਸ ਇਨ ਯੂ ਜਿਹੜਾ ਬੰਦਾ ਕਪਟੀ ਆ ਨਾ ਬੇਕਾਰੀ ਆ ਇਹ ਇੱਦਾਂ ਨਹੀਂ ਕਰ ਸਕਦਾ ਯੂ ਵਿਲ ਨਾਟ ਬੀ ਏਬਲ ਟੂ ਡੂ ਦੈਟ ਵੈਨ ਯੂ ਆਰ ਪਿਓਰ ਸਾਧਸੰਗ ਯੂ ਆਰ ਏਬਲ ਟੂ ਹੈਲਪ ਸੰਬਡੀ ਵੈਨ ਯੂ ਆਰ ਪਿਓਰ ਯੂ ਡੋਂਟ ਸੀ ਅ ਬੰਦਾ ਮੁਸਲਮਾਨ ਆ ਕ੍ਰਿਸਚੀਅਨ ਆ ਜਾਂ ਚਿੰਨਾ ਆ ਜਾਂ ਯੂ ਡੋਂਟ ਸੀ ਦੈਟ ਬਿਕੋਜ਼ ਯੂ ਆਰ ਪਿਓਰ ਮਨ ਸੱਚਾ ਮੁੱਖ ਸੱਚਾ ਸੋਏ ਅਵਰ ਨਾ ਪੇਖੇ ਇੱਕ ਸਬਿਨ ਕੋਈ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਨਾਨਕ ਇਹ ਲੱਛਣ ਬ੍ਰਹਮ ਗਿਆਨ ਇਹ ਲੱਛਣ ਜਿਹੜੇ ਹਨ ਬ੍ਰਹਮ ਗਿਆਨੀਆਂ ਦੇ ਐਂਡ ਦ ਲਾਸਟ ਵਨ ਸਾਧ ਸੰਗ ਜੀ ਤ੍ਰਿਸ਼ਨਾ ਬਿਨਾਂ ਵਿਦਆਊਟ ਐਨੀ ਡਿਜ਼ਾਇਰ ਸਾਧ ਸੰਗ ਜੀ ਇਫ ਯੂ ਹੈਵ ਰੈਡ ਬਾਬਾ ਜੀਜ਼ ਬੁੱਕ ਯੂ ਫਾਈਂਡ ਆਊਟ ਦੈਟ ਸਮਬਡੀ ਕੇਮ ਟੂ ਬਾਬਾ ਜੀ ਟੂ ਗਿਵ ਹਿਮ ਅ ਕਾਰ ਬਾਬਾ ਜੀ ਬਹੁਤ ਪ੍ਰਚਾਰ ਕਰਦੇ ਸਨ ਅਤੇ ਕਿਸੇ ਨੇ ਆ ਕੇ ਬਾਬਾ ਜੀ ਨੂੰ ਇਹ ਗੱਡੀ ਦੇਣ ਲੱਗੇ ਸੀ ਬਾਬਾ ਜੀ ਕਹਿੰਦੇ ਯੂ ਨੋ ਆਈ ਗੋਟ ਸੋ ਮਚ ਆਫ ਡਿਫੀਕਲਟੀ ਨਾਓ ਪੀਪਲ ਕਾਲਿੰਗ ਮੀ ਸੈਂਡ ਮੁੜ ਮੁੜ ਕੇ ਕੋਈ ਨਾ ਕੋਈ ਆ ਕੇ ਮੇਰਾ ਪੈਰੀ ਹੱਥ ਲਾ ਲੈਂਦਾ ਵਾ ਅਤੇ ਮੈਨੂੰ ਗੱਡੀ ਦੇ ਕੇ ਮੇਰਾ ਤਾਂ ਜ਼ਿਆਦਾ ਨੁਕਸਾਨ ਹੋ ਜਾਣਾ ਵਾ ਯੂ ਗੋਟ ਗਿਵ ਮੀ ਦਿਸ ਕਾਰ ਆਮ ਗੋਇੰਗ ਟੂ ਡੀਪ ਈਵਨ ਅ ਡਿਫੀਕਲਟ ਟ੍ਰਬਲ ਬਿਕੋਜ਼ ਵਾਈ ਲੋਕਾਂ ਨੇ ਆ ਕੇ ਮੱਥਾ ਟੇਕਣਾ ਇਹ ਕਰਨਾ ਉਹ ਕਰਨਾ ਅਤੇ ਸਾਧ ਸੰਗ ਜੀ ਬਾਬਾ ਜੀ ਦੇ ਵਿੱਚ ਕੋਈ ਮਾਇਆ ਦੀ ਵੀ ਕੋਈ ਤ੍ਰਿਸ਼ਨਾ ਨਹੀਂ ਸੀ ਜਿਹੜਾ ਵੀ ਉਹ ਅੱਗੇ ਬਾਬਾ ਜੀ ਨੂੰ ਜਾ ਕੇ ਬਸਤਰ ਦਿੰਦੇ ਸਨ ਹੀ ਹੈਡ ਇਨਫ ਸੋ ਦੇਰ ਸੋ ਮੈਨੀ ਸਾਖੀਆਂ ਨਾ ਐਨੀਬਡੀ ਕਮਸ ਐਂਡ ਗਿਵ ਹਿਮ ਮਨੀ ਹੀ ਟੇਕਸ ਦੈਟ ਮਨੀ ਐਂਡ ਗੋਇੰਗ ਗਿਵ ਟੂ ਦ ਪੂਅਰ ਇੱਕ ਸਾਖੀ ਆਉਂਦਾ ਵਾ ਉਹ ਇੱਕ ਵਿਆਜੀ ਸੀ ਉਹ ਬਾਬਾ ਜੀ ਨੂੰ ਪੁੱਛਦਾ ਬਾਬਾ ਜੀ ਇੰਨੇ ਪੈਸੇ ਇਕੱਠੇ ਕਰਕੇ ਕੀ ਕਰਨਾ ਇਹ ਰੁਪਏ ਸੋ ਇਟਸ ਇੰਡੀਅਨ ਰੁਪੀਸ ਨਾ ਅਤੇ ਉਹ ਕਹਿੰਦੇ ਬਾਬਾ ਜੀ ਇਹ ਰੁਪੀਸ ਲੈ ਕੇ ਤੁਸੀਂ ਕੀ ਕਰਨਾ ਵਾ ਬਾਬਾ ਜੀ ਕਹਿੰਦੇ ਅਸੀਂ ਵੀ ਵਿਆਜ ਕਰਨਾ ਕਹਿੰਦੇ ਕਿੱਦਾਂ ਕਹਿੰਦੇ ਇਹ ਪੈਸੇ ਜਿਹੜੇ ਹਨ ਆਮ ਗੋਇੰਗ ਟੂ ਗਿਵ ਟੂ ਦ ਪੂਅਰ ਉਹ ਵੀ ਵਿਆਜ ਹੈ ਸਾਧ ਸੰਗ ਜੀ ਕਿਸੇ ਦੇ ਉੱਪਰ ਦਾਨ ਕਿਸੇ ਨੂੰ ਦਾਨ ਦੇਣਾ ਇਹ ਵੀ ਇੱਕ ਵੱਡਾ ਵਿਆਜ ਆ ਸੋ ਸਾਧ ਸੰਗ ਜੀ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਣ ਕਾ ਇਹ ਸੁਆਵ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੀ ਜਨ ਕੋ ਸਦਾ ਨਮਸਕਾਰ ਵੀ ਆਰ ਆਲ ਸਿਟਡ ਹੀਅਰ ਸਾਧ ਸੰਗ ਜੀ ਟੂ ਰਿਮੈਂਬਰ ਬਾਬਾ ਸੋਹਣ ਸਿੰਘ ਜੀ ਆਪ ਓਨਲੀ ਗੋਟ ਵਨ ਧਾਰਨਾ ਟੂ ਸਿੰਗ ਬਿਫੋਰ ਆਈ ਗਿਵ ਦ ਸਟੇਜ ਟੂ ਅਕਾਲਜੋਤ ਸਿੰਘ ਧਾਰਨਾ ਸਾਧ ਸੰਗ ਜੀ ਇਜ਼ ਅ ਸਿੰਪਲ ਵੇ ਆਫ ਅੰਡਰਸਟੈਂਡਿੰਗ ਗੁਰਬਾਣੀ This Dharana system was started by Baba Atar Singh Ji, Mastuani wale, who Baba Son Singh Ji actually met. Let's just sing this 1-2 minutes and Saad Sangh Ji, I will give the stage to Akal Jodh Singh. Saara ne apne awaaj, buland awaaj vich eh Dharana gaana karo. I will sing and I benti karda hai Sangh nu, please, tusi vi naal gaana karo. Main pehla padda, tusi naal baad ch pad lyo. Te asi di vaani samapti karde hun. ਸਨਮਾਨ ਸਾਤੋਂ ਦੇਵਤੇ ਬਣਾਉਂਦੇ
ਬਾਣੀ ਗੁਰੂ ਨਾਨਕ ਦੀ ਸਾਨੂੰ ਮਾਨ ਸਾਤੋਂ ਦੇਵਤੇ ਬਣਾਉਂਦੇ ਬਾਣੀ ਗੁਰੂ ਨਾਨਕ ਦੀ ਸਾਨੂੰ ਮਾਨ ਸਾਤੋਂ ਦੇਵਤੇ ਬਣਾਉਂਦੇ ਬਾਣੀ ਗੁਰੂ ਨਾਨਕ ਦੀ ਬਾਣੀ ਗੁਰੂ ਜੀ ਨਾਨਕ ਦੀ ਬਾਣੀ ਗੁਰੂ ਜੀ ਨਾਨਕ ਦੀ ਸਾਨੂੰ ਮਾਨ ਸਾਤੋਂ ਦੇਵਤੇ ਬਣਾਉਂਦੇ ਬਾਣੀ ਗੁਰੂ ਨਾਨਕ ਦੀ ਸਾਨੂੰ ਮਾਨ ਸਾਤੋਂ ਦੇਵਤੇ ਬਣਾਉਂਦੇ ਬਾਣੀ ਗੁਰੂ ਨਾਨਕ ਦੀ ਸਤਸੰਗ ਜੀ ਬਾਬਾ ਜੀ ਦਾ ਇਹੀ ਉਪਦੇਸ਼ ਆ ਜੇ ਕੋਈ ਦੁੱਖ ਹੋਵੇ ਬਾਣੀ ਪੜ੍ਹੋ ਬਾਣੀ ਪੜ੍ਹ ਕੇ ਨਾਮ ਜਪੋ ਨਾਮ ਜਪ ਕੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੋ ਤੁਹਾਡਾ ਕਾਰਜ ਪੂਰਾ ਹੋ ਸੋ ਸਤਸੰਗ ਜੀ ਪਲੀਜ਼ ਫੋਰਗਿਵ ਮੀ ਫੋਰ ਆਲ ਦ ਮਿਸਟੇਕਸ ਦੈਟ ਆਈ ਹੈਵ ਡਨ ਕਥਾ ਵਿਚਾਰ ਕਰਦੇ ਦੈਟਸ ਲੋਟ ਆਫ ਮਿਸਟੇਕਸ ਸੋ ਆਈ ਪਲੀਜ਼ ਫੋਰਗਿਵ ਮੀ ਆਮ ਅ ਡਸ ਆਫ ਦ ਸੰਗਤ ਐਂਡ ਇਨ ਮਲੇਸ਼ੀਆ ਐਸ ਵੈਲ ਸਤਸੰਗ ਜੀ ਵੀ ਹੈਵ ਸੋ ਮੈਨੀ ਆਫ ਅਸ ਹੂ ਐਕਚੁਅਲੀ ਹੈਵ ਡਨ ਸੰਗਤ ਆਫ ਬਾਬਾ ਜੀ ਸੋ ਸਤਸੰਗ ਜੀ ਪੁਲਾਂ ਚੁੰਗਾਂ ਦੀ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Pathi Singh was shot, Maharaj Sroop was shot, 74 Gurdwara was attacked. Cutting Singh's case of spitting tamakku in their mouths, torturing people, killing them in encounters, firing into the Sangat. Right-wing groups stripped Sikh Bibya in Haryana on the GT road and had them stand there for 24 hours. Basically, full-scale act of war on Sikhism. Santi's power is so much that he would say that if Indira wants to speak to the Sikh, she comes to the Darbar. We don't need to go begging to anyone. We've never received anything through this method. Where would we be if Bandar Singh had written a petition? Santi says in his speech, Lisa, will they dare touch a Sikh now? Bhajan Lal, the chief minister, will he dare touch a Sikh in Haryana now? Binni Singh Adi Bawsi, they were able to challenge these governments. General Bra says, we'll see to it, they are on their knees in 2 hours. 5 days, they're not able to gain ground and build a position within the Parkarma. They've got like 15,000 soldiers, they've got heavy weapons, they've got 35,000 soldiers in reserve, and the Khalsa Forge at this point is like less than 300. Water supply has been cut off, they're thriving of Hunne Hue, Sholle, and like, you know, Guru's Kirpa and the Ardasa. What we couldn't believe was happening is what we've been reading about was happening before our eyes. Mm-hmm. Because when they got to Akal Takht, Santji was handing out Dootare Khande and was saying to the Singhs, the Singho Jai Aslam Mukhiya De Khanda Kharka Deo, I can't believe what I'm watching. This is the kind of history that we've read about and it's happening in front of our eyes. There is no more Sikh than them. Sikhi, if ever achieved by anyone, is achieved by them. Sade kar jagal ho rahi hai, ਸਿਰਫ ਪੋਡਕਾਸਟ 'ਤੇ ਨਹੀਂ ਗੁਰਦੁਆਰਿਆਂ 'ਚ ਗੱਲ ਹੋ ਰਹੀ ਹੈ ਜੇ ਨਹੀਂ ਹੋ ਰਹੀ ਤਾਂ ਕਿਉਂ ਨਹੀਂ ਹੋ ਰਹੀ ਅਸੀਂ ਹਿਸਟਰੀ ਬਾਰੇ ਗੱਲ ਕਰ ਰਹੇ ਹਾਂ ਅੱਜ ਬਾਰੇ ਗੱਲ ਕੌਣ ਕਰੇਗਾ ਦ ਬੰਦੀ ਸਿੰਘ ਦੈਟ ਆਰ ਇਨਸਾਈਡ ਦ ਜੇਲ ਸਾਨੂੰ ਇੱਦਾਂ ਲੱਗਦਾ ਕਿ ਜੇਲ੍ਹ ਵਿੱਚ ਰਹਿ ਕੇ ਉਹ ਆਜ਼ਾਦ ਨੇ ਅਤੇ ਅਸੀਂ ਬਾਹਰ ਰਹਿ ਕੇ ਗੁਲਾਮ ਇਹਨਾਂ ਨੇ ਆਪਣੇ ਪਰਿਵਾਰ ਛੱਡ ਦਿੱਤੇ ਸਭ ਕੁਛ ਛੱਡ ਦਿੱਤਾ ਖੁਸ਼ੀ ਖੁਸ਼ੀ ਹੱਸੀ ਦੇ ਨਾਲ ਸ਼ਹੀਦੀ ਦੇ ਦਿੱਤੀ ਨਾਓ ਇਟਸ ਆਰ ਟਰਨ ਵਟ ਕੈਨ ਵੀ ਡੂ If you enjoyed this video, be sure to check out the full podcast on our second channel, BOS TV. And don't forget to like, share, and subscribe. Right now, I'm standing outside the United Nations building, and there's many flags and this massive chair behind me.
This is called the broken chair. And what it embodies is a desperate but proud outcry by civilian citizens against armed violence. So whenever diplomats or politicians come here, they'll look at this chair and it will remind them of what their duty is and why they're here today. The reason why I'm here today is that today in 2024, Sikhs mark the Sikh genocide that took place 40 years ago in 1984 at Sidi Harmandir Sahib, known in the West as the Golden Temple, where the Indian government, along with its army, came and attacked our most holiest shrine, killing thousands upon thousands of innocent people. Until this day, there's been no justice. My request to the United Nations is that stand true to what this chair represents and to continue to investigate this and bring those people that did wrong to justice. As a Sikh of the Guru, the highest seat for us is Sidi Guru Granth Sahib Ji. And for that reason, what I wanted to do was give the Sikh lens on this chair. Bhai Gurdas Ji speaks about a very similar type of analogy and how Dharam has four legs as well. Chare pair Dharam de, char varn ik varn karaya. In this age of Kaljug that we're in right now, Dharam only stands on one leg. So this has three legs, but Dharam is standing on one leg and it's crying out. Paap Gurdasi Pirthmi Taul Khara Tare Het Pukara. The whole world is crying out. Dharam is crying out because it stands on one leg and it cannot handle the weight of this world and all the sin and all the lies. Guru Nanak Ji Maharaj Ji came to this world. Suni Pukar Datar Prabh Guru Nanak Jag Mahe Pathaya. The aim of the Khalsa Panth is to bring us back to this age of truth. Nanak Raj Chalaya, such a Kota Satani Nivade, that Guru Nanak Ji built this Raj upon the foundations of truth. That is just explaining the chair through a Sikh lens. And what I wanted to do is pull up a quote by somebody named Bibi Bimal Kaur. Every day we say the same thing, that against the oppression of the state and for the struggle to liberate Punjab, it is necessary for the Sikh Panth and our Punjabi siblings to unite and fight. All these flags here today show how these nations are united. And as a Sikh, we all unite under one Nishan Sahib. At this time, remember June 1984. As a Panth, we need to start working together. To learn more, check out our brand new podcast series on BOS TV. If we unite together, eradicate Jood and get rid of injustice, then Raj Grega Khalsa, and people won't have the need to come to this building here. They'll come to the Guru's home, where they'll have food protection, and that'll be the true victory that the Khalsa Panth has come to bestow upon this world. So please give any mistakes made in this video. Vaheguru Ji Ka Khalsa, Vaheguru Ji Ki Fateh. On June 1st, the Indian state makes the first attack. The Border Security Force, the CRPF, the Central Reserve Police Force, under orders of the army, they start firing into the Darbar Sahib complex. And this is unprovoked firing that they do. And they do it in order to test where the Sikh battle positions are. So they start firing into the complex, like shaream, like not at a target, just into the complex, and they fire into the Sangat, and eight people are killed, eight civilians of the Sangat that aren't like part of, you know, this thing. And the Sikh soldiers are under strict orders to not respond to the fire from the Indian side, unless their position, their morcha, like the fortified position that they're in, unless that position's directly under fire, then you can respond. And so on 1st of June, by Kulwant Singh Babbar, they, from Baba Atal Rai, they return fire at an Indian government position. And then in that exchange of fire, they attain Shahidi, and they become the first Shahid of the battle that's going to unfold over the next 10
10 days. One thing's inspiring as well is like as the troops had gathered and like they were bringing all these troops in, we were as well. And there's one Sakhiya when Santhi goes to Hazur Sahib, he meets the Jathav Singhs that were doing Karaseva. And because they're doing Karaseva, they were quite like muscular, quite built. And Santhi says to them that like, you've built quite impressive physiques. Are these ever going to come in service of the Panth? And their Jathav said that Santhi goes, Yaad Karo, remember us when you need it. He goes, Asi Tore Agge Tohe Hoke Sheed Nia Paamange. So then, Karaseva Baba Shisha Singh Ji Jatha. Imagine how this kind of like would have felt the atmosphere that in December 83, there's Jathav 40 Singhs and no one's ever seen yeah, before, yeah. No one knows. Yeah. The Jathav 40 Singhs comes down, and their specific thing is Asite Jugujnata Sishiziaponia. Some of the Singhs express some paranoia, okay, because we don't know, they don't know who they are. And they've come with like old kind of rifles and shotguns. They've come with that, and they're saying, Kibi, see, Nal, Sat, Dirnaya, Siena. So when they kind of tell Santaji, Kibi, this is their position, like what should we do in it? Because they could be anyone, this is a little bit element of paranoia. And Santaji goes, Nee, Sat, Dirnaya, Shidiponaya, Inano Vadia to Vadia Hatiarga. I remember speaking to one of the Singhs who said that when they came, they just gave out whatever shasta they had, they shared them. And I said, like, oh, so you just gave whatever other weapons you guys had to these 40 Singhs you'd never met before? And he goes, if you'd saw them, he goes, you would have given them too. He goes, they just spoke to each other in like Gurbani and stuff. They were just at Simran the whole time, that they literally had come there and their sole mission was with the Juj Kashi. And I think that's worth mentioning here. It's Karseva Baba Shisha Singh Ji, there's Karseva Khadur Sahib, Una Devi Sengai. There's a few Karseva Sants, Una Devi Sengai. And of course, we know that the Karseva Sants helped also. When Honjadu Tyari Karan Vaste, their trucks would get in and out from on the Karseva Jithi Gaddi and Tilikya Hundaya. So there is a lot of people at play here already. I know it's not just Santaji and the Jathe Bandiya that we know about already. Other people are now entering in this space. By Manga Singh, you know, we need to kind of dwell into his jeevan a bit. He's Maharaj has given him the honor to being the first Shaheed of this Hamla. And he's not just a normal Singh. He's the one who actually did some Sangat with Bhai Fauja Singh, but then he attained Amrit after the Fauja Singh got Shaheed. So he basically ran towards Amritsar once he knew this has happened, and he took Amrit 79. And after that, he was along with the Babar Singhs with that whole lot. And when he got shot, I think Bhai Manmohan Singh was with him. Bhai Manmohan Singh said, ki hoya, theek hai? Kanda chardi kala, goli lag chuki hai. And he goes, chardi kala. And I think he recited the whole Sukhuni Sahib, isn't it? You know, when we talked about Murda hoye murid soye ko urla gur gor samave, he had the blessing of Guru that he was one of the Singhs actually cremated in the Darbar Sahib after, like, I think it was after 100 years or something. So it's one of those things that all these Singhs, they played a part. And then Bhai Manga Singh became one of the very inspiring figures for the rest of the Babar Singhs. Of course. The Sati Singhs of Bhai Manga Singh, they say that Bhai Manga Singh like had this like real deep desire for like Shahidi, and every time they would do Ardas, like their Ardas would be really emotional and would reflect that emotion, that desire that they had for Shahidi, like Pera de Pabba de Utte Karke, like Ardas Karde Hunde Sige, Ke Maharaj Kai No Bo Sama Ho Gaya, Kado Shahidi Da Sama Onaya, like they Onan Cha Saga. And you see that like throughout all of the Sikhs that are fighting in Darbar Sahib, they're fighting, the Singh that are fighting, ਉਹਨਾਂ ਨੂੰ ਸਾਰਿਆਂ ਨੂੰ ਚਾਹ ਆ ਸ਼ਹਾਦਤ ਦਾ, ਲਾਈਕ ਜਿੱਦਾਂ ਉਹ ਮੌਤ ਨੂੰ ਵਿਆਹੁਣ ਚੱਲੇ ਆ, ਲਾਈਕ ਆਲ ਆਫ ਦਾ ਇਤਿਹਾਸ ਆਫ ਦ ਗੁਰ ਇਤਿਹਾਸ ਪੀਰੀਅਡ ਆਫ ਐਵਰੀਥਿੰਗ ਅਪ ਬਿਫੋਰ ਦੈਨ, ਦੈਟ ਉਹ ਫਿਰ ਦਰਾਇਆ ਜਾਂਦਾ ਹੈ, ਯੂ ਸੀ ਇਟ ਲਾਈਕ ਬੀਇੰਗ ਰਿਪੀਟਡ ਇਨ ਦੈਟ ਮੂਮੈਂਟ ਇਨ ਦਾ ਕੈਰੇਕਟਰ ਐਂਡ ਦ ਵੇ ਇਨ ਵਿਚ ਸਿੱਖਸ ਆਰ ਫਾਈਟਿੰਗ ਐਂਡ ਵਟ ਦੇ ਆਰ ਫਾਈਟਿੰਗ ਫੋਰ. ਐਂਡ ਔਨ ਦੀ ਅਦਰ ਹੈਂਡ ਯੂ ਹੈਵ ਦ ਇੰਡੀਅਨ ਸਟੇਟ ਹੂਜ਼ ਵਾਇਲੈਂਸ ਦੇ, ਬਿਕੋਜ਼ ਉਹਨਾਂ ਕੋਲ ਵੀ ਹਥਿਆਰ ਹੈ, ਸਿੰਘਾਂ ਕੋਲ ਵੀ ਹਥਿਆਰ ਹੈ, ਰਾਈਟ? ਦ ਇੰਡੀਅਨ ਸਟੇਟ ਯੂਜ਼ਿੰਗ ਦੇਰ ਹਥਿਆਰ, ਵੈਦਰ ਇਟਸ ਫਿਜ਼ੀਕਲ weaponry or like political thing, their violence looks like stripping women naked,
wicked, cutting Singh's gears off, spitting tamakku in their mouths, torturing people, killing them in encounters, firing into the Sangat. And Singhada violence looks like a targeted assassination of a senior police officer who's responsible, another assassination of another, you know, political figure who's responsible. There's a massive difference in the character and the nature of Sikh conflict versus the Indian state. And we're going to see that all play out in Darbar Sahib. On the 2nd of June, which is Guru Arjan Dev Ji's Shaheed Dipurb, 10,000 soldiers surrounding Darbar Sahib, yeah, like Amritsar, and there's all like military checkpoints everywhere, everything's locked off. That cordon is suddenly opened and Sangat's allowed to filter into Darbar Sahib on the Shaheed Dipurb. By Menga Singh's Antam Saskar happens in Darbar Sahib in the Parkarma, and then on that day General Bra says that we'll see to it that they are on their knees in 2 hours. So that's that kind of attitude that they're going in with, and at the same time the telephone, electricity, water connections are cut off in Darbar Sahib. The government essentially cuts off the entire Punjab state to the outside world. There's no like transport, there's like no media, all of that's fully restricted. And then Indira Gandhi makes an appeal on national TV, and she says, I appeal, don't shed blood, shed hatred. In what she's doing there is playing Jankia Niti. So in that equation, we are the violent people that are, you know, spilling blood for no reason, and she is the calm person who's appealing for peace, knowing full well they had been preparing for a year, commando raids, they'd sealed all of Darbar Sahib, they're bringing in soldiers from outside. Later on, they would give these soldiers rewards for participating in this so-called operation. So they've just fired indiscriminately into the Darbar Sahib. But she knows that it's been... And we're shedding blood. But she knows it's like a full media blackout, so no one would have known what was happening at that time. There were trains being brought in, the Guru Arjan Dev Ji... Sangat that was there was allowed to come into Darbar Sahib. Because, again, they wanted this to be a punishing, crushing, demoralizing defeat for the Sikhs. Mm. They wanted to inflict atrocities and violence in order to punish us, because that's the purpose of the state's violence, is to remind you who's in charge. And so they wanted to remind us the state's in charge, that you have no natta with Akalpurk. Akalpurk doesn't come into this relationship, and because you are citizens, we're going to treat you the way we see fit. So if we want to destroy your bodies, if you want to burn your Gurdistan, if we want to make insightful speeches and, you know, incite these right wing fascist Hindu organizations to carry out the unofficial work of the state, onane karna hai. On the 3rd of June, the Khalsa's Morche Bandi at this point, they're in the elevated positions around the Parkarma, Sant Janel Singh. So the military commander of Khalsa Fauj is General Shabeg Singh, and they lead the defense of Akal Takht Sahib. So they knew at that point the main attack is going to be coming. That was just like them testing. And all their fortifications were in all of the strategic locations as mentioned, including like Akal Takht Sahib, Darshani Diori, which is the entrance into Darbar Sahib, around the Parkarma, Ramgariya Bunga, water tank, Guru Ramdas Sarai, Teja Singh Samundari Hall. They've got vantage points, they've got their own communication lines, they've got rations, food, etc. stored up, they've got ammunition stored up. And so, just a little point at this point as well, to dispel this myth about this being like a place of worship, but for Sikhs, as Shamshir was talking about earlier, it's like, you know, it's also a killer. Part of the reason why, as we'll talk about later, that why the army struggled so much and why they had such a huge casualty rate was because the Darbar Sahib was built with that in mind. You know, like the Ramgariya Bunga, like the army talks about this, and they say, oh, why don't you try like a surprise action and try to like catch them off guard? And they're like, because you could see us from miles off, innit? They've got watchtowers, like the Ramgariya Bunga were made for that particular reason.
and like even the narrow lanes that used to come up, I think they widened them now, but before there were narrow lanes that came up to the Darbar Sahib. So from when the Darbar Sahib was built, it was built so that, you know, you'd see the occupying force coming. And that's another problem that they had, that when the forces were trying to get to even the Darbar Sahib, they were getting picked off. That's basically the architecture. That's being built, and that's on the Sikh side, the Khalsa side. But you know, on the other side, the Indian Army, was it just the Indian Army that I've heard about, like SAS involvement, British? So the SAS was giving them training in order to carry out commando raids, and they were doing that because the British government wanted to sell them helicopters, military helicopters. They wanted to secure a trade deal on military hardware. And even before that, I mean, like Britain, and even, you know, after that, Britain has been a major supplier to India for military hardware, knowing, like, you know, what they use it for, the mass human rights atrocities that they carry out. They also received help from like the Israeli Mossad in order to carry out these kind of attacks. And it wasn't just the military, as the border security force, the Central Reserve Police Force, multiple branches of the Indian state's security forces that were coming in. They had armored personnel carriers, they had tanks, the Vijayantia, like main battle tanks that they were brought in. The battle tanks, you've got to understand, they come in because they weren't able to win a ground conflict. They weren't able to gain any ground into the ground the Darbar side. They were sending soldiers in. So what happens on the third is General Subir Singh gives the order to the Sikhs to open fire. He's in the Parkarma and he fires his, he's got a Sten gun. He fires a burst of his gun from the Parkarma, and that's the signal to the Sikhs, like, you know, apni banduka khol do, and now begin the in response the to artillery. Begin the phase of the jung. Immediately on the 3rd of June, the Indian Army, they take heavy losses. They're unable to gain in any ground into the Darbar Sahib. They're coming from multiple entrances. They call in for reinforcements. Their soldiers are like, you know, some of them are deserting. Their helicopter gunships come in to drop elite troops and like commandos. They're met with fierce resistance, which, like, you know, prevents any of those troops from landing. All of those helicopters troops are eliminated. And at this point, 3rd of June, the battle's gone way further than the Indians were anticipating. That they didn't know that the battle was gonna go to this point. Now it's like the Heru encounter, like, you know, exploded, and they find like Sikh resistance at this point overwhelming. And one of their generals talks about it being killing field in front of Akal Takht. Essentially, they're getting drawn into that, you know, the bit in front of Akal Takht Sahib, Darshani Diori. The courtyard. That part, they're being drawn in. At this point, they haven't had darshan of Akal Takht yet. They're still trying to come into like the complex, and they're worried as well. At the same time, they're worried about like a revolt from like other Sikh soldiers. They're worried about like more Sikhs coming from Punjab to Darbar Sahib. So they're worried that they're surrounded, Darbar Sahib and Amritsar. They're worried that they're going to get surrounded by like, you know, villagers and, you know, people coming from towns and cities, you know, all the bus rail, like, you know, all of this, the road checkpoints and the blockades are put in place. The border with Gurdaspur is sealed. The border with like Pakistan is fully sealed. With Kashmir, like, it's much larger than immediately Darbar Sahib. The media blackout like intensifies to, you know, prevent any kind of information getting out at this point. On the 4th of June, Amrit Villa Hundaya, like 3:30 in the morning, Sangat Sukhmani Sahib kar reya. So at about 4 o'clock, the army suddenly begin bombing Darbar Sahib using artillery because they're unable to gain ground with the soldiers. You have helicopters circling, they're starting firing from the helicopters. The helicopters are using like, you know, lights to like guide in their soldiers. What's interesting as well is that at the same time, like, the maryada doesn't stop. You know, the Sikhs are still reading Asa Diwar. And at this time, when the torps fire, General Shabek Singh is coming back from Darbar Sahib after doing Palki Seva. They still continue. And I'm talking about the helicopter gunships, is like a famous Akio Harp. They're trying to like deliver troops and stuff on fire.
weeks and takes the SLR and stops that advance from happening as well. So you have like 7 divisions of the Indian Army deployed at this point, through all 3 branches, the Army, the Navy, the Air Force, and they're under immense political pressure now as well, because this is on June 4th now. Remember, like at the start, the general in charge of it saying that this is going to be over in 2 hours, that they're going to be on their knees. So like 4 days later now, like, you know, there's intense firing. They're losing like a massive number of soldiers. General Shabir Singh had set up firing positions that were like, you know, a few inches off the ground in order to wound the Indian soldiers and then wait for other soldiers to come and pick, because he knew like the protocols of the Indian Army. He was like, shoot to wound them, and then 2-3 more are going to come to take that soldier, and then get all of them together. So they're like, casualties were piling up massively, and they weren't kind of prepared. There's a video of an Indian Army lieutenant, and he says, when we kind of come in under one of the entrances to get into the Parkarma, he's like, we're being fired from above, underneath, from behind, and he's like, we're being fired at from all angles, and we don't know where these positions are. We can't see anything. Like, there's like all this tuma, etc. And he's like, they haven't prepared us for this. They haven't given us this type of training to kind of meet this type of fortifications. So that's when they start like under like political pressure, under obviously the growing threat of revolt from like Punjab. Indian forces start using heavy artillery. They're requesting support for main battle tanks. You know, at this point now they've got like about 15,000 soldiers for this main assault. They've got heavy weapons. They've got additional 35,000 soldiers in reserve, and the Khalsa Forge at this point is like less than 300. Water supply has been cut off, and like they're thriving off like Punne Hue Sholle and like, you know, Guru's Kirpa and the Ardasa. I always find this bit quite astounding, is that like Shamshir Singh was saying, that they had like unlimited resources. So like their battalions, and they've got like infantry regiments, and they're getting replenished time and time again. They're getting, they're coming, there's wave after wave of attack is getting met. And the crazy thing is that whether you look at like the Babur Khalsa Singhs, the Guru Nanak Nawas, or the Mor Chabandisi at the water tank, the tank morcha, and the crazy thing is Singh, but when they did the morcha bandi, it was 2 Singhs. Like each morcha, like one of the ek do Singhs, and the difference was, it's not necessarily just tactical. Like General Shabek Singh was definitely tactically amazing, and like, you know, and the infrastructure of the Darbar Sahib had been created in that sense, where there's tunnels and all sorts of things for the same reason. But it's also about like the bravery of the fighters, because they had been told, like, imagine Santi or someone had told them, like one of the Jathadar, whichever group it was, had said that this is your morcha, you're not leaving it unless they walk over your chest in it. So that's the difference. Towards the end of 4th of June as well, like there's this Dr. Bhagwan Singh, he's a Sikh Union Federation leader, and he's still alive today, and he was documenting, talking about the attack, and he clearly wasn't of the same kind of caliber of these other Guru Sikhs, because he was saying that when the battle started, General Shabir Singh had said early on the 4th that this is the perfect place to give Shahidi as a soldier, because it has a place connected to your Dharam and your ancestry and your people. And he goes, that's when I realized that he was ready to die and I wasn't. He's a PhD student, so he's like studied like Sikh history in depth, and what he was saying was that what we couldn't believe was happening is what we've been reading about was happening before our eyes. Because when they got to Akal Takht on the 4th of June, he goes, Santji was handing out do tare khande and was saying to the Singhs, is singo je asla mukhiya de khanda kharka deo, but kisne hath nahi kare kare. And he goes, I'm standing there thinking like, I can't believe what I'm watching. This is the kind of history that we've read about, and it's happening in front of our eyes. Just like the mahal from like the Singhs that were inside the Darbar Sahib, they're talking about like Sant Janel Singh's older brother putting on a brand new chola, new kamar kasa, new dastar, onanu chaasga, like, you know, ke wo vyaate challe ya, like maut nu vyaan challe, they're going to marry
fiery death. You had other Singhs that were writing their names and they were putting them inside the Golak in Darbar Sahib so that, you know, Sikhs in future generations would know who fought here. The environment was one of like Chardi Kala that we are going to meet the Indian army like kind of head on. So Baba Gurbakh Singh Ji, before, like when I think it was the Afghan forces were going to attack Darbar Sahib, they had permission to stay behind with their 30 Singhs, and those 30 Singhs, they all got dressed up in like, you know, wedding clothes and like all their best bastard and stuff, Name Gatre, because we're going to see them more Thnoviana. All same jidda ithihasa Singhan idhar aaya si, that the same way Shamshed was talking about that, like Sanchi put on a new like Jola, the star. Yeah, by Harchand Singh Mukta like puts a balti on his head, teal balti, because he was like, when the bullets come, like Telka Jaugiyan, like they'll deflect off the balti, and he basically didn't want his Chera to become Bepashan, he didn't want to become unrecognizable from his face, because he wanted people to know that Harchand Singh Mukta aithe ladke shaheed hoya si. So like that kind of spirit. So on like June 5th, the Indian military is starting to bring in like heavy artillery, and like by the evening, the Indian army's like larger plan is set into motion, and Gurdwara across Punjab, up to 74 Gurdwara now that we know. A few years ago when we kind of started looking into this atyas, we kind of knew about 38 Gurdwara, but now like things that I've done research into this of like a list of like 74 Gurdwara. As far as like Gurdwara Dukh Nivaran Sahib. Diyala, Roper, Chonk, Mehta, Faridkot, Muksar Sahib, Mogha, and they were attacked away from Darbar Sahib, and that's because there were strongholds for Panthic organizing. And again, like the role of the Gurdwara has always been that. It's always been a kender ke jithe Sikh ikatthe hunde and they organize, they think about their future, they deliberate on these issues. Just to highlight that point, you're saying at the same time of June 1984, at least today's current count, 74 other Gurdwara were attacked at the same time. Yeah, including Baba Gurbachan Singh Soni's pinned, like pins of like main Singhs, like tanks were sent at some of these Gurdwara as well, full on like assaults. The uprising had been, it's bigger than Sansi now, right? Because like, the Sangat is ready, like that they knew. They accelerated their plan almost, because by June 5th now, we were 5 days into an operation that they thought that was going to last like 2 hours, and they're meeting like massive like resistance. They're suffering a huge number of casualties. They're not even able to get into the Parkarma, like 5 days. They're not able to gain ground and build a position within the Parkarma. Anytime they come close, they're met with fire from below, from above, from like different vantage points. And like there's underground passages around the Parkarma, fortified positions are used really effectively, and the fighting continues like all the way into the night. I think General Subeg Singh comes shaheed on the 5th of June as well at the evening. Their body's taken to Sant Janel Singh, and then, you know, they say to Sant Janel Singh that they collect that debachan pure kar gaya, like shaheed vi ho gaya, and I didn't leave my weapon on the battlefield. I died. He like brought the gun back. He brought his gun back. He's like, I died with my shastar in my hand. Early into like the 6th of June, the battle's intensity increases, but yet Indian forces, they're unable to penetrate the defenses of Sri Akal Takht Sahib. They're getting closer. Singhs are coming lower from like the vantage points. The water has been taken out. The Bungia are getting shelled. So the Singhs are now like regrouping, getting closer and closer. Especially the Jede Karaseva Vale Singh, the Federation Singhs, like by Amrik Singh, they're like holy, like getting consolidating. One of the Singhs was saying that like we were fighting and our hearts had become stone, because like Sade Singh, Sade Sam, Nature Dashi, and they were just Shaheed next to us like lying. And even like the army we talked about, and they said that like when they finally got in, jumping ahead a bit, but when they finally got into Akal Takht, they said the shells were knee deep, and they said that there's no battle where you have ever fought where you could fight like that, like how a small number of people can fight like that. It's just beyond. And it's like the month of June, one of the hottest months, and you're firing like, you know, machine guns, and like, you know, the heat that they're producing, and you're firing non-stop. Afterwards, like the Indian military guys, they couldn't work out how 126 were able to fire that number of bullets from
from that position, because that requires skill and training, like loading weapons, and in order to continue like that sustained rate of fire, basically. They couldn't understand, like, now on the early hours of 6 June, you have like armored personnel carriers, which are like vehicles that allow soldiers to get in closer. They're brought in directly into the Parkarma in order for them to like kind of advance their assault. And they go around like Baba Deep Singh Shahidi Memorial, and at the 6 fire an RPG at that armored personnel carrier. And it wasn't like a commercial RPG, this is like a thing that they had made, because within the Darbar Sahib they had a factory for making like explosives and stuff. They had fired a rocket at that armored personnel carrier and exploded it. You could hear like obviously Singh's doing jagade like on the 6th of June. And then the Indian military sends in highly trained paramilitary troops and other like, you know, battalions in order to get close to Akal Takht Sahib. And even those waves of like commandos are like decimated, unable to kind of gain ground, unable to like defeat those Morcha positions. This is when they bring in the tanks to essentially blow up the whole battlefield. They couldn't secure. They see like, oh, firing's coming from that building. It's not like, oh, now soldiers versus soldiers. Now they just like fire a tank shell at that, blow that up. And that's how they were finally able to gain control. And the shells that they use, they're called high explosive squash head shells. They're designed to be used against fortified targets. So they go through the wall and they penetrate the wall and they explode inside. Highly effective munitions that they're using. Approximately 70 to 80 shells were used. At Akal Takht alone. And that's from Jagjit Arora, who's like an Indian military guy. He looks at like Akal Takht afterwards and he's like, he thinks around like 80 high explosive shells are fired. And talking about the architecture, the first kind of shells they were firing at the gummit of Akal Takht were bouncing off. Gyani Mor Singh is in a morcha underneath one of the gummits, and in one of those gummits is like Pratan Sroops and stuff that were stored there. A shell hits that gummit and it catches fire, and then he leaves that morcha, swims through the sarovar, goes to Santaji and says, oh, like they've hit a round there and the gummit's on fire now. And Santaji's angry at him. He's like, why did you leave your like position? Go back to your position. But just like how strict they were and like their discipline on the battlefield. And the whole Parwar, Gyani Mor Singh, the Singhani, the Bibi Satnam Kaur, Bibi Wahigur Kaur, their bachche become shaheed during their attempt to destroy an Indian army tank. On like the 6th of June, Sant Janel Singh, towards the evening, the fighting's going really late at night. Jere Akal Takht de vich Singh Sage, like the last kind of defenders, because now the fighting had come close, the tanks had come to Akal Takht right in front of it. The sarovar and everything's all lal and like it's all like blood everywhere. At that moment, like they make their final stand essentially. The Akal Takht is damaged. Sant Janel Singh Huni and like the Singhs go up and they do ardas in front of the Shastrandi Palki, and they do ardas to Guru Hargobind Pasha, and they say that Jadu Tak Sikh da Azad Kar Khalistan Nahi Banda Main Var Var Janam Lama. And like at the same time, like the Singhs firing with their machine guns from Akal Takht while they're doing their ardas. So ardas karke ho fir bar nikal deya under the lower level of Akal Takht. Tank fires at them. Ho fir utthe sare shaheed ho jande ya. Santi did give that message to the other Singh, especially the Sukhdev Singh Babbar and the other Singh Anok Singh Babbar who are still alive. He said that ki kise nu eh ladai mud ke jari rakhni paini. You need to go ahead and carry on the sangharsh. There was a langar seva going on. Ranjit Singh Babbar was walking through the tunnels giving langar. Bhai Anok Singh Ji Babbar was escorting some sangat out. Yes. Slowly and steadily through the back door ki tusi bach ke nikal jao, hai na? Because they're going to eventually kill everyone, saying ki asi maximum casualty chahne hai. And the choice of that day as well, Gurpurab. It's maximum casualty, but also imagine how difficult that would have been, because Bhai Anok Singh Ji is like ferrying out a sangata whilst also trying to fight. We would obviously discriminate between obviously the sangata and the army, but the army's not doing that, so it was just added difficulty. The Singh's order is to fight until like their last bullet, and until that fighting and that morcha is not sustainable. Some of the Singhs that leave the battlefield after that point, they leave with that intention, doing ardas ke asi itthe shaheed ho gaye tell our parwar that we're never going to go back to our homes now, that asi mar gaye hain itthe, now we've become shaheed with the rest of the Sikhs.
ਇਤਿਹਾਸ ਜਲ ਸਬਦੁਲ ਸਰਵ ਦੇ ਅੰਗ 4 June 1984 ਯਾਨੀ ਕਿ ਅੱਜ ਦਾ ਇਤਿਹਾਸ ਲੈਟਸ ਚੈੱਕ ਇਟ ਬਲੂ ਸਟਾਰ ਆਪਰੇਸ਼ਨ ਠੀਕ ਹੈ ਜੀ 4 June ਦਾ ਦਿਨ ਸਿੱਖ ਇਤਿਹਾਸ ਅੰਦਰ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ 4 June ਵਾਲੇ ਦਿਨ ਭਾਰਤੀ ਫੌਜ ਦੁਆਰਾ ਸ਼੍ਰੀ ਦਰਬਾਰ ਸਾਹਿਬ ਉੱਤੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ ਗਏ ਸੀ ਓਪਨ ਫਾਇਰਿੰਗ ਤੜਕੇ ਤੋਂ ਸ਼ੁਰੂ ਹੋ ਗਈ ਅਜਿਹੀਆਂ ਗੱਲਾਂ ਦਾ ਮੋਟਾ ਮੋਟਾ ਇਤਿਹਾਸ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਅਸਲ ਵਿੱਚ 4 June 1984 ਵਾਲੇ ਦਿਨ ਕੀ ਕੁਝ ਹੋਇਆ ਸੀ ਪੂਰੇ ਦਿਨ ਦਾ ਇਤਿਹਾਸ ਇਸ ਵੀਡੀਓ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ 4 June ਨੂੰ ਫੌਜ ਦੀ ਕੀ ਤਿਆਰੀ ਸੀ ਕੁਲਦੀਪ ਬਰਾੜ ਨੇ ਗਾਇਸ ਛੋਟੀ ਜਿਹੀ ਵੀਡੀਓ ਆ ਠੀਕ ਹੈ ਜ਼ਰੂਰ ਦੇਖਣ ਤੱਕ ਕਿਹੜੀ ਪਲੈਨਿੰਗ ਕੀਤੀ ਸੀ ਇਸ ਦਿਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਜਥੇ ਦੇ ਬਾਕੀ ਸਿੰਘ ਕਿੱਥੇ ਮੌਜੂਦ ਸੀ ਅਤੇ ਫੌਜ ਨੇ ਸਿੰਘਾਂ ਦੇ ਉੱਚੇ ਮੋਰਚਿਆਂ ਨੂੰ ਕਿਵੇਂ ਤਬਾਹ ਕੀਤਾ 4 June ਦੇ ਤੜਕੇ ਤੋਂ ਲੈ ਕੇ ਰਾਤ ਤੱਕ ਦੇ ਸੰਖੇਪ ਇਤਿਹਾਸ ਲਈ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ 3 June ਨੂੰ ਫੌਜ ਵੱਲੋਂ ਸਾਰੀ ਪਲੈਨਿੰਗ ਕਰ ਲਈ ਗਈ ਅਤੇ ਫਿਰ 4 June ਨੂੰ ਤੜਕੇ ਆਸਾਂ ਦੀ ਵਾਰ ਦੇ ਕੀਰਤਨ ਸਮੇਂ ਤਕਰੀਬਨ 4 ਵਜੇ ਤੜਕੇ ਇੱਕਦਮ ਜ਼ਬਰਦਸਤ ਫਾਇਰਿੰਗ ਸ਼ੁਰੂ ਹੋ ਜਾਂਦੀ ਆ ਇਹ ਫਾਇਰਿੰਗ ਦੀ ਸ਼ੁਰੂਆਤ CRPF ਵੱਲੋਂ ਕੀਤੀ ਜਾਂਦੀ ਹੈ ਇਹ ਫਾਇਰਿੰਗ ਕੋਈ ਨਿਸ਼ਾਨਾ ਸਾਧ ਕੇ ਨਹੀਂ ਬਲਕਿ ਉਵੇਂ ਹੀ ਬਿਨਾਂ ਨਿਸ਼ਾਨੇ ਤੋਂ ਹੀ ਸ਼ੁਰੂ ਕਰ ਦਿੱਤੀ ਇਹ ਫਾਇਰਿੰਗ ਦੇ ਪਿੱਛੇ ਵੀ 2 ਕਾਰਨ ਸੀ ਇੱਕ ਤਾਂ ਜਨਰਲ ਬਰਾੜ ਸੋਚਦਾ ਸੀ ਕਿ ਸ਼ਾਇਦ ਇੰਨੀ ਵੱਡੀ ਫਾਇਰਿੰਗ ਦੇਖ ਕੇ ਸਿੱਖ ਘਬਰਾ ਜਾਣਗੇ ਅਤੇ ਉਹ ਸਰੈਂਡਰ ਕਰ ਦੇਣਗੇ ਅਤੇ ਦੂਸਰਾ ਸੀ ਕਿ ਅਜਿਹੀ ਫਾਇਰਿੰਗ ਵਿੱਚ ਮੈਂ ਤਾਂ ਕਹਿੰਦਾ ਦੇਖ ਲਓ ਯਾਰ ਆਪਣੇ ਨੂੰ ਮਾਰਨ 'ਤੇ ਤੁਲੇ ਹੋਏ ਸੀਗੇ ਅਤੇ ਬਰਾੜ ਵੀ ਤਾਂ ਹੈ ਤਾਂ ਸਿੱਖ ਹੀ ਨਾ ਪਿੱਛੋਂ ਕਿਤੋਂ ਸਿੰਘਾਂ ਦੀ ਇੱਕ ਮੋਰਚੇ ਤੋਂ ਦੂਜੇ ਮੋਰਚਿਆਂ ਵਿੱਚ ਮੂਵਮੈਂਟ ਜਿਹੜੀ ਉਹ ਘੱਟ ਜੂਗੀ ਅਤੇ ਉਹ ਇੱਕ ਜਗ੍ਹਾ 'ਤੇ ਟਿੱਕ ਕੇ ਬਹਿ ਜਾਣਗੇ ਫਿਰ ਜਨਰਲ ਬਰਾੜ ਦੇ ਅਨੁਸਾਰ ਸਵੇਰੇ ਜਦੋਂ ਉਹ ਉੱਠ ਕੇ ਸਾਰੀਆਂ ਬਟਾਲੀਅਨਾਂ ਨੂੰ ਖੁਦ ਮਿਲਦਾ ਆ ਸਾਰੀਆਂ ਫੌਜ ਬਟਾਲੀਅਨ ਨੂੰ ਉਹਨਾਂ ਦੇ ਓਪਰੇਸ਼ਨ ਆਰਡਰ ਤਾਂ 3 June ਨੂੰ ਹੀ ਦੇ ਦਿੱਤੇ ਗਏ ਸੀ ਜਿਸ ਬਾਰੇ ਆਪਾਂ ਪਿਛਲੀਆਂ ਵੀਡੀਓ ਵਿੱਚ ਵੀ ਗੱਲ ਕੀਤੀ ਆ ਪਰ ਸਾਰੀਆਂ ਫੋਰਸਸ ਵਿੱਚ ਇੱਕ ਕੋਆਰਡੀਨੇਸ਼ਨ ਸੈੱਟ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਉਸ ਸਮੇਂ ਕੇਵਲ ਜੰਗ ਲੜਨ ਲਈ ਫੌਜ ਹੀ ਨਹੀਂ ਬਲਕਿ ਹੋਰ ਵੀ ਨਾਕਾਬੰਦੀ ਜਾਂ ਹੋਰ ਕਈ ਸਾਰੇ ਕੰਮਾਂ ਲਈ ਵੀ ਫੌਜ ਤੈਨਾਤ ਹੁੰਦੀ ਆ ਜਿਨ੍ਹਾਂ ਦਾ ਆਪਸੀ ਵਿੱਚ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਇਸ ਤੋਂ ਇਲਾਵਾ ਉਸ ਸਮੇਂ ਮੈਡੀਕਲ ਕੋਰ ਵੀ ਸੀ ਜਿਨ੍ਹਾਂ ਦਾ ਕੰਮ ਸੀ ਜ਼ਖਮੀ ਫੌਜੀਆਂ ਦਾ ਜਲ ਵੇਖ ਲਓ ਸਰਦਾਰ ਫੌਜੀ ਵੀ ਬੂਟ ਲੈ ਕੇ ਅੰਦਰ ਤੁਰੇ ਫਿਰਦੇ ਦਰਬਾਰ ਸਾਹਿਬ ਦੇ ਸਿੱਖ ਕੌਮ ਡਰੇ ਗੱਦਾਰਾਂ ਤੋਂ ਦੈਟਸ ਇਟ ਸ਼ਿਟ ਮੈਨ ਸਿਰ 'ਤੇ ਪੱਗਾਂ ਕਿਉਂ ਬੰਨਿਆ ਬਾਈ ਤੁਸੀਂ ਯਾਰ ਲਾ ਦਿਓ ਮੈਂ ਤਾਂ ਹੈਰਾਨ ਹਾਂ ਗੁਰੂ ਦੇ ਅੱਗੇ ਬਾਬੇ ਦੇ ਅੱਗੇ ਕਿਵੇਂ ਸਿਰ ਵਿਖਾ ਲਿਆ ਸੋਰੀ ਸ਼ਕਲ ਵਿਖਾ ਲਈ ਕਦੀ ਤਾਂ ਉਸ ਤੋਂ ਬਾਅਦ ਗੁਰਦੁਆਰੇ ਗਏ ਹੋਊਗੇ ਜ਼ਿੰਦਗੀ 'ਚ ਜਲਦੀ ਤੋਂ ਜਲਦੀ ਇਲਾਜ ਕਰਨਾ ਅਤੇ ਫੌਜੀਆਂ ਦੀਆਂ ਲਾਸ਼ਾਂ ਨੂੰ ਮਿੱਥੇ ਥਾਂ 'ਤੇ ਪਹੁੰਚਾਉਣਾ ਇਸ ਤੋਂ ਇਲਾਵਾ ਜ਼ਖਮੀਆਂ ਲਈ ਫੋਰਵਰਡ ਮੈਡੀਕਲ ਪੁਆਇੰਟ ਵੀ ਸੈੱਟ ਕਰ ਲਏ ਗਏ ਸੀ ਤਾਂ ਜੋ ਜ਼ਖਮੀ ਫੌਜ ਨੂੰ ਵਿਦਇਨ ਮਿਨਟ ਉੱਥੇ ਲਿਆਂਦਾ ਜਾ ਸਕੇ ਇੱਥੇ ਤੁਹਾਨੂੰ ਇਹ ਇਸ ਲਈ ਦੱਸ ਰਹੇ ਹਾਂ ਤਾਂ ਜੋ ਤੁਹਾਨੂੰ ਦੋਵੇਂ ਧਿਰਾਂ ਵਿਚਲਾ ਅੰਤਰ ਦਿਖ ਸਕੇ ਇੱਕ ਪਾਸੇ ਫੌਜ ਕੋਲ ਪੂਰੀ ਖੁੱਲ੍ਹ ਅਤੇ ਮੈਡੀਕਲ ਸਹੂਲਤ ਸੀ ਅਤੇ ਦੂਸਰੇ ਪਾਸੇ ਸਿੱਖਾਂ ਕੋਲ ਅਜਿਹਾ ਕੁਝ ਵੀ ਨਹੀਂ ਸਿੱਖਾਂ ਕੋਲ ਕੇਵਲ ਵਾਹਿਗੁਰੂ ਦਾ ਭਰੋਸਾ ਸੀ ਹੁਣ ਇੱਥੇ ਪਹਿਲਾਂ ਆਪਾਂ ਫੌਜ ਦੀ ਰਣਨੀਤੀ ਨੂੰ ਸਮਝੀਏ ਤਾਂ ਜੋ ਅੱਗੇ ਜਦੋਂ ਆਪਾਂ ਲੜਾਈ ਦੀ ਗੱਲ ਕਰਾਂਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਉਹ ਸਮਝ ਆਏਗਾ ਕਿ ਇਹਨਾਂ ਨੇ ਕਿਸ ਕਿਸਮ ਦੀਆਂ ਤਾਕਤਾਂ ਨੂੰ ਯੂਜ਼ ਕੀਤਾ ਸੀ ਇਸ ਓਪਰੇਸ਼ਨ ਬਲੂ ਸਟਾਰ ਲਈ ਸਭ ਤੋਂ ਪਹਿਲਾਂ 12 Bihar ਰੈਜੀਮੈਂਟ ਸੀ ਜਿਹਦਾ ਮੁੱਖ ਕੰਮ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਾਕਾਬੰਦੀ ਕਰਨਾ ਅਤੇ ਦੂਸਰੀਆਂ ਫੋਰਸ ਸੀ ਜਿਨ੍ਹਾਂ ਦਾ ਕੰਮ ਸੀ ਮੁੱਖ ਦੁਆਰ ਤੋਂ ਐਂਟਰ ਹੋ ਕੇ ਘੰਟਾ ਘਰ ਵਾਲੇ ਪਾਸਿਓਂ ਅਕਾਲ ਤਖਤ ਸਾਹਿਬ ਵੱਲ ਵਧਣਾ ਉੱਧਰ ਵੱਧਦੇ ਹੋਏ ਪਰਿਕਰਮਾ ਦੇ ਸਾਰੇ ਕਮਰਿਆਂ ਨੂੰ ਆਪਣੇ ਹੱਕ 'ਚ ਕਰਨਾ ਜਾਂ ਮਤਲਬ ਉਹਨਾਂ 'ਤੇ ਕਬਜ਼ਾ ਕਰਨਾ ਤਾਂ ਜੋ ਇਹਨਾਂ ਕਮਰਿਆਂ ਦੇ ਵਿਚਲੇ ਮੋਰਚਿਆਂ ਨੂੰ ਨਿਊਟਰਲਾਈਜ਼ ਕਰ ਸਕਣ ਇਹ ਫੋਰਸ ਦੇ ਕੋਲ ਆਟੋਮੈਟਿਕ ਗੰਨਾਂ ਅਤੇ ਗ੍ਰੇਨਾਈਟ ਵੀ ਸੀ ਇਹ ਸਾਰੇ ਕੰਮ ਲਈ ਜੋ ਉੱਥੇ ਫੌਜ ਸੀ ਇੱਕ ਸੀ ਇਨਫੈਂਟਰੀ ਬਟਾਲੀਅਨ ਇੱਕ ਕੰਪਨੀ ਪੈਰਾ ਕਮਾਂਡੋਜ਼ ਦੀ ਅਤੇ ਇੱਕ ਕੰਪਨੀ ਜਿਸ ਨੂੰ SFF ਸਪੈਸ਼ਲ ਫਰੰਟੀਅਰ ਫੋਰਸ
ਇਹ ਜਿਹੜੀ ਫੋਰਸ ਆ ਜਿੱਥੇ ਸਿੱਧੇ ਮੱਥੇ ਲੜਾਈ ਕਰਨੀ ਹੋਵੇ ਉੱਥੇ ਨਹੀਂ ਬਲਕਿ ਲੁਕਵੀਂ ਲੜਾਈ ਲਈ ਕਾਰਗਰ ਮੰਨੀ ਜਾਂਦੀ ਆ। ਸੋ ਇਸ ਤਰ੍ਹਾਂ ਫੌਜ ਦੀ ਚੋਣ ਕੀਤੀ ਗਈ ਸੀ। ਸੋ ਇਹ ਸਾਰੀਆਂ ਬਟਾਲੀਅਨਾਂ ਨੇ ਮੇਨ ਗੇਟ ਤੋਂ ਅਕਾਲ ਤਖਤ ਸਾਹਿਬ ਤੱਕ ਸਾਰੀ ਪਰਿਕਰਮਾ ਉੱਪਰ ਆਪਣਾ ਕੰਟਰੋਲ ਕਰਨਾ ਸੀ ਤਾਂ ਜੋ ਅਕਾਲ ਤਖਤ ਸਾਹਿਬ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ। ਅਤੇ ਇੱਕ ਬਟਾਲੀਅਨ 15 ਕਮਾਓ ਪਠਾਨਕੋਟ ਤੋਂ ਮੰਗਵਾ ਕੇ ਉਹਨੂੰ ਰਿਜ਼ਰਵ ਰੱਖਿਆ ਗਿਆ ਸੀ ਤਾਂ ਜੋ ਜਿੱਥੇ ਵੀ ਲੋੜ ਮਹਿਸੂਸ ਹੋਵੇ ਉਹਨੂੰ ਉੱਥੇ ਵਰਤਿਆ ਜਾ ਸਕੇ। ਇਸ ਤੋਂ ਇਲਾਵਾ ਫੌਜ ਦੀ ਆਪਣੀ ਫਾਇਰ ਬ੍ਰਿਗੇਡ ਦੀ ਟੀਮ ਵੀ ਸੀ ਜਿਹਦਾ ਕੰਮ ਅੱਗ ਲੱਗਣ 'ਤੇ ਉਸਨੂੰ ਕੰਟਰੋਲ ਕਰਨਾ ਸੀ। ਜੋ ਲੋਕਲ ਫਾਇਰ ਬ੍ਰਿਗੇਡ ਸੀ ਉਹ ਵੀ ਉਸ ਸਮੇਂ ਫੌਜ ਦੇ ਸੰਪਰਕ 'ਚ ਸੀ। ਇਸ ਤੋਂ ਇਲਾਵਾ ਫੌਜ ਕੋਲ ਮਿਸਤਰੀ ਵੀ ਮੌਜੂਦ ਸੀ ਜੋ ਮੁਰੰਮਤ ਦੇ ਕੰਮ ਲਈ ਉੱਥੇ ਮੰਗਵਾਏ ਗਏ ਸੀ, ਜੋ ਇੱਟਾਂ ਅਤੇ ਸੀਮਿੰਟ ਦਾ ਕੰਮ ਜਾਣਦੇ ਸੀ। ਕਿਉਂਕਿ ਫੌਜ ਦਾ ਜੋ ਟਾਰਗੇਟ ਸੀ ਕਿ 5 ਜੂਨ ਦੀ ਰਾਤ ਨੂੰ ਓਪਰੇਸ਼ਨ ਸ਼ੁਰੂ ਕਰਾਂਗੇ ਅਤੇ 5 ਦੇ ਦਿਨ ਚੜ੍ਹਦੇ ਤੱਕ ਹਮਲੇ ਦਾ ਕੋਈ ਨਿਸ਼ਾਨ ਨਹੀਂ ਰਹਿਣ ਦੇਣਾ ਅਤੇ ਸਾਰੀ ਮੁਰੰਮਤ ਕਰ ਦਿੱਤੀ ਜਾਵੇਗੀ ਤਾਂ ਜੋ ਦਿਨੇ ਕਿਸੇ ਸੰਗਤ ਅੱਛਾ ਕਿ ਮਤਲਬ ਕਿ ਉੱਥੇ ਹੀ ਖਤਮ ਕਰਕੇ ਥੋੜ੍ਹੀ ਬਹੁਤ ਚੱਲਣੀ ਹੈ ਨਾਲ ਦੇ ਨਾਲ ਉਹ ਸਾਰੀ ਚੀਜ਼ਾਂ ਠੀਕ ਵੀ ਕਰ ਦਾਂਗੇ ਮਿਸਤਰੀਆਂ ਤੋਂ ਰਾਤ ਕੇ ਸਵੇਰੇ ਉੱਠ ਕੇ ਕਹਿਣਾ ਇੱਥੇ ਤਾਂ ਕੁਛ ਹੋਇਆ ਹੀ ਨਹੀਂ, ਹੈ ਨਾ ਉਹ ਚੀਜ਼ ਪੰਗਾ ਪੈ ਗਿਆ ਪੁੱਠਾ ਇਹਨਾਂ ਦਾ, ਤੁਹਾਨੂੰ ਪਤਾ ਨਾ ਲੱਗੇ। ਫੌਜ ਦੀ ਪਲੈਨਿੰਗ ਵਿੱਚ ਸਭ ਤੋਂ ਮੁੱਖ ਟਾਰਗੇਟ ਜਾਂ ਚੁਣੌਤੀ ਸੀ ਸਿੰਘਾਂ ਦੇ ਉੱਚੇ ਮੋਰਚੇ ਜਿਵੇਂ ਰਾਮਗੜੀ ਜਾਂ ਬੁੰਗਾ ਵਾਲਾ ਮੋਰਚਾ, ਕਿਉਂਕਿ ਇਹ ਸਭ ਤੋਂ ਉੱਚੇ ਸੀ, ਉੱਥੋਂ ਸਿੰਘ ਦੂਰ ਤੱਕ ਨਿਗਾਹ ਰੱਖ ਸਕਦੇ ਸੀ। ਪਰਿਕਰਮਾ ਦੀਆਂ ਛੱਤਾਂ ਵਾਲੇ ਮੋਰਚਿਆਂ ਲਈ ਤਾਂ ਛੋਟੀਆਂ ਤੋਪਾਂ ਨਾਲ ਪਲੈਨਿੰਗ ਬਣਾਈ ਗਈ ਸੀ ਵੀ ਹੇਠੋਂ ਹੀ ਗੋਲੇ ਮਾਰ ਕੇ ਇਹਨਾਂ ਮੋਰਚਿਆਂ ਨੂੰ ਭੰਨ ਦਿਆਂਗੇ, ਪਰ ਇਹਨਾਂ ਨਾਲ ਬੁੰਗਿਆਂ ਵਾਲੇ ਉੱਚੇ ਮੋਰਚਿਆਂ ਤੱਕ ਮਾਰ ਕਰਨੀ ਬੜੀ ਔਖੀ ਸੀ। ਸੋ ਬੁੰਗੇ ਵਾਲੇ ਮੋਰਚਿਆਂ ਲਈ ਫੌਜ ਨੂੰ ਘੱਟੋ ਘੱਟ 3.7 ਇੰਚ ਦੀ ਜਿਹੜੀ ਛੋਟੀ ਤੋਪ ਚਾਹੀਦੀ ਸੀ ਜਿਸ ਨੂੰ ਫੌਜ ਹੋਵਿਟਜ਼ਰ ਗਨ ਕਹਿੰਦੇ ਆ, ਪਰ ਇਸ ਤੋਪ ਨੂੰ ਕਿਸੇ ਉੱਚੀ ਜਗ੍ਹਾ ਰੱਖਣਾ ਪੈਣਾ ਸੀ ਕਿਉਂਕਿ ਥੱਲਿਓਂ ਮਾਰ ਨਹੀਂ ਕੀਤੀ ਜਾ ਸਕਦੀ ਸੀ, ਕਿਸੇ ਉੱਚੀ ਥਾਂ 'ਤੇ ਲਿਜਾਣਾ ਇਸ ਨੂੰ ਬੜਾ ਔਖਾ ਸੀ। ਸੋ ਫਿਰ ਫੌਜ ਨੇ 3 ਦੀ ਰਾਤ ਨੂੰ ਹਨੇਰੇ ਵਿੱਚ ਰੱਸੀਆਂ ਪਾ ਕੇ ਇਹ ਤੋਪ ਉੱਚੀ ਥਾਂ 'ਤੇ ਲੈ ਗਏ। ਇਹ ਤੋਪ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਏ ਡਬਲਿਊ ਫਰਨਾਂਡਿਸ ਨੂੰ। ਇਸ ਤੋਪ ਦੇ ਨਾਲ ਹੋਰ ਵੀ ਉੱਚੇ ਮੋਰਚੇ ਨਸ਼ਟ ਕਰਨ ਦੀ ਜ਼ਿੰਮੇਵਾਰੀ ਇਸੇ ਦੀ ਸੀ। ਇਸ ਤੋਪ ਨੂੰ ਹਨੇਰੇ ਵਿੱਚ ਉੱਚੀ ਜਗ੍ਹਾ ਚੜ੍ਹਾਇਆ ਗਿਆ, ਪਰ ਇਸ ਦੀ ਵਰਤੋਂ ਸਿਰਫ ਸਵੇਰੇ ਹੋ ਸਕਦੀ ਸੀ ਕਿਉਂਕਿ ਰਾਤ ਨੂੰ ਨਿਸ਼ਾਨਾ ਬਣਾਉਣਾ ਬੜਾ ਮੁਸ਼ਕਿਲ ਸੀ। ਸੋ ਸਵੇਰੇ ਜਦੋਂ ਕੁਲਦੀਪ ਬਰਾੜ ਅਜੇ ਫੌਜ ਨੂੰ ਹੱਲਾਸ਼ੇਰੀ ਹੀ ਦਿੰਦਾ ਫਿਰਦਾ ਸੀ, ਉਸ ਸਮੇਂ ਤਕਰੀਬਨ 9 ਵਜੇ ਬਹੁਤ ਵੱਡਾ ਧਮਾਕਾ ਹੁੰਦਾ। ਇਹ ਧਮਾਕਾ ਉਸੇ ਤੋਪ ਵੱਲੋਂ ਕੀਤਾ ਗਿਆ ਸੀ। ਤੋਪ ਨੇ ਬੁੰਗਿਆਂ ਉੱਪਰ ਨਿਸ਼ਾਨਾ ਲਗਾ ਕੇ ਉਸਦੇ ਮੋਰਚਿਆਂ ਨੂੰ ਉਡਾ ਦਿੱਤਾ ਸੀ। ਮੋਰਚੇ ਉੱਪਰੋਂ ਧਮਾਕੇ ਨਾਲ ਰੇਤ ਦੇ ਬੋਰੇ ਉੱਡਦੇ ਨਜ਼ਰ ਆ ਰਹੇ ਸੀ। ਇਸ ਤੋਂ ਇਲਾਵਾ ਤਕਰੀਬਨ 12:30 ਵਜੇ ਪਾਣੀ ਵਾਲੀ ਟੈਂਕੀ ਉੱਪਰ ਗੋਲਾ ਮਾਰਿਆ ਜਾਂਦਾ ਜਿਸ ਨਾਲ ਟੈਂਕੀ ਵਿੱਚ ਇੱਕ ਵੱਡਾ ਪੜ ਪੈ ਜਾਂਦਾ ਅਤੇ ਪਾਣੀ ਸਾਰਾ ਉੱਥੇ ਰੁੜ ਜਾਂਦਾ, ਜਿਸ ਨੂੰ ਤਕਰੀਬਨ ਸ਼ਹਿਰ ਦੇ ਬਹੁਤੇ ਲੋਕਾਂ ਨੇ ਦੇਖਿਆ ਵੀ ਸੀ। ਇਸ ਦੇ ਨਾਲ ਕੀ ਹੋਇਆ ਕਿ ਪਾਣੀ ਦੀ ਜਿਹੜੀ ਸਾਰੀ ਸਪਲਾਈ ਉਹ ਠੱਪ ਹੋ ਜਾਂਦੀ ਅਤੇ ਬਿਜਲੀ ਦੀ ਸਪਲਾਈ ਤਾਂ ਫੌਜ ਨੇ ਪਹਿਲਾਂ ਹੀ ਬੰਦ ਕੀਤੀ ਹੋਈ ਸੀ ਅਤੇ SGPC ਦੇ ਜਿਹੜੇ ਜਨਰੇਟਰ ਸੀ ਉਹ ਵੀ ਗੋਲੇ ਵੱਜਣ ਨਾਲ ਜਿਹੜੀ ਅੱਗ ਲੱਗੀ ਸੀ ਉਹ 'ਚ ਨਕਾਰਾ ਹੋ ਗਏ ਸੀ। ਸੋ ਇਸ ਤਰ੍ਹਾਂ ਨਾਲ ਸਾਰੇ ਕੰਪਲੈਕਸ ਵਿੱਚ ਉਸ ਸਮੇਂ ਨਾ ਤਾਂ ਬਿਜਲੀ ਸੀ ਅਤੇ ਨਾ ਹੀ ਪਾਣੀ ਸੀ, ਫੌਣ ਤਾਂ ਪਹਿਲਾਂ ਨਾ ਕੁਝ ਖਾਣ ਜੋਗੇ ਨਾ ਕੁਝ ਪੀਣ ਜੋਗੇ। ਵਧੀਆ ਬਾਈ ਵਧੀਆ ਵਧੀਆ ਵਧੀਆ, ਆਹੀ ਕੁਛ ਆਹੀ ਆਹੀ ਕੁਛ ਕਰਦੇ ਹੁੰਦੇ ਹੈ ਨਾ ਆਪਣੇ ਦੇਸ਼ ਦੇ ਸਿਟੀਜ਼ਨ ਨਾਲ, ਦੇਖ ਲਓ ਈਵਨ ਕਿ ਤਾਂ ਹੀ ਬੰਦ ਕੀਤੇ ਹੋਏ ਸੀ। ਸੋ ਪੰਜਾਬ ਉਸ ਸਮੇਂ ਸਾਰੀ ਦੁਨੀਆ ਨਾਲੋਂ ਬਿਲਕੁਲ ਕੱਟਿਆ ਹੋਇਆ ਸੀ। ਇੱਕ BBC ਸੀ ਜੋ ਜਿੰਨੀ ਕੁ ਖਬਰ ਕੱਢ ਸਕਦੇ ਸੀ ਉਹ ਰੇਡੀਓ ਦੇ ਉੱਪਰ ਚਲਾ ਰਹੇ ਸੀ। ਕੁਝ ਸਰੋਤਾਂ ਦੇ ਮੁਤਾਬਿਕ ਉੱਪਰ ਫੌਜ ਨੂੰ ਵੀ ਇਹ ਹਦਾਇਤ ਸੀ ਕਿ ਅਕਾਲੀ ਲੀਡਰਾਂ ਨੂੰ ਅਤੇ ਆਮ ਸੰਗਤਾਂ ਨੂੰ ਹੋ ਸਕੇ ਤਾਂ ਸਹੀ ਸਲਾਮਤ ਕੱਢਿਆ ਜਾਵੇ, ਪਰ ਇਸ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਪਰ ਇਹ 4 ਤਰੀਕ ਤੱਕ ਪੋਸੀਬਲ ਨਹੀਂ ਸੀ। ਫੌਜ ਚਾਹੁੰਦੀ ਤਾਂ 3 ਜੂਨ ਨੂੰ ਕਰਫਿਊ ਵਿੱਚ ਦਿੱਤੀ ਢਿੱਲ ਦੌਰਾਨ ਸੰਗਤਾਂ ਨੂੰ ਕੱਢ ਸਕਦੀ ਸੀ, ਪਰ ਹੁਣ 4 ਜੂਨ ਨੂੰ ਇਹ ਸੰਭਵ ਨਹੀਂ ਸੀ। ਉਸ ਸਮੇਂ ਤਾਂ ਕੁਝ ਇੰਟੈਲੀਜੈਂਸ ਦੇ ਬੰਦੇ ਵੀ ਅੰਦਰ ਫਸ ਗਏ ਸੀ ਜੋ ਜਿੱਥੇ ਵੀ ਸੀ ਉੱਥੇ ਫਸ ਚੁੱਕਾ ਸੀ। ਉਸ ਸਮੇਂ ਫੌਜ ਦਾ ਅਕਾਲੀ ਲੀਡਰਾਂ ਤੋਂ ਭਾਵ ਸੀ ਇਹ 2 ਬੰਦੇ ਜਥੇਦਾਰ ਟੌੜਾ ਅਤੇ ਲੌਂਗੋਵਾਲ। ਕੁਲਦੀਪ ਬਰਾੜ ਅੰਦਰ ਦੀ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੁੰਦਾ ਸੀ, ਜਿਸ ਕਰਕੇ ਉਸਨੇ ਇੱਕ ਸਿੱਖ ਅਫਸਰ ਕੈਪਟਨ ਜਸਬੀਰ ਰੈਣਾ ਨੂੰ ਇੱਕ ਸ਼ਰਧਾਲੂ ਦੇ ਰੂਪ ਵਿੱਚ ਦਰਬਾਰ ਸਾਹਿਬ ਦੇ ਪਰਿਸਰ ਵਿੱਚ ਦਾਖਲ ਹੋਣ ਲਈ ਭੇਜਿਆ ਸੀ।
ਇਹ ਗੱਲ 3 June ਦੀ ਆ। ਇਹ ਅਫਸਰ ਕਰੀਬ 1 ਘੰਟਾ ਅੰਦਰ ਰਹਿੰਦਾ। ਕੁਲਦੀਪ ਬਰਾੜ ਦੇ ਮੁਤਾਬਕ ਉਸ ਨੇ ਬਹੁਤ ਸਾਰੀਆਂ ਜਾਣਕਾਰੀਆਂ ਆ ਕੇ ਦੱਸੀਆਂ। ਤੁਹਾਨੂੰ ਇੱਥੇ ਦੱਸ ਦਈਏ, 6 June ਦੀ ਰਾਤ ਨੂੰ ਇਸੇ ਹੀ ਜਸਬੀਰ ਰੈਣਾ ਦੀਆਂ ਲੱਤਾਂ 'ਚ ਗੋਲੀਆਂ ਵੱਜੀਆਂ। ਅੱਜ ਉਹ ਅਪਾਹਜ ਦੀ ਜ਼ਿੰਦਗੀ ਜਿਉ ਰਿਹਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ, 4 June ਦੀ ਹੀ ਸਵੇਰ ਨੂੰ ਕੁਝ ਸਰੋਤਾਂ ਦੇ ਮੁਤਾਬਕ ਅਕਾਲ ਤਖਤ ਸਾਹਿਬ ਉੱਪਰ ਵੀ ਗੋਲੇ ਮਾਰੇ ਗਏ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ ਦੁਆਲੇ ਦੀਆਂ ਇਮਾਰਤਾਂ ਦੀਆਂ ਕੰਧਾਂ ਤੱਕ ਕੰਬ ਗਈਆਂ। ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ ਤਕਰੀਬਨ 20-25 ਸਿੱਖ ਅਕਾਲ ਤਖਤ ਸਾਹਿਬ ਦੀ ਛੱਤ ਉੱਪਰ ਮੌਜੂਦ ਸੀ। ਉਸ ਸਮੇਂ ਕੁਝ ਸਿੱਖ ਤਾਂ ਮੋਰਚਿਆਂ ਦੇ ਆਸ ਪਾਸ ਡਟੇ ਹੋਏ ਸੀ, ਕੁਝ ਸਿੰਘ ਆਰਾਮ ਕਰ ਰਹੇ ਸੀ। ਇਸ ਧਮਾਕੇ ਵਿੱਚ ਕਿਸੇ ਵੀ ਸਿੰਘ ਦੀ ਸ਼ਹੀਦੀ ਨਹੀਂ ਸੀ ਹੋਈ। ਉਸ ਸਮੇਂ ਤੱਕ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਵੀ ਆਪਣੇ ਕਮਰੇ ਤੋਂ ਬਾਹਰ ਆ ਚੁੱਕੇ ਸੀ। ਉਹਨਾਂ ਨੇ ਸਿੰਘਾਂ ਨੂੰ ਹਦਾਇਤ ਕੀਤੀ ਕਿ ਉੱਪਰ ਵਾਲੇ ਮੋਰਚਿਆਂ ਉੱਪਰ ਕੇਵਲ ਮੋਰਚੇ ਵਾਲੇ ਸਿੰਘ ਰਹਿਣ, ਬਾਕੀ ਸਿੱਖ ਸਾਰੇ ਥੱਲੇ ਆ ਜਾਣ। ਸੋ ਜੋ ਸਿੰਘਾਂ ਦਾ ਆਪਣਾ ਸੰਪਰਕ ਕਰਨ ਦਾ ਸਾਧਨ ਸੀ, ਉਸ ਨਾਲ ਸੰਤ ਜੀ ਅਤੇ ਜਨਰਲ ਸੁਬੇਗ ਸਿੰਘ ਜੀ ਬਾਕੀ ਸਿੰਘਾਂ ਦੇ ਨਾਲ ਸੰਪਰਕ ਵੀ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਇਹਨਾਂ ਮੋਰਚਿਆਂ ਵਿੱਚ ਕੁਝ ਬੀਬੀਆਂ ਵੀ ਸੀ ਜੋ ਸ਼ਹਾਦਤ ਲਈ ਤਿਆਰ ਬਰਤਿਆਰ ਸਨ। ਸੋ 4 June ਤੱਕ ਸਰਕਾਰ ਅਤੇ ਫੌਜ ਨੇ ਆਪਣਾ ਮਕਸਦ ਜਾਂ ਰਵੱਈਆ ਸਾਹਮਣੇ ਰੱਖ ਦਿੱਤਾ ਸੀ ਅਤੇ ਜੰਗ ਦੀ ਸ਼ੁਰੂਆਤ ਕਿ ਜਾਂ ਤਾਂ ਪਿਆਰ ਨਾਲ ਬਾਹਰ ਆ ਜਾਓ ਅਤੇ ਉਦੋਂ ਗੋਲੀ ਖਾ ਲਓ ਅਤੇ ਜਾਂ ਫਿਰ ਵਾਰ ਜੋ ਕਿ ਹੋਈ ਬਾਤ ਹੋ ਚੁੱਕੀ ਸੀ। ਸਾਰੇ ਸਿੰਘ ਆਪਣੇ ਮੋਰਚਿਆਂ ਵਿੱਚ ਡਟੇ ਹੋਏ ਸੀ। ਸੰਤ ਜਰਨੈਲ ਸਿੰਘ ਜੀ ਖੁਦ ਸਿੰਘਾਂ ਨੂੰ ਹਥਿਆਰਾਂ ਵਿੱਚ ਗੋਲੀਆਂ ਪਾ ਕੇ ਦੇ ਰਹੇ ਸੀ ਅਤੇ ਸਿੰਘਾਂ ਨੂੰ ਹੱਲਾਸ਼ੇਰੀ ਦੇ ਰਹੇ ਸੀ। ਸੰਤ ਜਰਨੈਲ ਸਿੰਘ ਜੀ ਅਤੇ ਜਨਰਲ ਸੁਬੇਗ ਸਿੰਘ ਜੀ ਬਾਕੀ ਦੇ ਮੋਰਚਿਆਂ ਨਾਲ ਸੰਪਰਕ ਵੀ ਸੀ। ਸੋ ਇਹ ਸੀ 4 June 1984 ਦਾ ਇਤਿਹਾਸ। ਅਗਲੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 5 June 1984 ਬਾਰੇ। ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਓਕੇ, ਸੋ ਇਹ ਸੀਗਾ ਜੀ ਇਤਿਹਾਸ ਅੱਜ ਦਾ, ਅਤੇ ਕਾਫੀ ਖੂੰਖਾਰ ਇਤਿਹਾਸ ਆ, ਖੂੰਖਾਰ ਵੀ ਕਹਿ ਸਕਦੇ ਹਾਂ, ਬਲੱਡ ਸ਼ੈਡ ਤੁਸੀਂ ਜੋ ਮਰਜ਼ੀ ਸਮਝ ਲਓ। ਇਹੀ ਚੀਜ਼ ਆ ਕਿ ਦੇਖ ਕੇ ਸੁਣ ਕੇ ਸੋਚ ਕੇ ਖਾਸਾ ਦਿਮਾਗ ਖਰਾਬ ਹੁੰਦਾ ਕਿ ਚਲੋ ਇੱਕ ਸੈਕਿੰਡ ਲਈ ਮੰਨ ਲੈਂਦੇ ਹਾਂ ਕਿ ਤੁਹਾਡੇ ਦੁਸ਼ਮਣ ਬਣ ਗਏ ਸੀ, ਪਰ ਮੇਰੇ ਖਿਆਲ ਨਾਲ ਇਸ ਚੀਜ਼ ਨੂੰ ਰੋਕ ਕੇ ਰੱਖਿਆ ਜਾ ਸਕਦਾ ਸੀਗਾ। ਕਦੀ ਤਾਂ ਇੱਕ ਇਨਸਾਨ ਬਾਹਰ ਨਿਕਲਦਾ ਹੈ, ਇਹ ਤਾਂ ਹੈ ਨਹੀਂ 24 ਘੰਟੇ। ਮੁੰਬਈ ਵੀ ਤਾਂ ਇਹ ਸਭ ਕੁਛ ਕੀਤਾ ਜਾ ਸਕਦਾ ਸੀ ਨਾ, ਕਿ ਜਦੋਂ ਉੱਥੇ ਆਏ ਸੀਗੇ ਪਿੰਡਾਂ ਵਾਲੇ, ਅਤੇ ਚਲੋ ਦਰਬਾਰ ਸਾਹਿਬ ਕੀਤਾ ਹੀ ਕੀਤਾ, ਹੋਰ ਗੁਰਦੁਆਰਿਆਂ 'ਚ ਵੀ ਕੀਤਾ, ਅਤੇ ਨਾਲੇ ਸ਼ਰਧਾਲੂਆਂ ਨੂੰ ਬਾਹਰ ਕਿਉਂ ਨਹੀਂ ਭੇਜਿਆ? ਅੰਦਰ ਜਿਹੜੇ ਬੀਬੀਆਂ ਨੇ ਰੇਪ ਕੀਤੇ ਫੌਜੀਆਂ ਨੇ, ਉਹਨਾਂ ਦਾ ਵੀ ਕੋਈ ਬਿਆਨ ਦਿੱਤਾ ਜਾਵੇ, ਕੋਈ ਕੁਛ ਤਾਂ। ਬਾਹਰ ਇੰਨਾ ਅਨਗਿਣਤ ਉਸ ਗਿਣਤੀ ਨਹੀਂ ਹੈਗੀ ਅਜੇ ਤੱਕ, ਸਿਰਫ ਅਪਰੋਕਸ ਫਿਗਰਸ ਲਾਈ ਜਾਂਦੇ ਨੇ, ਇੰਨੇ ਹੋ ਗਏ, ਕਿਉਂਕਿ ਦੱਸਿਆ ਹੀ ਨਹੀਂ ਗਿਆ ਕਿੰਨਾ ਮੁੰਡਾ ਮਾਰਤਾ, ਕਿੰਨੀਆਂ ਕੁੜੀਆਂ ਦੇ ਮਾਰਤੀਆਂ ਜਾਂ ਕੀ ਆ, ਕਿਹੜੀ ਵਰਗ ਦਾ ਇਨਸਾਨ ਨਹੀਂ ਮਰਿਆ, ਮੈਨੂੰ ਬਸ ਇਹ ਦੱਸ ਦਿਉ। ਆ 84 ਦੇ ਆਲੇ ਦੁਆਲੇ 94 ਤੱਕ, ਮੇਰੇ ਖਿਆਲ ਨਾਲ 80 ਤੋਂ ਲੈ ਕੇ 94 ਤੱਕ ਹੀ ਲਾ ਲਓ, 94-95 ਤੱਕ ਕਿਹੜਾ ਇਨਸਾਨ ਨਹੀਂ ਮਰਿਆ, ਕਿਹੜੇ ਤਰੀਕੇ ਦਾ, ਕਿਹੜੀ ਉਮਰ ਦਾ। ਸਤਿ ਸ਼੍ਰੀ ਅਕਾਲ। ਸੋ ਹੈ ਗਾਇਜ਼, ਕੀ ਹਾਲ ਚਾਲ, ਸਭ ਤੋਂ ਸਾਰੇ ਵਧੀਆ ਹੋਵੋਗੇ। 5 June 1984 ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਦਾ, ਦਰਬਾਰ ਸਾਹਿਬ ਦਾ, ਹਰਿਮੰਦਰ ਸਾਹਿਬ 1984 ਜੋ ਉੱਥੇ ਹੋਇਆ ਉਹਦਾ 5 June ਦਾ ਇਤਿਹਾਸ, ਅਤੇ 3 ਅਤੇ 4 June ਦੀ ਵੀਡੀਓ ਮੈਂ ਪਾ ਦਿੱਤੀ ਹੈ ਗਾਇਜ਼, 5 ਦੀ ਅੱਜ ਪਾਉਂਦੇ ਹਾਂ ਦਾ ਸਟਾਰਟ। ਅਤੇ ਇੱਕ ਗੱਲ ਹੋਰ, ਮੈਂ ਨਾ ਡਿਸਕ੍ਰਿਪਸ਼ਨ ਵਿੱਚ ਵੀ ਲਿੰਕ ਦਊਂਗਾ ਅਤੇ ਕੋਮੈਂਟਸ ਵਿੱਚ ਵੀ ਲਿੰਕ ਪਿਆ ਹੋਊਗਾ। ਇੱਕ ਚੈਨਲ ਬਣਾ ਰਿਹਾ, ਉੱਥੇ ਸਿਰਫ ਅਤੇ ਸਿਰਫ ਮਿਥਸ ਐਂਡ ਫੈਕਟਸ ਹੋਣ ਕਰਨਗੇ, ਲਾਈਕ ਜਿਹੜੇ ਰਿਲੀਜੀਅਸ ਬੇਸਡ ਹੁੰਦੇ ਆ ਕਿਸੇ ਵੀ ਧਰਮ ਦਾ, ਠੀਕ ਹੈ, ਸਿੱਖ ਹੋਣ, ਹਿੰਦੂਇਜ਼ਮ ਹੋਵੇ, ਆਪਣਾ ਕ੍ਰਿਸਚੈਨਿਟੀ ਹੋਵੇ, ਮੁਸਲਿਮ ਹੋਣ,
ਕੋਈ ਵੀ ਮਤਲਬ ਧਰਮ ਜਿੰਨੇ ਦੁਨੀਆਂ ਦੇ ਹੈਗੇ ਨੇ, ਠੀਕ ਹੈ, ਉਹਨਾਂ ਦੇ ਰਿਲੇਟਡ ਵੀਡੀਓਜ਼ ਤੁਸੀਂ ਸ਼ੇਅਰ ਕਰ ਸਕਦੇ ਹੋ ਬਈ ਆਹ ਚੀਜ਼ 'ਤੇ ਬਣਾਓ, ਆਹ ਚੀਜ਼ 'ਤੇ ਬਣਾਓ, ਠੀਕ ਹੈ, ਤੁਸੀਂ ਆਪਣੇ ਧਰਮ ਬਾਰੇ ਲੋਕਾਂ ਨੂੰ ਨੌਲੇਜ ਦੇਣਾ ਚਾਹੁੰਦੇ ਹੋ, ਉਹ ਵੀਡੀਓ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਕਿ ਬਈ ਆਹ ਯੂਟਿਊਬ 'ਤੇ ਵੀਡੀਓ ਇਹ 'ਤੇ ਰਿਐਕਟ ਕਰੋ, ਠੀਕ ਹੈ, ਆਪਾਂ ਜ਼ਰੂਰ ਕਰਾਂਗੇ ਅਤੇ ਸਬਸਕ੍ਰਾਈਬ ਕਰ ਲਿਓ ਚੈਨਲ, ਠੀਕ ਹੈ, ਸਟਾਰਟ, ਕਿਉਂਕਿ ਚੈਨਲ ਆਪਾਂ ਜਮ੍ਹਾਂ ਜੀਰੋ ਤੋਂ ਸ਼ੁਰੂ ਕਰ ਰਹੇ ਹਾਂ। ਆਇਓ 5 ਜੂਨ 1984 ਵਾਲੇ ਦਿਨ ਭਾਰਤੀ ਇੱਕ ਮਿੰਟ ਇੰਨੀ ਕੁਲਦੀਪ ਬਰਾੜ ਨੇ ਕਿਹੜੇ ਝੂਠ ਬੋਲੇ? 5 ਜੂਨ ਨੂੰ ਫੌਜ ਦੇ ਕਮਾਂਡੋ ਸਰੋਵਰ ਦੇ ਵਿੱਚੋਂ ਦਰਬਾਰ ਸਾਹਿਬ ਵੱਲ ਕਿਉਂ ਪਹੁੰਚਣਾ ਚਾਹੁੰਦੇ ਸੀ? ਕੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਸਿੰਘਾਂ ਦੇ ਮੋਰਚੇ ਸੀ? ਅੱਜ ਵਾਲੀ ਵੀਡੀਓ ਵਿੱਚ 5 ਜੂਨ ਦੇ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਸਮਝ ਵਿੱਚ ਆ ਜਾਏ। ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ 4 ਜੂਨ 1984 ਵਾਲੇ ਦਿਨ ਫੌਜ ਨੇ ਅਕਾਲ ਤਖਤ ਸਾਹਿਬ ਉੱਪਰ ਛੋਟੇ ਗੋਲੇ ਮਾਰ ਕੇ ਖੁੱਲ੍ਹੀ ਪਾਵਰਫੁੱਲ ਫਾਇਰਿੰਗ ਕਰਕੇ ਇਸ ਜੰਗ ਦੀ ਸ਼ੁਰੂਆਤ ਕਰ ਦਿੱਤੀ ਸੀ। ਪਿਛਲੀਆਂ ਵੀਡੀਓ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ 1 ਜੂਨ ਤੋਂ ਹੀ ਫੌਜ ਨੇ ਟੈਕਟੀਕਲ ਹੈੱਡਕੁਆਰਟਰ ਬਣਾਇਆ ਹੋਇਆ ਸੀ। ਇਸ ਹੈੱਡਕੁਆਰਟਰ ਤੋਂ ਜਨਰਲ ਬਰਾੜ ਪੂਰੇ ਓਪਰੇਸ਼ਨ ਨੂੰ ਮੈਨੇਜ ਕਰ ਰਿਹਾ ਸੀ। ਸੋ ਬਰਾੜ ਦੇ ਹੁਕਮ ਅਨੁਸਾਰ 4 ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ। ਬਰਾੜ ਵੈਸੇ ਨਾ ਥੋੜ੍ਹਾ ਜਿਹਾ ਕੰਮ ਗਲਤ ਕਰ ਗਿਆ ਯਾਰ ਉੱਥੇ, ਠੀਕ ਹੈ, ਮਤਲਬ ਮੈਂ ਤਾਂ ਹੈਰਾਨ ਹਾਂ ਯਾਰ ਕਿ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿ ਅਸੀਂ ਕੀ ਕਰੀ ਜਾਂਦੇ ਹਾਂ ਗੁਰਦੁਆਰਿਆਂ 'ਚ ਵੀ, ਕਦੀ ਇਹਨਾਂ ਰਿਲੀਜੀਅਸ ਥਾਵਾਂ 'ਤੇ ਵੀ ਯਾਰ ਕਦੀ ਇੱਦਾਂ ਦਾ ਸਭ ਕੁਛ ਹੋਇਆ ਤਾਂ ਜੋ ਸਿੰਘ ਘਬਰਾ ਜਾਣ। ਪਰ ਸਿੰਘਾਂ ਉੱਤੇ ਇਹਦਾ ਕੋਈ ਅਸਰ ਨਹੀਂ ਹੋਇਆ। ਬਰਾੜ ਨੂੰ ਉਮੀਦ ਸੀ ਕਿ ਸਾਡੀ ਫਾਇਰਿੰਗ ਦੇ ਜਵਾਬ ਵਿੱਚ ਹੋਣ ਵਾਲੀ ਜਵਾਬੀ ਫਾਇਰਿੰਗ ਵਿੱਚ ਸਿੰਘਾਂ ਵੈਸੇ ਆ ਜਿਹੜੀ ਵੀਡੀਓ ਹੈ ਨਾ ਆਹ ਵਾਲੀ ਜਿਹੜੀ ਵੀਡੀਓ ਨੂੰ ਉਮੀਦ ਸੀ ਕਿ ਸਾਡੀ ਇਹਦੇ 'ਤੇ ਨਾ ਇੱਦਾਂ ਲੱਗ ਰਿਹਾ ਫੀਲ ਪਰਟੀਕੁਲਰਲੀ ਕਿ ਜਿਵੇਂ ਉਸ ਬੰਦੇ ਨੂੰ ਸਪੈਸ਼ਲੀ ਖੜਾਇਆ ਜਾ ਰਿਹਾ ਕਿ ਦੇਖ ਸਿੱਖਾਂ ਨੇ ਹੀ ਆਪਣੇ ਹੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਇਹ ਇਹ ਇੱਦਾਂ ਦੀ ਪਿਕਚਰ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਆਹ ਦੇਖੋ ਫਾਇਰਿੰਗ ਦੇ ਜਵਾਬ ਵਿੱਚ ਹੋਣ ਵਾਲੀ ਅਤੇ ਵੈਸੇ ਸਹੀ ਗੱਲ ਆ ਬੇਸ਼ਰਮ ਕਈ ਹੈਗੇ ਸੀ ਜਿਹੜੇ ਕਰ ਗਏ ਹਮਲਾ ਜਵਾਬੀ ਫਾਇਰਿੰਗ ਵਿੱਚ ਸਿੰਘਾਂ ਦੇ ਮੋਰਚਿਆਂ ਦਾ ਪਤਾ ਲੱਗ ਜਾਊ। ਪਰ ਅਜਿਹਾ ਕੁਝ ਨਹੀਂ ਹੋਇਆ। ਬਰਾੜ ਨੂੰ ਪਤਾ ਸੀ ਕਿ ਇਹਨਾਂ ਮੋਰਚਿਆਂ ਨੂੰ ਬਣਾਉਣ ਵਾਲਾ ਜਨਰਲ ਸੁਬੇਕ ਸਿੰਘ, ਜਿਸ ਦੀ ਸਿਆਣਪ ਅਤੇ ਯੁੱਧ ਨੀਤੀ ਤੋਂ ਬਰਾੜ ਨੂੰ ਵੀ ਡਰ ਲੱਗਦਾ ਸੀ। ਸੋ 4 ਜੂਨ ਦੀ ਸਾਰੀ ਰਾਤ ਫਾਇਰਿੰਗ ਹੁੰਦੀ ਰਹੀ। ਇਸ ਫਾਇਰਿੰਗ ਦਾ ਮੇਨ ਟਾਰਗੇਟ ਸੀ ਉੱਚੇ ਅਤੇ ਸਾਹਮਣੇ ਵਾਲੇ ਮੋਰਚੇ ਜਿਨ੍ਹਾਂ ਨੂੰ ਫੌਜ ਦੇਖ ਸਕਦੀ ਸੀ, ਜਿਵੇਂ ਪੁੰਗਿਆਂ ਵਾਲੇ ਮੋਰਚੇ, ਟੈਂਕੀ ਵਾਲਾ ਮੋਰਚਾ, ਬ੍ਰਹਮ ਅਖਾੜਾ ਵਾਲਾ ਮੋਰਚਾ। ਸੋ ਜਨਰਲ ਸੁਬੇਕ ਸਿੰਘ ਵੱਲੋਂ ਸਿੰਘਾਂ ਨੂੰ ਹਦਾਇਤ ਸੀ ਕਿ ਅੰਦਰਲੇ ਮੋਰਚਿਆਂ ਤੋਂ ਸਿਰਫ ਲੋੜ ਪੈਣ 'ਤੇ ਹੀ ਫਾਇਰਿੰਗ ਕੀਤੀ ਜਾਵੇ। ਸੋ 4 ਜੂਨ ਦੀ ਰਾਤ ਕੇਵਲ ਉੱਪਰਲੇ ਅਤੇ ਛੱਤਾਂ ਵਾਲੇ ਮੋਰਚਿਆਂ ਤੋਂ ਹੀ ਫਾਇਰਿੰਗ ਕੀਤੀ ਗਈ। ਜੋ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰਲੇ ਲੁਕਵੇਂ ਮੋਰਚੇ ਸੀ ਉੱਥੋਂ ਕਿਸੇ ਤਰ੍ਹਾਂ ਦੀ ਕੋਈ ਵੀ ਫਾਇਰਿੰਗ ਨਹੀਂ ਕੀਤੀ, ਕਿਉਂਕਿ ਫੌਜ ਅਜੇ ਤੱਕ ਬਾਹਰਲੇ ਮੋਰਚਿਆਂ ਦਾ ਹੀ ਮੁਕਾਬਲਾ ਕਰ ਰਹੀ ਸੀ ਜੋ ਕਿ ਦਿਸ ਰਹੀ ਸੀ। ਕਿਉਂਕਿ ਫੌਜ ਨੂੰ ਪਤਾ ਸੀ ਕਿ ਜਦੋਂ ਤੱਕ ਇਹਨਾਂ ਮੋਰਚਿਆਂ ਨੂੰ ਨਹੀਂ ਉਡਾਇਆ ਜਾ ਸਕਦਾ ਉਨਾ ਚਿਰ ਅਸੀਂ ਅੱਗੇ ਨਹੀਂ ਵੱਧ ਸਕਦੇ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਐਂਟਰ ਨਹੀਂ ਹੋ ਸਕਦੇ। ਇਸ ਫਾਇਰਿੰਗ ਦੇ ਦੌਰਾਨ ਸਿੰਘਾਂ ਦੇ ਕਈ ਮੋਰਚੇ ਖਤਮ ਹੋ ਗਏ ਸੀ। ਜਦੋਂ ਕੋਈ ਮੋਰਚਾ ਨੁਕਸਾਨਿਆ ਜਾਂਦਾ ਸੀ ਤਾਂ ਬਚੇ ਹੋਏ ਸਿੰਘ ਆਪਣੀ ਯੁੱਧ ਨੀਤੀ ਅਨੁਸਾਰ ਅਗਲੇ ਮੋਰਚਿਆਂ 'ਤੇ ਜਾ ਕੇ ਡਟ ਜਾਂਦੇ ਸੀ। ਸੋ 5 ਜੂਨ ਦੇ ਲਗਭਗ ਸਾਰੇ ਦਿਨ ਵੀ ਇਹ ਦਿਸ ਰਹੇ ਮੋਰਚਿਆਂ ਉੱਪਰ ਫਾਇਰਿੰਗ ਹੁੰਦੀ ਰਹੀ। ਪਰ ਸਿੰਘਾਂ ਨੇ ਜੋ ਅੰਦਰਲੇ ਗੁਪਤ ਮੋਰਚੇ ਸੀ ਉਹਨਾਂ ਦੀ ਮਜ਼ਬੂਤੀ ਕਰਨੀ ਵੀ ਸ਼ੁਰੂ ਕਰ ਦਿੱਤੀ।
ਉਸ ਦਿਨ ਸੰਤ ਜਰਨੈਲ ਸਿੰਘ ਜੀ, ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਵਰਗੇ ਮੁਖੀ ਸਿੰਘਾਂ ਦੀ ਜੂਝ ਰਹੇ ਸਿੰਘਾਂ ਨੂੰ ਹਦਾਇਤ ਸੀ ਕਿ ਕੋਈ ਵੀ ਬਿਨਾਂ ਮਤਲਬ ਇੱਧਰ ਉੱਧਰ ਨਹੀਂ ਘੁੰਮੇਗਾ ਅਤੇ ਫਾਇਰਿੰਗ ਕੇਵਲ ਦੁਸ਼ਮਣ ਦਿਸਣ 'ਤੇ ਹੀ ਕੀਤੀ ਜਾਏਗੀ ਅਤੇ ਗੋਲੀਆਂ ਨੂੰ ਵੇਸਟ ਨਾ ਕੀਤਾ ਜਾਏ। ਮੋਰਚਿਆਂ ਵਿੱਚ ਪਾਣੀ, ਭੁੱਜੇ ਛੋਲੇ ਅਤੇ ਗੁੜ ਦਾ ਪ੍ਰਬੰਧ ਕੀਤਾ ਜਾਏ। ਜਿਨ੍ਹਾਂ ਸਿੰਘਾਂ ਦੇ ਕੋਲ ਦੋ ਦੋ ਹਥਿਆਰ ਨੇ ਉਹ ਇੱਕ ਹਥਿਆਰ ਉਹਨਾਂ ਸਿੰਘਾਂ ਨੂੰ ਦੇਣ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ ਅਤੇ ਜੋ ਦਿਸ ਰਹੇ ਮੋਰਚੇ ਨੇ ਜਿਨ੍ਹਾਂ ਦਾ ਫੌਜ ਵੱਲੋਂ ਨੁਕਸਾਨ ਕੀਤਾ ਜਾ ਚੁੱਕਾ ਉਹ ਮੋਰਚਿਆਂ ਦੇ ਬਚੇ ਹੋਏ ਸਿੰਘ ਸੈਕਿੰਡ ਡਿਫੈਂਸ ਮਤਲਬ ਅੰਦਰਲੇ ਮੋਰਚਿਆਂ ਉੱਪਰ ਆ ਕੇ ਡਟ ਜਾਣ। ਸੋ ਇਸ ਤਰ੍ਹਾਂ ਅੰਦਰਲੇ ਜਰਨੈਲ ਆਪਣੇ ਸਿੰਘਾਂ ਨੂੰ ਹਦਾਇਤਾਂ ਦੇ ਰਹੇ ਸੀ ਅਤੇ ਬਾਹਰਲੀ ਫੌਜ ਨੂੰ ਉਹਨਾਂ ਦੇ ਜਰਨੈਲ। ਤਕਰੀਬਨ 5 ਜੂਨ ਦੀ ਦੁਪਹਿਰ ਲੰਘ ਚੁੱਕੀ ਸੀ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਮੌਜੂਦ ਪਾਣੀ ਵਾਲੀ ਟੈਂਕੀ ਉੱਪਰ ਧੱਕਾ ਨਾ ਮਾਰਨ ਵਾਲੀ 106 mm ਗਨ ਅਤੇ 3.7 inch ਹੋਵਿਟਜ਼ਰ ਗਨ ਦੇ ਜੋ ਗੋਲੇ ਸੀ ਉਹ ਦਾਗੇ ਗਏ। ਉਹਨਾਂ ਗੋਲਿਆਂ ਦੇ ਨਾਲ ਉਹਨਾਂ ਉੱਚੀਆਂ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋਇਆ। ਸੋ 5 ਜੂਨ ਸ਼ਾਮ ਤੱਕ ਦਿਸ ਰਹੇ ਮੋਰਚੇ ਲਗਭਗ ਤਬਾਹ ਕਰ ਦਿੱਤੇ ਗਏ ਜਿਨ੍ਹਾਂ ਵਿੱਚ ਹੋਟਲ ਟੈਂਪਲ ਵਿਊ, ਬ੍ਰਹਮ ਬੂਟਾ ਅਖਾੜਾ ਅਤੇ ਕੁਝ ਹੋਰ ਵੀ ਮੋਰਚੇ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹਨਾਂ ਮੋਰਚਿਆਂ ਵਿੱਚੋਂ ਕੁਝ ਮੋਰਚਿਆਂ ਦੀ ਅਗਵਾਈ ਬੀਬੀਆਂ ਵੱਲੋਂ ਵੀ ਕੀਤੀ ਜਾ ਰਹੀ ਸੀ ਜਿਨ੍ਹਾਂ ਦੇ ਸਬੂਤ ਕੁਝ ਲਿਖਤਾਂ ਅਤੇ ਕਈ ਬਿਆਨਾਂ ਤੋਂ ਵੀ ਮਿਲਦਾ। ਸੋ ਹੁਣ ਤੱਕ ਇਹਨਾਂ ਮੋਰਚਿਆਂ ਨੂੰ ਫੌਜ ਨੇ ਆਸਾਨੀ ਨਾਲ ਤਬਾਹ ਕਰ ਦਿੱਤਾ ਸੀ ਪਰ ਇਹ ਮੋਰਚੇ ਤਾਂ ਜਨਰਲ ਸੁਬੇਗ ਸਿੰਘ ਦੀ ਰਣਨੀਤੀ ਦਾ ਹੀ ਹਿੱਸਾ ਸੀ ਜਿਸ ਨਾਲ ਫੌਜ ਦੇ ਮੁਖੀਆਂ ਨੂੰ ਭਰਮ ਹੋ ਗਿਆ ਸੀ ਕਿ ਜਿਵੇਂ ਅਸੀਂ ਆਸਾਨੀ ਨਾਲ ਇਹ ਮੋਰਚੇ ਜਿੱਤ ਲਏ ਆ ਇੰਨੀ ਜਲਦੀ ਨਾਲ ਹੀ ਅਸੀਂ ਅੰਦਰਲੇ ਮੋਰਚੇ ਵੀ ਜਿੱਤ ਲਵਾਂਗੇ। ਪਰ ਜੋ ਬਾਅਦ ਵਿੱਚ ਜੋ ਅੰਦਰ ਹਾਲਾਤ ਬਣੇ ਜਿਨ੍ਹਾਂ ਦਾ ਜ਼ਿਕਰ ਕੁਲਦੀਪ ਰਾੜ ਖੁਦ ਵੀ ਆਪਣੀ ਕਿਤਾਬ 'ਚ ਕਰਦਾ ਉਹ ਫੌਜ ਲਈ ਬੜਾ ਡਰਾਉਣਾ ਸੀ। ਅਜਿਹਾ ਸਮਾਂ ਵੀ ਆ ਗਿਆ ਸੀ ਕਿ ਫੌਜ ਅੰਦਰ ਜਾਣ ਤੋਂ ਡਰ ਰਹੀ ਸੀ ਅਤੇ ਬਰਾੜ ਉਹਨਾਂ ਨੂੰ ਗਾਲਾਂ ਕੱਢ ਕੇ ਧੱਕੇ ਨਾਲ ਅੰਦਰ ਭੇਜ ਰਿਹਾ ਸੀ। ਇਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਜਦੋਂ ਅੰਦਰਲੇ ਮੋਰਚਿਆਂ ਹੱਦ ਹੋ ਗਈ ਡਰਾਤੀਆਂ ਐਡੀ ਫੌਜ ਦੇ ਬਾਰੇ ਗੱਲ ਕਰਾਂਗੇ। ਸੋ 5 ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ ਪਰ ਫੌਜ ਆਪਣੀ ਪਲੈਨਿੰਗ ਵਿੱਚ ਕਾਮਯਾਬ ਨਹੀਂ ਹੋ ਪਾਈ। ਪਲੈਨਿੰਗ ਫੌਜ ਦੀ ਇਹ ਸੀ ਕਿ ਅੰਦਰਲੇ ਮੋਰਚਿਆਂ ਦੀ ਸ਼ਨਾਖਤ ਹੋ ਸਕੇ ਕਿ ਕਿਹੜੇ ਮੋਰਚੇ ਕਿੱਥੇ ਆ, ਪਰ ਨਾ ਤਾਂ ਪੂਰੀ ਤਰ੍ਹਾਂ ਹਥਿਆਰਾਂ ਦੀ ਸ਼ਨਾਖਤ ਹੋ ਪਾਈ ਅਤੇ ਨਾ ਹੀ ਮੋਰਚਿਆਂ ਦੀ। ਸੋ ਬਾਹਰਲੇ ਦਿਸਦੇ ਮੋਰਚਿਆਂ ਨੂੰ ਤਬਾਹ ਕਰਨ ਤੋਂ ਬਾਅਦ ਫੌਜ ਆਪਣੀ ਪਲੈਨਿੰਗ ਕਰਦੀ ਆ। ਇਹ ਪਲੈਨਿੰਗ ਵਿੱਚ ਮੁੱਢਲੀ ਕਾਰਵਾਈ ਇਹ ਸੀ ਕਿ BSF ਨੇ 5 ਜੂਨ ਦੀ ਰਾਤ ਨੂੰ 9 ਵਜੇ ਤੱਕ ਹੋਟਲ ਟੈਂਪਲ ਵਿਊ ਨੂੰ ਆਪਣੇ ਕਬਜ਼ੇ 'ਚ ਲੈਣਾ ਅਤੇ ਦੂਸਰਾ ਸੀ CRPF ਨੇ 5 ਜੂਨ ਨੂੰ ਰਾਤ ਦੇ 10 ਵਜੇ ਤੱਕ ਬ੍ਰਹਮ ਅਖਾੜਾ ਨੂੰ ਕਬਜ਼ੇ 'ਚ ਲੈ ਲੈਣਾ। ਉਹਨਾਂ ਦਾ ਅਗਲਾ ਪਲੈਨ ਸੀ ਕਿ 10 ਗਾਰਡਸ ਨੇ 6 ਜੂਨ ਰਾਤ 1 ਵਜੇ ਤੱਕ ਹਰਿਮੰਦਰ ਸਾਹਿਬ ਸਮੂਹ ਦੀ ਉੱਤਰੀ ਬਾਹੀ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਸੀ। ਉੱਤਰੀ ਬਾਹੀ ਉਹ ਆ ਜਿੱਧਰ ਘੰਟਾ ਘਰ ਮੇਨ ਗੇਟ ਦੀ ਐਂਟਰੈਂਸ ਆ। ਇਸੇ ਤਰ੍ਹਾਂ ਜੋ ਪੈਰਾ ਕਮਾਂਡੋ ਸੀ ਰਾਤ 1 ਵਜੇ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵਿੱਚ ਉਹਨਾਂ ਨੇ ਪਹੁੰਚਣਾ ਸੀ। ਇੱਥੇ SFF ਨੇ ਕਨੈਸਟਰ ਗੈਸ ਦੇ ਗੋਲੇ ਅਕਾਲ ਤਖ਼ਤ ਸਾਹਿਬ ਦੇ ਅੰਦਰ ਸੁੱਟਣੇ ਸੀ ਕਿਉਂਕਿ ਪਹਿਲਾਂ ਸਰਕਾਰ ਦਾ ਇਹ ਹੁਕਮ ਸੀ ਕਿ ਹੋ ਸਕੇ ਤਾਂ ਮੋਹਰੀ ਸਿੰਘਾਂ ਨੂੰ ਜਿਉਂਦਿਆਂ ਫੜਿਆ ਜਾਵੇ ਤਾਂ ਜੋ ਸਿੰਘਾਂ ਨੂੰ ਨੀਵਾਂ ਦਿਖਾਇਆ ਜਾ ਸਕੇ। ਇਸੇ ਤਰ੍ਹਾਂ ਫੌਜ ਨੇ ਉਸ ਸਮੇਂ ਡਾਈਵਰਸ ਵੀ ਬੁਲਾਏ ਸੀ ਜਿਨ੍ਹਾਂ ਨੇ ਸਰੋਵਰ ਵਿੱਚ ਦੀ ਤੈਰ ਕੇ ਹਰਿਮੰਦਰ ਸਾਹਿਬ ਤੱਕ ਪਹੁੰਚ ਕੇ ਫਿਰ ਦਰਸ਼ਨੀ ਡਿਊੜੀ ਤੱਕ ਪਹੁੰਚਣਾ ਸੀ। ਇਹ ਡਾਈਵਰਸ ਵੀ ਕਮਾਂਡੋ ਫੋਰਸ ਹੀ ਸੀ। ਇਹਨਾਂ ਬਾਰੇ ਕੁਲਦੀਪ ਰਾੜ ਨੇ ਇੱਕ ਝੂਠ ਵੀ ਬੋਲਿਆ ਸੀ ਕਿ ਅਸੀਂ ਡਾਈਵਰਸ ਹਰਿਮੰਦਰ ਸਾਹਿਬ ਬਿਲਡਿੰਗ ਵੱਲ ਇਸ ਲਈ ਭੇਜ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਿੰਘਾਂ ਦੇ ਮੋਰਚੇ ਆ। ਪਰ ਇਹ ਨਹੀਂ, ਇੱਦਾਂ ਦਾ ਕੁਛ ਨਹੀਂ ਸੀ। ਹਰਿਮੰਦਰ ਸਾਹਿਬ ਯਾਨੀ ਕਿ ਜਿਹੜਾ ਦਰਬਾਰ ਸਾਹਿਬ ਮੇਨ ਸੈਂਟਰ ਏਰੀਆ ਹੈ ਨਾ, ਗੋਲਡਨ ਟੈਂਪਲ ਜਿਹਨੂੰ ਕਹਿੰਦੇ ਆ, ਉੱਥੇ ਕੋਈ ਮੋਰਚਾ ਨਹੀਂ ਸੀਗਾ। ਉਹ ਸਾਡੇ ਧਰਮ ਦੀ ਜਗ੍ਹਾ ਆ, ਉੱਥੇ ਅਸੀਂ ਹਮਲਾ ਨਹੀਂ ਕਰਦੇ। ਅਕਾਲ ਤਖ਼ਤ ਸਾਹਿਬ ਸਾਡਾ ਪਾਰਲੀਮੈਂਟ ਆ ਅਤੇ ਉੱਥੋਂ ਅਸੀਂ ਹਮਲਾ ਕਰ ਸਕਦੇ ਹਾਂ। ਇਹ ਸਿੱਖਾਂ ਦੀ ਰਣਨੀਤੀ ਆ, ਇਹ ਸਿੱਖਇਜ਼ਮ ਵਿੱਚ ਇਹ ਚੀਜ਼ ਆ, ਠੀਕ ਆ। ਇਹ ਬਿਲਕੁਲ ਝੂਠ ਹੈ। ਇਸ ਬਾਰੇ ਉਸ ਸਮੇਂ ਦੇ ਹੈੱਡ ਗ੍ਰੰਥ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ। ਜਦੋਂ ਤੁਸੀਂ ਗੁਰਦਰਬਾਰ ਸਾਹਿਬ ਜਾਂਦੇ ਹੋ ਤਾਂ ਤੁਸੀਂ ਇੱਕ ਗੱਲ ਦੇਖਿਓ, ਅਕਾਲ ਤਖ਼ਤ ਸਾਹਿਬ ਦਾ ਮੂੰਹ ਹਲਕਾ ਜਿਹਾ ਟੇਢਾ ਹੈ, ਠੀਕ ਹੈ। ਦਰਬਾਰ ਸਾਹਿਬ ਤੋਂ ਤੁਹਾਨੂੰ ਅਕਾਲ ਤਖ਼ਤ ਸਾਹਿਬ ਨਹੀਂ ਦਿਖਣਗੇ, ਠੀਕ ਹੈ। ਪਰ
ਅਕਾਲ ਤਖਤ ਸਾਹਿਬ 'ਤੇ ਬੈਠੇ ਬੈਠੇ ਤੁਹਾਨੂੰ ਦਰਬਾਰ ਸਾਹਿਬ ਦਾ ਮੂੰਹ ਜ਼ਰੂਰ ਦਿਖੇਗਾ। ਇਹਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਗੁਰੂ ਕੋਲ ਬੈਠੇ ਹੋ ਤਾਂ ਉਦੋਂ ਤੁਸੀਂ ਰਾਜਨੀਤੀ ਨਹੀਂ ਕਰਨੀ, ਪਰ ਜਦੋਂ ਤੁਸੀਂ ਰਾਜਨੀਤੀ ਕਰ ਰਹੇ ਹੋ ਅਕਾਲ ਤਖਤ ਸਾਹਿਬ 'ਤੇ ਬੈਠੇ, ਉਦੋਂ ਤੁਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਰਾਜਨੀਤੀ ਕਰਨੀ ਆ, ਸੱਚ ਦੀ ਰਾਜਨੀਤੀ ਕਰਨੀ ਆ। ਪੰਥੀ ਅਤੇ ਹੋਰ ਵੀ ਸਿੰਘਾਂ ਦੀਆਂ ਇੰਟਰਵਿਊ ਵਿੱਚ ਤੁਸੀਂ ਸੁਣ ਸਕਦੇ ਹੋ। ਕੁਲਦੀਪ ਬਰਾੜ ਨੇ ਤਾਂ ਇੱਕ ਇੰਟਰਵਿਊ ਵਿੱਚ ਇੱਥੋਂ ਤੱਕ ਵੀ ਕਿਹਾ ਸੀ ਕਿ ਖਾੜਕੂ ਸਿੰਘਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਬਰੂਦ ਭਰ ਦਿੱਤਾ ਸੀ ਅਤੇ ਉਹ ਇਸ ਨੂੰ ਉਡਾਉਣਾ ਚਾਹੁੰਦੇ ਸੀ ਤਾਂ ਜੋ ਇਸ ਦਾ ਇਲਜ਼ਾਮ ਫੌਜ 'ਤੇ ਲਗਾਇਆ ਜਾ ਸਕੇ, ਪਰ ਇਹ ਵੀ ਬਿਲਕੁਲ ਝੂਠ ਸੀ। ਸੋ ਹੁਣ ਆਪਾਂ ਪਲੈਨਿੰਗ ਬਾਰੇ ਅੱਗੇ ਗੱਲ ਕਰਦੇ ਹਾਂ। 26 ਮਦਰਾਸ ਫੌਜ ਨੇ ਰਾਤ 1 ਵਜੇ ਤੱਕ ਹਰਿਮੰਦਰ ਸਾਹਿਬ ਸਮੂਹ ਦੀ ਦੱਖਣੀ ਅਤੇ ਪੂਰਬੀ ਬਾਹੀਆਂ ਬਾਬਾ ਦੀਪ ਸਿੰਘ ਜੀ ਹੋਰਾਂ ਦਾ ਜਿੱਧਰ ਸ਼ਹੀਦ ਗੰਜ ਆ ਉਹ ਇਲਾਕਾ ਅਤੇ ਜੋ ਲੰਗਰਹਾਲ ਵਾਲੇ ਪਾਸੇ ਦੀ ਬਾਹੀ ਹੈ ਇਹ ਸਾਰੇ ਇਲਾਕੇ ਉੱਪਰ ਕਬਜ਼ਾ ਕਰਨਾ ਸੀ ਅਤੇ 9 ਕਮਾਊ ਰੈਜੀਮੈਂਟ ਨੇ ਰਾਤ 1 ਵਜੇ ਤੱਕ ਜੋ ਰਾਮਦਾਸਰਾਂ ਅਤੇ SGPC ਦਾ ਦਫ਼ਤਰ ਹੈ ਉਸ ਇਲਾਕੇ ਨੂੰ ਕਬਜ਼ੇ ਵਿੱਚ ਲੈਣਾ ਸੀ। ਇਹ ਸਾਰੇ ਪਾਸਿਆਂ ਤੋਂ ਫੌਜ ਨੇ ਇੱਕੋ ਸਮੇਂ ਹੀ ਹਮਲਾ ਕਰਨਾ ਸੀ ਤਾਂ ਜੋ ਸਿੰਘਾਂ ਕੋਲੋਂ ਕਿਸੇ ਵੀ ਪਾਸੇ ਸਾਹਮਣਾ ਨਾ ਕੀਤਾ ਜਾ ਸਕੇ। ਸੋ ਉਸ ਸਮੇਂ ਬਾਅਦ 6 ਜੂਨ ਨੂੰ ਸਵੇਰੇ 4 ਵਜੇ ਤੱਕ ਇਹ ਸਾਰੀ ਫੌਜੀ ਕਾਰਵਾਈ ਨੂੰ ਕੰਪਲੀਟ ਕਰਨਾ ਸੀ। ਇਸ ਸਮੇਂ ਤੱਕ ਤਲਾਸ਼ੀਆਂ ਅਤੇ ਸਰਚ ਓਪਰੇਸ਼ਨ ਕਰਨਾ ਸੀ। ਇਸ ਤੋਂ ਇਲਾਵਾ 9 ਕਮਾਊ ਰੈਜੀਮੈਂਟ ਨੇ 8 ਵਜੇ ਤੱਕ ਸਵੇਰੇ ਸਾਰੇ ਹਿੱਸਿਆਂ ਨੂੰ ਕਬਜ਼ੇ ਵਿੱਚ ਲੈ ਲੈਣਾ ਸੀ ਅਤੇ SFF ਨੇ ਕੈਦੀ ਅਤੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਕਬਜ਼ੇ 'ਚ ਲੈਣਾ ਸੀ ਅਤੇ 12 ਬਿਹਾਰ ਰੈਜੀਮੈਂਟ ਨੇ ਸਾਰੇ ਦਰਬਾਰ ਸਾਹਿਬ ਦੁਆਲੇ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰਕੇ ਰੱਖਣਾ ਸੀ। ਸੋ ਜੇਕਰ ਆਪਾਂ ਇਸ ਯੁੱਧ ਵਿੱਚ ਦੋਨੇ ਤਰ੍ਹਾਂ ਦੀ ਤੁਲਨਾ ਕਰਦੇ ਹਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ। ਇੱਕ ਪਾਸੇ ਗਿਣਤੀ ਦੇ ਸਿੰਘਾਂ ਕੋਲ ਵੱਡੇ ਤੋਂ ਵੱਡਾ ਹਥਿਆਰ ਸੀ ਉਹ ਵੀ ਮਸ਼ੀਨ ਗਨ ਅਤੇ ਦੂਸਰੇ ਪਾਸੇ ਫੌਜ ਕੋਲ ਦੁਨੀਆ ਭਰ ਦੇ ਹਰ ਪ੍ਰਕਾਰ ਦੇ ਹਥਿਆਰ। ਇਹ ਸਾਰੇ ਹਥਿਆਰਾਂ ਨੂੰ ਫੌਜ ਨੇ ਕਦੋਂ ਕਿਵੇਂ ਵਰਤਿਆ ਇਸ ਬਾਰੇ ਆਪਾਂ 6 ਜੂਨ ਵਾਲੀ ਵੀਡੀਓ 'ਚ ਗੱਲ ਕਰਨੀ ਆ, ਉਦੋਂ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ। ਸੋ ਫੌਜ ਦੀ ਪਲੈਨਿੰਗ ਵਿੱਚ ਬਖਤਰਬੰਦ ਗੱਡੀਆਂ ਨਾਲ ਫੌਜ ਦੇ ਅੰਦਰ ਜਾਣਾ ਸੀ। ਫੌਜ ਨੇ ਉਸ ਸਮੇਂ ਕਨੈਸਟਰ ਗੈਸ ਦੇ ਗੋਲੇ ਵੀ ਮੰਗਵਾ ਲਏ ਸੀ। ਇਸ ਦੀ ਟ੍ਰੇਨਿੰਗ ਵੀ ਫੌਜ ਨੂੰ ਜਲਦੀ ਵਿੱਚ ਉੱਥੇ ਹੀ ਦਿੱਤੀ ਗਈ ਸੀ ਕਿਉਂਕਿ ਇਸ ਗੈਸ ਦੀ ਵਰਤੋਂ ਫੌਜ ਵੱਲੋਂ ਬਹੁਤ ਘੱਟ ਕਾਰਵਾਈ ਵਿੱਚ ਕੀਤੀ ਜਾਂਦੀ ਸੀ ਜੋ ਕਿ ਕਿਸੇ ਦੂਸਰੇ ਦੁਸ਼ਮਣ ਦੇਸ਼ ਦੇ ਖਿਲਾਫ ਵਰਤੀ ਜਾਂਦੀ ਸੀ। ਕਈ ਮੁਲਕਾਂ ਨੇ ਤਾਂ ਅਸੀਂ ਇਹਨਾਂ ਲਈ ਦੁਸ਼ਮਣ ਦੇਸ਼ ਹੀ ਸੀਗੇ ਉਸ ਟਾਈਮ 'ਤੇ, ਇਸ ਅੱਜ ਵੀ ਲੱਗਦਾ ਮੈਂ ਤਾਂ ਕਦੀ ਕਦੀ ਸਾਨੂੰ ਲੈਂਦੇ ਤਾਂ ਦੁਸ਼ਮਣਾਂ ਵਾਂਗੂ ਹੀ ਆ। ਅੱਜ ਵੀ ਗੈਸ ਦੇ ਗੋਲੇ ਤਾਂ ਫਾਰਮਰਾਂ 'ਤੇ ਕਿਸਾਨਾਂ 'ਤੇ ਦਾਗਦੇ ਆ ਬਈ, ਕਿਸਾਨਾਂ ਤੋਂ ਡਰ ਆ ਇਹਨਾਂ ਨੂੰ, ਹੱਦ ਹੋ ਗਈ ਯਾਰ। ਰੋਟੀ ਫਿਰ ਉਹੀ ਉਹੀ ਕਿਸਾਨ ਰੋਟੀ ਦੇ ਰਿਹਾ ਪਰ ਪਾਬੰਦੀ ਵੀ ਲਗਾਈ ਹੋਈ ਹੈ। ਸੋ 5 ਜੂਨ ਨੂੰ ਫੌਜ ਵੱਲੋਂ ਅਨਾਊਂਸਮੈਂਟ ਵੀ ਕੀਤੀਆਂ ਗਈਆਂ ਕਿ ਜੇਕਰ ਕੋਈ ਸ਼ਰਧਾਲੂ ਜਾਂ ਹੋਰ ਬਾਹਰ ਆਉਣਾ ਚਾਹੇ ਤਾਂ ਉਹ ਚਿੱਟਾ ਝੰਡਾ ਦਿਖਾ ਕੇ ਆ ਸਕਦਾ, ਪਰ ਇਸ ਸਮੇਂ ਕੇਵਲ ਕੁਝ ਬਜ਼ੁਰਗ ਹੀ ਬਾਹਰ ਆਏ। ਇਸ ਸਮੇਂ ਵੀ ਕੁਲਦੀਪ ਬਰਾੜ ਨੇ ਝੂਠ ਬੋਲਿਆ ਕਿ ਆਮ ਲੋਕ ਤਾਂ ਬਾਹਰ ਆਉਣਾ ਚਾਹੁੰਦੇ ਆ ਪਰ ਸਿੰਘਾਂ ਨੇ ਉਹਨਾਂ ਨੂੰ ਬੰਦੀ ਬਣਾਇਆ ਹੋਇਆ, ਪਰ ਇਹ ਸਭ ਵੀ ਬਿਲਕੁਲ ਝੂਠ ਸੀ। ਸੋ ਅੱਗੇ ਫੌਜ ਅਤੇ ਸਿੰਘਾਂ ਦੇ ਵਿਚਕਾਰ ਕਿਵੇਂ ਲੜਾਈ ਹੋਈ, ਕਦੋਂ ਕਿਵੇਂ ਅਤੇ ਕਿਹੜੇ ਹਥਿਆਰ ਵਰਤੇ ਗਏ ਇਹ ਸਾਰੀ ਜਾਣਕਾਰੀ ਅਸੀਂ ਕੱਲ੍ਹ 6 ਜੂਨ ਵਾਲੀ ਵੀਡੀਓ 'ਚ ਦੱਸਾਂਗੇ। ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਠੀਕ ਹੈ, ਸੋ ਹੁਣ ਮੇਰੇ ਹਿਸਾਬ ਨਾਲ ਤਾਂ ਵੀਰਾ ਜੋ ਵੀ ਦੱਸ ਰਿਹਾ ਸਭ ਸੱਚ ਦੱਸ ਰਿਹਾ, ਬਾਕੀ ਜਿਹੜੇ ਕੋਈ ਜਿਨ੍ਹਾਂ ਨੂੰ ਹੋਰ ਵੀ ਚੀਜ਼ਾਂ ਬਾਰੇ ਪਤਾ ਉਹ ਕਮੈਂਟ ਵਿੱਚ ਦੱਸ ਸਕਦੇ ਨੇ, ਆਪਾਂ ਜ਼ਰੂਰ ਉਹਨਾਂ ਚੀਜ਼ਾਂ ਨੂੰ ਪੜ੍ਹਾਂਗੇ। ਠੀਕ ਹੈ, ਅਤੇ ਜੇ ਕਿਸੇ ਨੇ ਬਾਹਲੀ ਕੋਈ ਅਸੀਂ ਚੀਜ਼ ਦੱਸੀ ਜਿਸ 'ਤੇ ਵੀਡੀਓ ਬਣਨੀ ਚਾਹੀਦੀ ਤਾਂ ਆਪਾਂ ਵੀਡੀਓ ਵੀ ਜ਼ਰੂਰ ਬਣਾਵਾਂਗੇ। ਠੀਕ ਆ, ਅਤੇ ਬਾਕੀ ਹੋਈ ਤਾਂ ਇਹ ਵੋਰ ਹੀ ਸੀਗੀ। ਠੀਕ ਹੈ, ਤੁਸੀਂ ਉਹਨੂੰ ਜੋ ਮਰਜ਼ੀ ਕਹਿ ਲਓ, ਠੀਕ ਆ, ਇਹ ਵੋਰ ਸੀਗੀ। ਠੀਕ ਆ, ਅਤੇ ਨਾਲੇ ਇਟ ਵਾਜ਼ ਨਾਟ ਅ ਰਾਈਟ, ਇਟ ਵਾਜ਼ ਅ ਜੈਨਾਸਾਈਡ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਦਰਬਾਰ ਸਾਹਿਬ ਤੋਂ ਦਰਬਾਰ ਸਾਹਿਬ ਦੇ ਅੰਦਰ ਤਾਂ ਚਲੋ ਵੋਰ ਚੱਲ ਰਹੀ ਸੀ ਇੱਕ, ਠੀਕ ਹੈ, ਸਿੱਖ ਵਰਸਿਸ ਦਾ ਸਟੇਟ ਇੰਡੀਆ ਕਹਿ ਸਕਦੇ ਹਾਂ। ਠੀਕ ਆ, ਅਤੇ ਦੂਜੇ ਪਾਸੇ ਬਾਹਰ ਦਰਬਾਰ ਸਾਹਿਬ ਤੋਂ ਇੱਕ ਜੈਨਾਸਾਈਡ ਚੱਲ ਰਿਹਾ ਸੀਗਾ ਜਿਹਦੇ 'ਚ ਬਹੁਤ ਬੇਕਸੂਰ ਮਾਰੇ ਗਏ। ਬੇਕਸੂਰਾਂ ਦਾ ਪ੍ਰੋਬਲਮ ਇਹ ਹੋਈ ਕਿ
ਜਦੋਂ ਬੇਕਸੂਰ ਮਰੇ ਤੇ ਉਦੋਂ ਇਹ ਨਹੀਂ ਵੇਖਿਆ ਗਿਆ ਉਹ ਧਰਮ ਕਿਹੜੇ ਦੇ ਆ, ਠੀਕ ਹੈ, ਬਸ ਜਿੱਥੇ ਸ਼ੱਕ ਹੋਇਆ ਚੱਕ ਕੇ ਮਾਰਤੇ, ਠੀਕ ਹੈ। ਹਿੰਦੂ ਵੀ ਬਹੁਤ ਮਰੇ ਆ, ਬਹੁਤ ਮੁਸਲਮਾਨ ਮਰੇ ਆ ਬਥੇ, ਸਿੱਖਾਂ ਦੇ ਤਾਂ ਚਲੋ ਸਿੱਖਾਂ ਨੂੰ ਤਾਂ ਮਰਨਾ ਹੀ ਸੀ ਨਾ, ਸਿੱਖਾਂ ਨੂੰ ਤਾਂ ਮਾਰਨ ਹੀ ਆਏ ਸੀਗੇ ਉਹ, ਠੀਕ ਆ। ਜਿਹੜੇ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ ਉਹ ਹਿੰਦੂ ਵੀ ਮਾਰੇ ਗਏ, ਜਿਹੜੇ ਮੁਸਲਮਾਨਾਂ ਨੇ ਸਿੱਖਾਂ ਨੂੰ ਬਚਾਇਆ ਉਹ ਮੁਸਲਮਾਨਾਂ ਨੂੰ ਵੀ ਮਾਰਤਾ, ਠੀਕ ਆ। ਇਹ ਮੈਨੂੰ ਇਕੱਲੀ ਸਮਝ ਆਉਂਦੀ ਕਿ ਜਿਹੜੀਆਂ ਸੋ ਕਾਲਡ ਫੋਰਸਿਸ ਆਪਣੇ ਆਲੇ ਦੁਆਲੇ ਖੜੀਆਂ ਕੀਤੀਆਂ ਨੇ, ਇਹ ਸਾਨੂੰ ਬਚਾਉਣ ਲਈ ਨਹੀਂ ਕਿ ਸਾਨੂੰ ਮਾਰਨ ਲਈ ਨਹੀਂ, ਇਹ ਨਹੀਂ ਸਮਝ ਆਉਂਦਾ। ਸਤਿ ਸ਼੍ਰੀ ਅਕਾਲ, ਸੋ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ, ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਬਈ ਚੈੱਕ ਕਰਦੇ ਹਾਂ ਆਪਾਂ 8 ਜੂਨ 1984 ਦਾ ਇਤਿਹਾਸ, ਅਤੇ ਅੱਜ ਦੇ ਦਿਨ ਕੀ ਹੋਇਆ ਸੀਗਾ ਬਾਈ, ਓਪਰੇਸ਼ਨ ਬਲੂ ਸਟਾਰ ਦਰਬਾਰ ਸਾਹਿਬ 'ਚ ਕੀ ਹੋਇਆ ਸੀਗਾ ਅੱਜ ਦੇ ਦਿਨ। ਅਤੇ ਬਾਈ ਦੇ ਚੈਨਲ 'ਤੇ ਯਾਰ ਸਾਰੀਆਂ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ, ਹੈ ਨਾ। ਅਤੇ ਸਿੱਖ ਪੇ ਨਾਂ 'ਤੇ ਬਾਈ ਚੈਨਲ ਹੈਗਾ ਬਾਈ ਦਾ, ਅਤੇ ਆਪਾਂ ਲਿੰਕ ਵੀ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ, ਜਾ ਕੇ ਤੁਸੀਂ ਸਾਰੀਆਂ ਵੀਡੀਓ ਚੈੱਕ ਕਰ ਸਕਦੇ ਹੋ। ਤੁਹਾਨੂੰ ਓਪਰੇਸ਼ਨ ਬਲੂ ਸਟਾਰ ਬਾਰੇ ਨਿੱਕੀ ਤੋਂ ਨਿੱਕੀ ਗੱਲ ਵੀ ਪਤਾ ਲੱਗ ਜੂਗੀ ਇਹ ਬਾਈ ਦੀਆਂ ਵੀਡੀਓਜ਼ ਦੇ ਵਿੱਚ, ਬਾਈ ਬਹੁਤ ਡਿਟੇਲ 'ਚ ਗੱਲ ਕਰਦਾ ਹੁੰਦਾ। ਸੋ ਕਰਦੇ ਹਾਂ ਚੈੱਕ ਬਾਈ ਵੀਡੀਓ ਕੀ ਹੁੰਦਾ ਕੀ ਨਹੀਂ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। 8 ਜੂਨ 1984 ਦਾ ਦਿਨ ਭਾਰਤੀ ਫੌਜ ਲਈ ਬਹੁਤ ਅਹਿਮ ਸੀ, ਕਿਉਂਕਿ ਉਸ ਦਿਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਓਪਰੇਸ਼ਨ ਬਲੂ ਸਟਾਰ ਵਿੱਚ ਹੋਈ ਕਾਰਵਾਈ ਦਾ ਜਾਇਜ਼ਾ ਲੈਣ ਲਈ ਆ ਰਹੇ ਸੀ। ਸੋ 8 ਜੂਨ ਨੂੰ ਰਾਸ਼ਟਰਪਤੀ ਨੂੰ ਕੀ ਕੁਝ ਦਿਖਾਇਆ ਜਾਂਦਾ, ਰਾਸ਼ਟਰਪਤੀ ਉੱਪਰ ਸਿੰਘਾਂ ਵੱਲੋਂ ਫਾਇਰਿੰਗ ਕਿੱਥੋਂ ਕੀਤੀ ਜਾਂਦੀ, ਅਤੇ ਓਪਰੇਸ਼ਨ ਬਲੂ ਸਟਾਰ ਦੇ ਆਖਰੀ ਸਿੰਘ ਕਿੱਥੇ ਸ਼ਹੀਦ ਹੋਏ। ਅੱਜ ਦੀ ਇਸ ਵੀਡੀਓ ਵਿੱਚ 8 ਜੂਨ ਦਾ ਪੂਰੇ ਦਿਨ ਦਾ ਇਤਿਹਾਸ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਅਤੇ ਆਖਰ ਤੱਕ ਜ਼ਰੂਰ ਦੇਖਿਓ। ਇੱਕ ਛੋਟੀ ਜਿਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਤੁਹਾਡੇ 1 ਸਬਸਕ੍ਰਾਈਬ ਨਾਲ ਅਜਿਹੀਆਂ ਵੀਡੀਓ ਬਣਾਉਣ ਲਈ ਹੋਰ ਮੋਟੀਵੇਸ਼ਨ ਮਿਲਦੀ ਹੈ। ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਤੇ ਬਾਕੀ ਮੋਹਰੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ 7 ਜੂਨ ਨੂੰ ਫੌਜ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਕਿ ਬਾਕੀ ਦੇ ਰਹਿੰਦੇ ਮੋਰਚਿਆਂ ਨੂੰ ਵੀ ਰਾਤ ਤੱਕ ਆਪਣੇ ਕਬਜ਼ੇ ਹੇਠ ਕਰ ਲਿਆ ਜਾਏ। ਜਿਵੇਂ ਲੰਗਰਹਾਲ ਵਾਲੇ ਪਾਸੇ ਜੋ ਮੋਰਚੇ ਸੀ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਫੌਜ ਨੇ 7 ਜੂਨ ਦੀ ਰਾਤ ਨੂੰ ਕਾਬੂ ਕੀਤਾ, ਕਿਉਂਕਿ ਅਗਲੇ ਦਿਨ 8 ਜੂਨ ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਦਰਬਾਰ ਸਾਹਿਬ ਵਿਖੇ ਆਉਣਾ ਸੀ, ਕਿਉਂਕਿ ਇਸ ਹਮਲੇ ਨਾਲ ਗਿਆਨੀ ਜੈਲ ਸਿੰਘ ਬੁਰੀ ਤਰ੍ਹਾਂ ਨਾਲ ਹਿੱਲ ਗਿਆ ਸੀ। ਸੋ ਜੈਲ ਸਿੰਘ ਦਰਬਾਰ ਸਾਹਿਬ ਆਉਣ ਲਈ ਕਾਲ ਗਿਆਨੀ ਜੈਲ ਸਿੰਘ ਯਾਰ ਉਸ ਟਾਈਮ ਤਾਂ ਪ੍ਰੈਜ਼ੀਡੈਂਟ ਸੀ, ਹੈ ਨਾ, ਮਤਲਬ ਤੇ ਪਰ ਮਤਲਬ ਹੁਣ ਉਹਦੇ ਸਾਈਨਾਂ ਬਿਨਾਂ ਜਾਂ ਉਹਦੇ ਮਤਲਬ ਉਹਦੀ ਪਰਮਿਸ਼ਨ ਬਿਨਾਂ ਤਾਂ ਇਹ ਐਡਾ ਕੰਮ ਹੋ ਨਹੀਂ ਸਕਦਾ, ਹੈ ਨਾ ਸੀ। ਸੋ ਫੌਜ ਨੇ ਜੈਲ ਸਿੰਘ ਦੇ ਆਉਣ ਤੱਕ ਸਾਰਾ ਕੰਪਲੈਕਸ ਤੇ ਦਰਬਾਰ ਸਾਹਿਬ ਦਾ ਆਲਾ ਦੁਆਲਾ ਬਿਲਕੁਲ ਕਲੀਅਰ ਕਰਨਾ ਸੀ। ਸੋ ਫੌਜ ਨੇ 1 ਦਿਨ ਪਹਿਲਾਂ ਪ੍ਰਕਰਮਾ ਵਿੱਚੋਂ ਲਾਸ਼ਾਂ ਚੁਕਵਾ ਕੇ ਸਾਰਾ ਸਾਫ਼ ਕਰਵਾ ਦਿੱਤਾ, ਕਿਉਂਕਿ ਇੱਥੇ ਹਰ ਪਾਸੇ ਲਹੂ ਹੀ ਲਹੂ ਸੀ। ਅਤੇ ਇਸੇ ਦੌਰਾਨ ਲੰਗਰਹਾਲ ਵਾਲੇ ਪਾਸੇ ਸਿੰਘਾਂ ਨੇ ਬੜੀ ਲੰਬੀ ਲੜਾਈ ਲੜੀ, ਇਸ ਨੂੰ ਵੀ ਫੌਜ ਨੇ ਰਾਤ ਤੱਕ ਕਲੀਅਰ ਕਰ ਦਿੱਤਾ। ਸੋ ਅਗਲੇ ਦਿਨ 8 ਜੂਨ ਨੂੰ ਦੁਪਹਿਰ ਤੱਕ ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਵਿਖੇ ਆਉਂਦਾ, ਜੋ ਉਸ ਸਮੇਂ ਭਾਰਤ ਦਾ ਰਾਸ਼ਟਰਪਤੀ ਸੀ। ਇਸ ਨੂੰ ਹੈੱਡ ਗ੍ਰੰਥੀ ਸਾਹਿਬ ਸਿੰਘ ਘੰਟੇ ਘਰ ਵਾਲੇ ਪਾਸਿਓਂ ਰਿਸੀਵ ਕਰਦੇ ਆ। ਉਸ ਸਮੇਂ ਰਾਸ਼ਟਰਪਤੀ ਦੇ ਨਾਲ ਕੁਲਦੀਪ ਬਰਾੜ ਅਤੇ ਸੁੰਦਰ ਜੀ ਸੀ। ਸੋ ਗਿਆਨੀ ਜੈਲ ਸਿੰਘ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਪ੍ਰਕਰਮਾ ਵਿੱਚੋਂ ਵੱਧਦਾ ਆ। ਉਸ ਸਮੇਂ ਜੈਲ ਸਿੰਘ ਆਲੇ ਦੁਆਲੇ ਹੋਈ ਦਰਬਾਰ ਸਾਹਿਬ ਦੀ ਤਬਾਹੀ ਨੂੰ ਦੇਖਦਾ। ਉਸ ਸਮੇਂ ਫੌਜੀ ਅਫਸਰ ਬਿਲਕੁਲ ਚੁੱਪ ਸੀ। ਅੱਗੇ ਜਾ ਕੇ ਜਦ ਉਸਨੇ ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਇਮਾਰਤ ਨੂੰ ਦੇਖਿਆ ਤਾਂ ਜਨਰਲ ਬਰਾੜ ਆਪਣੀ ਕਿਤਾਬ 'ਚ ਲਿਖਦਾ ਕਿ ਜੈਲ ਸਿੰਘ ਨੇ ਸਾਹਿਬ ਸਿੰਘ ਦੇ ਕੰਨ ਵਿੱਚ ਕੁਝ ਕਿਹਾ। ਬਰਾੜ ਕਹਿੰਦਾ ਕਿ ਅਸੀਂ ਕੋਈ ਦਖਲ ਨਹੀਂ ਦਿੱਤੀ ਕਿਉਂਕਿ ਉਹ ਰਾਸ਼ਟਰਪਤੀ ਸੀ। ਫਿਰ ਗਿਆਨੀ ਜੈਲ ਸਿੰਘ ਦਰਸ਼ਨੀ ਜੋੜੀ ਤੋਂ ਹੁੰਦਿਆਂ ਦਰਬਾਰ ਸਾਹਿਬ ਵਾਲੇ ਪਾਸੇ ਜਾਂਦੇ ਨੇ। ਅੰਦਰ ਜਾ ਕੇ ਉਸਨੇ ਕੁਝ ਸਮਾਂ ਕੀਰਤਨ ਸੁਣਿਆ। ਉਸ ਸਮੇਂ ਗਿਆਨੀ ਜੈਲ ਸਿੰਘ ਦੇ ਨਾਲ ਕੁਝ ਹੋਰ ਵੀ ਅਫਸਰ ਸੀ,
ਕਿਉਂਕਿ ਸੰਗਤ ਤਾਂ ਉਸ ਦਿਨ ਕੋਈ ਨਹੀਂ ਸੀ, ਪਰ ਉਸ ਦਿਨ ਕੀਰਤਨ ਚੱਲ ਰਿਹਾ ਸੀ। ਫਿਰ ਜਦੋਂ ਜੈਲ ਸਿੰਘ ਬਾਹਰ ਨਿਕਲਦਾ ਤਾਂ ਸਾਹਿਬ ਸਿੰਘ ਨੇ ਨਾਲ ਤੁਰ ਫਿਰ ਕੇ ਸਾਰੇ ਗੋਲੀਆਂ ਦੇ ਨਿਸ਼ਾਨ ਦਿਖਾਏ। ਉਸ ਸਮੇਂ 300 ਤੋਂ ਵੱਧ ਗੋਲੀਆਂ ਦਰਬਾਰ ਸਾਹਿਬ ਦੀ ਇਮਾਰਤ ਉੱਪਰ ਵੀ ਲੱਗੀਆਂ ਹੋਈਆਂ ਸੀ। ਉਹ ਸਾਰੇ ਨਿਸ਼ਾਨ ਵੀ ਜੈਲ ਸਿੰਘ ਨੂੰ ਦਿਖਾਏ ਤਾਂ ਜੈਲ ਸਿੰਘ ਪੁੱਛਦਾ ਕਿ ਇਹ ਗੋਲੀਆਂ ਕਿੱਥੋਂ ਆਈਆਂ, ਤਾਂ ਸਾਹਿਬ ਸਿੰਘ ਕਹਿੰਦੇ ਨੇ ਕਿ ਇਹ ਗੋਲੀਆਂ ਫੌਜੀਆਂ ਦੀਆਂ ਹੀ ਨੇ। ਜਨਰਲ ਬਰਾੜ ਕੁਝ ਨਾ ਬੋਲਿਆ। ਉੱਥੋਂ ਫਿਰ ਗਿਆਨੀ ਜੈਲ ਸਿੰਘ ਬਾਹਰ ਨੂੰ ਨਿਕਲ ਕੇ ਆਏ ਸ਼੍ਰੀ ਅਕਾਲ ਤਖ਼ਤ। ਯਾਰ ਜੇ ਗਿਆਨੀ ਜੈਲ ਸਿੰਘ ਨੂੰ ਇੰਨਾ ਹੀ ਹੁੰਦਾ ਹਮਦਰਦੀ ਹੈ ਨਾ ਸਿੱਖਾਂ ਨਾਲ, ਜਾਂ ਇੰਨਾ ਹੀ ਫਿਕਰ ਹੁੰਦਾ ਹਰਿਮੰਦਰ ਸਾਹਿਬ ਦਾ, ਤਾਂ ਉਹ ਆਰਡਰ ਕਿਉਂ ਦਿੰਦਾ ਹੈ ਨਾ? ਅਤੇ ਮਤਲਬ ਇੱਕ ਪ੍ਰੈਜ਼ੀਡੈਂਟ ਆ ਯਾਰ, ਕੋਈ ਮਾੜਾ ਮੋਟਾ ਅਹੁਦਾ ਤਾਂ ਹੈ ਨਹੀਂ ਹੈ ਨਾ ਉਹ ਬੰਦੇ ਦਾ। ਐਂ ਵੀ ਨਹੀਂ ਕਹਿ ਸਕਦਾ ਵੀ ਮਜ਼ਬੂਰੀ ਨਾਲ ਸਾਈਨ ਕਰਾ ਦੇ ਜਾਂ ਮਜ਼ਬੂਰੀ ਨਾਲ ਆਰਡਰ ਲੈ ਲਏ। ਇਹ ਸਾਰੀਆਂ ਗੱਲਾਂ ਨੇ ਬਾਈ, ਦਿਖਾਵੇ ਆ ਸਾਰੇ। ਸਾਹਿਬ ਵਾਲੇ ਪਾਸੇ ਨੂੰ ਬਾਹਰ ਆ ਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜ੍ਹ ਕੇ ਜੈਲ ਸਿੰਘ ਬੜੇ ਗੌਰ ਦੇ ਨਾਲ ਢੱਠੀ ਹੋਈ ਇਮਾਰਤ ਨੂੰ ਦੇਖ ਰਿਹਾ ਸੀ। ਇੱਥੇ ਫਿਰ ਜਨਰਲ ਬਰਾੜ ਕਹਿੰਦਾ ਕਿ ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਅੰਦਰ ਲਿਜਾ ਕੇ ਦਿਖਾਵਾਂ ਕਿ ਉਹਨਾਂ ਕੋਲ ਕੀ ਕੁਝ ਸੀ ਅਤੇ ਇਹਨਾਂ ਸਿੰਘਾਂ ਦੀ ਤਿਆਰੀ ਕੀ ਸੀ। ਤਾਂ ਜੈਲ ਸਿੰਘ ਮਨ੍ਹਾ ਕਰ ਦਿੰਦਾ ਅਤੇ ਕਹਿੰਦਾ ਕਿ ਮੈਂ ਨਹੀਂ ਦਿਖਣਾ। ਫਿਰ ਉਸ ਸਮੇਂ ਜੈਲ ਸਿੰਘ ਦੇ ਨਾਲ ਤਰਲੋਚਨ ਸਿੰਘ, ਜੋ ਬਾਅਦ ਵਿੱਚ ਮਨਿਓਰਿਟੀ ਕਮਿਸ਼ਨ ਦਾ ਵਾਈਸ ਚੇਅਰਮੈਨ ਬਣਿਆ ਸੀ, ਉਹ ਫੌਜ ਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਭੋਰੇ ਅੰਦਰ ਗਿਆ। ਉਹ ਵੀ ਅੰਦਰ ਦੇਖ ਕੇ ਆਇਆ। ਜਦੋਂ ਇਹ ਸਭ ਹੋ ਰਿਹਾ ਸੀ, ਜੈਲ ਸਿੰਘ ਅਕਾਲ ਤਖ਼ਤ ਸਾਹਿਬ ਦੇ ਅੱਗੇ ਖੜ੍ਹਾ ਸੀ। ਦੁਪਹਿਰ ਤੋਂ ਬਾਅਦ ਦਾ ਉਸ ਸਮੇਂ ਸਮਾਂ ਸੀ, ਤਾਂ ਉਸ ਸਮੇਂ ਇੱਕਦਮ ਗੋਲੀਆਂ ਦੀ ਫਾਇਰਿੰਗ ਸ਼ੁਰੂ ਹੋ ਜਾਂਦੀ। ਇਸ ਫਾਇਰਿੰਗ ਵਿੱਚ ਜੈਲ ਸਿੰਘ ਦੀ ਸਿਕਿਉਰਿਟੀ ਦੀ ਰਿੰਗ ਵਿੱਚ ਲੱਗੇ ਕੈਪਟਨ KP ਚੌਧਰੀ ਨੂੰ ਗੋਲੀਆਂ ਲੱਗ ਜਾਂਦੀਆਂ। ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ। ਉਸ ਨੂੰ ਸਟਰੈਚਰ 'ਤੇ ਪਾ ਕੇ ਜਲਦੀ ਜਲਦੀ ਉੱਥੋਂ ਲੈ ਜਾਂਦੇ। ਇਹ ਫਾਇਰਿੰਗ ਨਾਲ ਬਰਾੜ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਇਹ ਗੋਲੀ ਬ੍ਰਹਮ ਬੂਟਾ ਅਖਾੜਾ ਵੱਲੋਂ ਆਈ ਸੀ, ਸੋ ਜਲਦੀ ਜਲਦੀ ਗਿਆਨੀ ਜੈਲ ਸਿੰਘ ਨੂੰ ਬਾਹਰ ਕੱਢ ਕੇ ਉੱਥੋਂ ਵਿਦਾ ਕਰ ਦਿੱਤਾ ਜਾਂਦਾ। ਫਿਰ ਫੌਜ ਦੀ ਇੱਕ ਮਿੰਟ ਕੀ ਹੋਇਆ ਸੀਗਾ ਯਾਰ, ਇੱਥੇ ਧਿਆਨ ਨਾਲ ਅੰਦਰ ਦੇਖ ਕੇ ਆਇਆ। ਜਦੋਂ ਇਹ ਸਭ ਹੋ ਰਿਹਾ ਸੀ, ਜੈਲ ਸਿੰਘ ਅਕਾਲ ਤਖ਼ਤ ਸਾਹਿਬ ਦੇ ਅੱਗੇ ਖੜ੍ਹਾ ਸੀ। ਦੁਪਹਿਰ ਤੋਂ ਬਾਅਦ ਦਾ ਉਸ ਸਮੇਂ ਸਮਾਂ ਸੀ, ਤਾਂ ਉਸ ਸਮੇਂ ਇੱਕਦਮ ਗੋਲੀਆਂ ਦੀ ਫਾਇਰਿੰਗ ਸ਼ੁਰੂ ਹੋ ਜਾਂਦੀ। ਇਸ ਫਾਇਰਿੰਗ ਵਿੱਚ ਜੈਲ ਸਿੰਘ ਦੀ ਸਿਕਿਉਰਿਟੀ ਦੀ ਰਿੰਗ ਵਿੱਚ ਲੱਗੇ ਕੈਪਟਨ KP ਚੌਧਰੀ ਨੂੰ ਗੋਲੀਆਂ ਲੱਗ ਜਾਂਦੀਆਂ। ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ। ਉਸ ਨੂੰ ਸਟਰੈਚਰ 'ਤੇ ਪਾ ਕੇ ਜਲਦੀ ਜਲਦੀ ਉੱਥੋਂ ਲੈ ਜਾਂਦੇ। ਇਹ ਫਾਇਰਿੰਗ ਨਾਲ ਬਰਾੜ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਇਹ ਗੋਲੀ ਬ੍ਰਹਮ ਬੂਟਾ ਅਖਾੜਾ ਵੱਲੋਂ ਆਈ ਸੀ, ਸੋ ਜਲਦੀ ਜਲਦੀ ਗਿਆਨੀ ਜੈਲ ਸਿੰਘ ਨੂੰ ਬਾਹਰ ਕੱਢ ਕੇ ਉੱਥੋਂ ਵਿਦਾ ਕਰ ਦਿੱਤਾ ਜਾਂਦਾ। ਫਿਰ ਫੌਜ ਦੀ ਇੱਕ ਕੰਪਨੀ ਗੋਲੀ ਚਲਾਉਣ ਵਾਲੇ ਦੀ ਸਰਚ ਲਈ ਤੁਰ ਪੈਂਦੀ, ਸੋ ਇਸ ਕੰਮ ਲਈ ਡੋਗਰੇ ਕਮਾਂਡੋ ਲੈ ਜਾਂਦੇ ਆ। ਜਦੋਂ ਉਹ ਉੱਥੇ ਨੇੜੇ ਪਹੁੰਚਦੇ ਆ ਤਾਂ ਇੱਕਦਮ ਫਿਰ ਤੋਂ ਫਾਇਰਿੰਗ ਸ਼ੁਰੂ ਹੁੰਦੀ। ਇਹ ਫਾਇਰਿੰਗ ਬੁੰਗਿਆਂ ਵਿੱਚੋਂ ਆ ਰਹੀ ਸੀ। ਇਸ ਫਾਇਰਿੰਗ ਵਿੱਚ ਵੀ ਫੌਜ ਦੇ 4 ਬੰਦੇ ਜ਼ਖਮੀ ਹੋ ਜਾਂਦੇ, ਸੋ ਬਾਕੀ ਦੀ ਫੌਜ ਉਹਨਾਂ ਜ਼ਖਮੀਆਂ। ਯਾਨੀ ਕਿ ਯਾਰ ਵੀ ਇੰਨਾ ਕੁਛ ਹੋਣ ਤੋਂ ਬਾਅਦ ਹੈ ਨਾ, ਜਦੋਂ ਮੰਨ ਕੇ ਚੱਲੋ ਵੀ ਜਰਨੈਲ ਸਿੰਘ ਜੀ ਵੀ ਮਤਲਬ ਸ਼ਹੀਦ ਹੋ ਚੁੱਕੇ ਸੀ ਹੈ ਨਾ, ਜਰਨਲ ਸੁਵੇਗ ਸਿੰਘ ਜੀ ਵੀ ਸ਼ਹੀਦ ਹੋ ਚੁੱਕੇ ਸੀਗੇ, ਅਤੇ ਉਦੋਂ ਬਾਅਦ 'ਚੋਂ ਵੀ ਸਿੰਘਾਂ ਦੇ ਹੌਂਸਲੇ ਨਹੀਂ ਸੀ ਹੈ ਨਾ ਡੋਲੇ, ਅਤੇ ਉਹ ਫਿਰ ਵੀ ਮਤਲਬ ਫਾਇਰਿੰਗ ਕਰ ਰਹੇ ਸੀਗੇ, ਉਹਨੂੰ ਸੰਭਾਲਣ ਲੱਗਦੀ ਆ। ਇਸ ਦੌਰਾਨ ਸਿੰਘ ਉਹ ਫੌਜ ਦੇ ਮੈਡੀਕਲ ਅਫਸਰ ਕੈਪਟਨ ਰਾਮ ਲਾਲ ਅਤੇ 2 ਹੋਰ ਫੌਜ ਦੇ ਬੰਦਿਆਂ ਨੂੰ ਧੋ ਕੇ ਅੰਦਰ ਲੈ ਜਾਂਦੇ। ਫੌਜ ਨੂੰ ਇਹ ਦੇਖ ਕੇ ਭੱਜਣਾ ਪੈ ਜਾਂਦੀਆਂ। ਫਿਰ ਜ਼ਖਮੀਆਂ ਨੂੰ ਸਾਂਭ ਕੇ ਫੌਜ ਦੁਬਾਰਾ ਕਾਰਵਾਈ ਕਰਦੀ ਆ ਅਤੇ ਬਚਦੇ ਬਚਾਉਂਦੇ ਕਮਰੇ ਦੇ ਦਰਵਾਜ਼ਿਆਂ ਤੱਕ ਪਹੁੰਚਦੇ ਆ ਅਤੇ ਫੌਜ ਇੱਕਦਮ ਅੰਦਰ ਗ੍ਰਨੇਡ ਸੁੱਟਦੀ ਆ ਤਾਂ ਜੋ ਕੋਈ ਵੀ ਜਿਉਂਦਾ ਨਾ ਬਚੇ। ਸੋ ਇਸ ਤਰ੍ਹਾਂ ਕੈਪਟਨ ਰਾਮ ਲਾਲ, ਮੈਡੀਕਲ ਅਫਸਰ ਅਤੇ ਫੌਜ ਦੇ ਬਾਕੀ ਦੇ 2 ਬੰਦੇ ਵੀ ਉੱਥੇ ਮਾਰੇ ਜਾਂਦੇ ਅਤੇ ਅੰਦਰ ਜੋ ਬਾਕੀ ਦੇ 7 ਖਾੜਕੂ ਸਿੰਘ ਸੀ ਉਹ ਵੀ ਉੱਥੇ ਸ਼ਹੀਦ ਹੋ ਜਾਂਦੇ। ਸੋ ਇਸ ਸਮੇਂ ਤੱਕ 8 ਜੂਨ ਨੂੰ ਹਨੇਰਾ ਹੋ ਗਿਆ। ਇਸ ਤਰ੍ਹਾਂ ਇਹ ਓਪਰੇਸ਼ਨ ਬਲੂ ਸਟਾਰ ਦੇ ਆਖਰੀ ਸ਼ਹੀਦ ਸੀ। ਇਸ ਤੋਂ ਪਹਿਲਾਂ ਸਿੰਘਾਂ ਨੇ 7 ਜੂਨ ਨੂੰ ਲੰਗਰਹਾਲ ਵਾਲੇ ਪਾਸੇ ਪਹਿਲਾਂ ਹੀ ਬਹੁਤ ਵੱਡੀ ਕਾਰਵਾਈ ਕੀਤੀ ਸੀ।
ਜਿਸ ਦੌਰਾਨ ਉੱਥੇ ਬਹੁਤ ਵੱਡੀ ਅੱਗ ਲੱਗੀ ਸੀ। ਇੱਥੇ ਅੰਦਰ ਲੰਗਰ ਦਾ ਸਮਾਨ ਅਤੇ ਬਹੁਤ ਸਾਰੇ ਸਿਲੰਡਰ ਵੀ ਪਏ ਸੀ ਅਤੇ ਨਾਲ ਇੱਥੇ ਮਿੱਟੀ ਦਾ ਤੇਲ ਵੀ ਸੀ। ਸੋ ਇਹਨਾਂ ਵਿੱਚੋਂ ਕਈ ਸਿਲੰਡਰ ਫਟ ਗਏ ਜਿਸ ਕਾਰਨ ਇਮਾਰਤ ਵਿੱਚੋਂ ਬਹੁਤ ਧੂੰਆਂ ਵੀ ਨਿਕਲਿਆ। ਸੋ ਇੱਥੋਂ ਹੀ ਦੇਖੋ ਫੌਜ ਦੀ ਕਾਰਵਾਈ ਕਿਹੋ ਜਿਹੀ ਹੋਵੇਗੀ। ਬੁੰਗਿਆਂ ਦੇ ਨੇੜੇ ਲੰਗਰ ਹਾਲ ਜਿੱਥੇ ਫੌਜ ਡਟੀ ਰਹੀ, ਫਿਰ ਵੀ ਫੌਜ ਨੂੰ ਪਤਾ ਨਹੀਂ ਲੱਗਾ ਕਿ ਬੁੰਗਿਆਂ ਵਿੱਚ ਅਜੇ ਵੀ ਸਿੰਘ ਬਚੇ ਹੋਏ ਆ। ਜਿਸ ਬਾਰੇ ਸਹੀ ਗੱਲ ਉਹਨਾਂ ਨੂੰ ਤਾਂ ਹੀ ਸੀਗਾ ਹਨਾ ਵੀ ਸਾਰੇ ਖਤਮ ਹੋ ਚੁੱਕੇ ਆ ਗੇ। ਬਰਾੜ ਕਹਿੰਦਾ ਕਿ ਬੁੰਗੇ ਅਸੀਂ 5 ਮਿੰਟਾਂ 'ਚ ਸਾਫ਼ ਕਰ ਦਿੱਤੇ ਸੀ। ਸੋ ਇਹ ਜਨਰਲ ਸੁਬੇਗ ਸਿੰਘ ਦੀ ਰਣਨੀਤੀ ਹੀ ਸੀ ਕਿ ਜੋ ਐਕਸਪੋਜ਼ਡ ਮੋਰਚੇ ਸੀ ਉਹਨਾਂ ਨੂੰ ਛੱਡ ਕੇ ਸਿੰਘ ਬੁੰਗਿਆਂ ਦੇ ਦੂਸਰੇ ਮੋਰਚਿਆਂ ਵਿੱਚ ਡਟੇ ਹੋਏ ਸੀ। ਸੋ ਇਸ ਤਰ੍ਹਾਂ 3 ਦਿਨ ਪੂਰੇ 4 ਰਾਤਾਂ ਸਿੰਘਾਂ ਨੇ ਫੌਜ ਨੂੰ ਅੱਗੇ ਲਾਈ ਰੱਖਿਆ। ਜੇਕਰ ਇੱਥੇ ਟੈਂਕ ਨਾ ਆਉਂਦੇ ਤਾਂ ਸ਼ਾਇਦ ਹੋਰ ਪਤਾ ਨਹੀਂ ਕਿੰਨੇ ਦਿਨ ਫੌਜ ਨੂੰ ਭਾਜੜਾਂ ਪਾਈ ਰੱਖਣੀਆਂ ਸੀ। ਸੋ ਫਿਰ ਵੀ 10 ਜੂਨ ਤੱਕ ਇੱਕਾ ਦੁੱਕਾ ਗੋਲੀਆਂ ਚੱਲਦੀਆਂ ਰਹੀਆਂ। ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਦੀਆਂ ਤਲਾਸ਼ੀਆਂ ਹੁੰਦੀਆਂ ਰਹੀਆਂ। ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਭੋਰੇ ਵਿੱਚ ਬਹੁਤ ਸਾਰੇ ਹਥਿਆਰ ਕੱਢੇ ਗਏ। ਸਰੋਵਰ ਵਿੱਚੋਂ ਬਹੁਤ ਸਾਰੀਆਂ ਲਾਸ਼ਾਂ ਕੱਢੀਆਂ ਗਈਆਂ। ਚਾਰੇ ਪਾਸੇ ਬਦਬੂ ਫੈਲੀ ਹੋਈ ਸੀ। ਜਿਸ ਦਿਨ ਰਾਸ਼ਟਰਪਤੀ ਦਰਬਾਰ ਸਾਹਿਬ ਆਇਆ ਉਸ ਦਿਨ ਫੌਜ ਨੇ ਉਸ ਨੂੰ ਹਥਿਆਰ ਦਿਖਾਏ ਕਿ ਇਹ ਉਹੀ ਹਥਿਆਰ ਨੇ ਜੋ ਇਹਨਾਂ ਸਿੰਘਾਂ ਕੋਲੋਂ ਫੜੇ ਗਏ ਨੇ। ਉਸ ਸਮੇਂ ਰਾਸ਼ਟਰਪਤੀ ਦੇ ਨਾਲ ਸੀ ਜਲੰਧਰ ਦਾ DC, ਉਹ ਸੀ ਨਰਪਿੰਦਰ ਸਿੰਘ ਰਤਨ। ਉਹਨਾਂ ਨੇ ਬਾਅਦ ਵਿੱਚ ਪੰਜਾਬੀ ਟ੍ਰਿਬਿਊਨ ਦੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਮੈਂ ਰਾਸ਼ਟਰਪਤੀ ਦੇ ਨਾਲ ਸੀ, ਜਦੋਂ ਮੈਂ ਉਹ ਹਥਿਆਰ ਦੇਖੇ ਤਾਂ ਮੈਂ ਗਿਆਨੀ ਜੈਲ ਸਿੰਘ ਨੂੰ ਕਿਹਾ ਕਿ ਸਰ ਇਹ ਤਾਂ 6ਵੇਂ ਪਾਤਸ਼ਾਹ ਜੀ ਦੇ ਹਥਿਆਰ ਨੇ। ਇਸ ਤਰ੍ਹਾਂ ਜੋ ਗੁਰੂ ਸਾਹਿਬ ਦੇ ਹਥਿਆਰ ਸੀ ਉਹ ਫੌਜ ਨੇ ਅੱਤਵਾਦੀਆਂ ਤੋਂ ਫੜੇ ਹੋਏ ਹਥਿਆਰ ਬਣਾ ਦਿੱਤੇ ਸੀ ਗਿਆਨੀ ਜੈਲ ਸਿੰਘ। ਓਕੇ, ਜਿਹੜੇ ਪੁਰਾਣੇ ਹਥਿਆਰ ਪਏ ਸੀਗੇ ਗੁਰੂ ਸਾਹਿਬ ਦੇ ਤੇ ਉਹੀ ਜਾ ਕੇ ਦਿਖਾਤੇ ਹੈ। ਤੁਸੀਂ ਫਿਰ ਇੱਥੋਂ ਲਾ ਸਕਦੇ ਹਾਂ ਯਾਰ ਅੰਦਾਜ਼ਾ ਹੈ ਨਾ, ਵੀ ਜਿਹੜਾ ਕੁਛ ਉੱਥੇ ਦੱਸਿਆ ਗਿਆ ਹੈ ਨਾ ਵੀ ਕਿਵੇਂ ਕਾਰਵਾਈ ਹੋਈ ਸੀ, ਕੀ ਕੁਛ ਕੀਤਾ ਹੈ ਨਾ, ਉਹ ਸਾਰਾ ਕੁਛ ਕਿੰਨਾ ਕੁ ਸੱਚਾ ਹੋਊਗਾ ਜਦੋਂ ਮਤਲਬ ਇਹੋ ਜਿਹੀਆਂ ਚੀਜ਼ਾਂ ਹੀ ਫੜੀਆਂ ਜਾ ਰਹੀਆਂ ਇਹਨਾਂ ਦੀਆਂ, ਅਤੇ ਵੱਡੀਆਂ ਗੱਲਾਂ 'ਚ ਇਹਨਾਂ ਨੇ ਕਿੱਡੇ ਕੁ ਮਤਲਬ ਝੋਲ ਕੀਤੇ ਹੋਣਗੇ ਹੈ ਨਾ। ਉਸ ਨੂੰ ਪੁੱਛਦਾ ਹੈ ਕਿ ਤੈਨੂੰ ਪੱਕਾ ਪਤਾ ਕਿ ਇਹ ਗੁਰੂ ਸਾਹਿਬ ਜੀ ਦੇ ਹੀ ਨੇ? ਅੱਗੋਂ ਉਹ DC ਜਵਾਬ ਦਿੰਦਾ ਕਿ ਮੈਂ ਇੱਥੇ ਗੁਆਂਢ ਵਿੱਚ ਹੀ ਰਹਿੰਦਾ ਰਿਹਾ, ਬਚਪਨ ਤੋਂ ਇੱਥੇ ਮੈਂ ਪਿਤਾ ਜੀ ਦੇ ਨਾਲ ਸੇਵਾ ਕਰਨ ਆਉਂਦਾ ਰਿਹਾ, ਮੈਂ ਚੰਗੀ ਤਰ੍ਹਾਂ ਹੀ ਹਥਿਆਰਾਂ ਨੂੰ ਪਛਾਣਦਾ। ਸੋ ਇਸ ਤਰ੍ਹਾਂ ਦੇ ਹੋਰ ਪਤਾ ਨਹੀਂ ਕਿੰਨੇ ਅਣਸੁਣੇ ਕਿੱਸੇ ਅਜੇ ਸਮੇਂ ਦਰ ਸਮੇਂ ਖੁੱਲਦੇ ਰਹਿਣਗੇ। ਸੋ ਇਸ ਤਰ੍ਹਾਂ ਇਹ ਓਪਰੇਸ਼ਨ ਬਲੂ ਸਟਾਰ ਵਾਪਰਿਆ, ਪਰ ਇੱਥੇ SGPC ਦਾ ਸਟੈਂਡ ਨਹੀਂ ਸੀ ਕਿਉਂਕਿ ਇਸ ਓਪਰੇਸ਼ਨ ਬਲੂ ਸਟਾਰ ਦੀਆਂ ਨਿਸ਼ਾਨੀਆਂ ਨੂੰ ਜੇ SGPC ਚਾਹੁੰਦੀ ਤਾਂ ਬਚਾਇਆ ਜਾ ਸਕਦਾ ਸੀ ਕਿਉਂਕਿ ਇਹਨੂੰ ਬਚਾਉਣਾ ਕਿਸੇ ਇਕੱਲੇ ਕਰੇ ਬੰਦੇ ਦਾ ਕੰਮ ਨਹੀਂ ਸੀ, ਇਹ ਇੱਕ ਸਰਮੌਰ ਸੰਸਥਾ ਹੀ ਕਰ ਸਕਦੀ ਸੀ। ਸੋ ਚਲੋ ਅਕਾਲ ਤਖ਼ਤ ਸਾਹਿਬ ਦੀ ਜੇਕਰ ਢਹਿ ਚੁੱਕੀ ਬਿਲਡਿੰਗ ਨੂੰ ਉਵੇਂ ਨਹੀਂ ਰੱਖਿਆ ਗਿਆ ਤਾਂ ਘੱਟੋ ਘੱਟ ਬਾਕੀ ਚੌਗਿਰਦੇ ਦੇ ਨੁਕਸਾਨ ਨੂੰ ਤਾਂ ਸੰਗਤਾਂ ਨੂੰ ਦਿਖਾਉਣ ਲਈ ਬਚਾਇਆ ਜਾ ਸਕਦਾ ਸੀ। June 1984 ਦੀ ਹਮਲੇ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਮਿਟਾ ਦਿੱਤਾ ਗਿਆ। ਘੱਟੋ ਘੱਟ ਦਰਬਾਰ ਸਾਹਿਬ ਦੀ ਇਮਾਰਤ ਉੱਪਰ ਜੋ 300 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਸੀ ਉਹੀ ਸਾਂਭ ਲੈਂਦੇ ਤਾਂ ਜੋ ਅਗਲੀਆਂ ਪੀੜ੍ਹੀਆਂ ਸਰਕਾਰ ਦੀ ਕਾਰਵਾਈ ਤੋਂ ਜਾਣੂ ਹੁੰਦੀਆਂ। ਚਲੋ ਕੋਈ ਸਹੀ ਗੱਲ ਆ ਯਾਰ, ਇਹ ਤਾਂ ਹੈ ਹਨਾ, ਉਹ ਕੁਛ ਤਾਂ ਰੱਖਦੇ ਹਨਾ, ਨਹੀਂ ਵੀ ਸਾਂਭਿਆ ਤਾਂ ਘੱਟੋ ਘੱਟ ਉਸ ਸਮੇਂ ਹੋਈ ਬਰਬਾਦੀ ਦੀ ਇੱਕ ਵੀਡੀਓ ਫੁਟੇਜ ਹੀ ਬਣਾ ਲੈਂਦੇ ਜਾਂ ਤਸਵੀਰਾਂ ਲੈ ਲੈਂਦੇ ਤਾਂ ਜੋ ਸਾਡੇ ਕੋਲ ਤਬਾਹੀ ਦਾ ਕੋਈ ਤਾਂ ਸਬੂਤ ਹੁੰਦਾ, ਪਰ SGPC ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਤੁਹਾਡੇ SGPC ਬਾਰੇ ਕੀ ਵਿਚਾਰ ਆ ਤੁਸੀਂ ਵੀ ਜ਼ਰੂਰ ਲਿਖਿਓ। ਸੋ ਇਹ ਸੀ ਓਪਰੇਸ਼ਨ ਬਲੂ ਸਟਾਰ ਦੀ ਪੂਰੀ ਕਹਾਣੀ। ਜੇਕਰ ਤੁਸੀਂ ਚਾਹੋਗੇ ਤਾਂ 9 ਤੇ 10 ਜੂਨ ਦਾ ਇਤਿਹਾਸ ਬਾਰੇ ਵੀ ਆਪਾਂ ਵੀਡੀਓ ਬਣਾ ਦਿਆਂਗੇ ਇਸ ਬਾਰੇ। ਸੋ ਬਈ ਇਹੀ ਸੀਗਾ, 8 ਤਰੀਕ ਨੂੰ ਇਹ ਚੀਜ਼ ਹੋਈ ਸੀਗੀ ਹੈ ਨਾ, ਗਿਆਨੀ ਜੈਲ ਸਿੰਘ 'ਤੇ ਹਮਲਾ ਹੋਇਆ ਸੀਗਾ ਅਤੇ ਉਹਦਾ ਜਿਹੜਾ ਨਾਲ ਸੀਗਾ ਬੰਦਾ ਹੈ ਨਾ ਉਹਦੇ 'ਤੇ ਉਹਦੇ ਗੋਲੀਆਂ ਵੀ ਲੱਗੀਆਂ ਸੀਗੀਆਂ। ਅਤੇ ਬਾਕੀ ਬਾਈ ਨੇ ਐਂਡ 'ਤੇ ਆਹ ਬਹੁਤ ਵਧੀਆ ਗੱਲ ਕੀਤੀ ਹੈ ਨਾ ਵੀ ਜੇ ਚਾਹੁੰਦੀ ਹੈ ਨਾ ਸ਼੍ਰੋਮਣੀ ਕਮੇਟੀ ਤਾਂ ਸਾਂਭ ਸਕਦੀ ਸੀ ਇਹਨਾਂ ਚੀਜ਼ਾਂ ਨੂੰ, ਪਰ ਕੁਛ ਵੀ ਸਾਂਭ ਕੇ ਨਹੀਂ ਰੱਖਿਆ ਗਿਆ ਤਾਂ ਕਿ ਦਿਖਾਇਆ ਜਾ ਸਕੇ ਹੈ ਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਹ ਇਤਿਹਾਸ ਸੀਗਾ ਹੈ ਨਾ ਆਪਣਾ, ਇੱਥੇ ਆਹ ਕੁਛ ਹੋਇਆ ਸੀਗਾ, ਅਤੇ ਤਾਂ ਕਿ ਕਦੇ ਵੀ ਨਾ ਭੁੱਲਦੇ। ਵੈਸੇ ਭੁੱਲਦੇ ਤਾਂ ਹੁਣ ਵੀ ਹੈ ਨਹੀਂ, ਪਰ ਜੇ
ਉਹ ਚੀਜ਼ਾਂ ਸਾਂਭ ਕੇ ਰੱਖੀਆਂ ਗਈਆਂ ਹੁੰਦੀਆਂ, ਜਿਵੇਂ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਉਹ ਕੰਧ 'ਤੇ ਸਾਰੇ ਨਿਸ਼ਾਨ ਰੱਖੇ ਗਏ ਆ, ਹੈ ਨਾ, ਜਿਹੜੀਆਂ ਗੋਲੀਆਂ ਚਲਾਈਆਂ ਸੀ ਅੰਗਰੇਜ਼ਾਂ ਨੇ ਉਹਨਾਂ ਦੇ ਨਿਸ਼ਾਨ ਆਪਣੇ ਕੋਲ ਮੌਜੂਦ ਆ, ਉਹਨਾਂ ਦੇ ਸਬੂਤ ਆਪਣੇ ਕੋਲ ਮੌਜੂਦ ਆ। ਪਰ ਜਿਹੜਾ 1984 ਦੇ ਵਿੱਚ ਕੰਮ ਹੋਇਆ, ਹੈ ਨਾ, ਇੰਨੇ ਸਾਲ ਬਾਅਦ ਉਹਦਾ ਆਪਣੇ ਕੋਲ ਕੋਈ ਸਬੂਤ ਨਹੀਂ ਹੈਗਾ, ਹੈ ਨਾ, ਅਤੇ ਮਤਲਬ ਸਾਂਭ ਕੇ ਰੱਖਣੀ ਚਾਹੀਦੀ ਸੀ ਯਾਰ ਉਹ ਚੀਜ਼। ਸੋ ਇਹ ਸਹੀ ਲੱਗੀ ਯਾਰ ਮੈਨੂੰ ਬਾਈ ਦੀ ਗੱਲ। ਬਾਕੀ ਬਾਈ ਨੇ ਵੀਡੀਓ ਦੇ ਵਿੱਚ ਇਹ ਚੀਜ਼ ਵੀ ਦੱਸੀ ਸੀਗੀ, ਹੈ ਨਾ, ਵੀ ਜਿਹੜੀ ਆਪਾਂ ਨੂੰ ਨਵੀਂ ਸਿੱਖਣ ਨੂੰ ਮਿਲੀ ਆ, ਵੀ ਫੌਜ ਨੇ ਗੁਰੂ ਸਾਹਿਬ ਦੇ ਹਥਿਆਰ ਹੀ ਦਿਖਾਤੇ ਸੀਗੇ, ਵੀ ਇਹ ਸਿੰਘਾਂ ਕੋਲੋਂ ਫੜੇ ਗਏ ਆ, ਹੈ ਨਾ, ਹਥਿਆਰ। ਅਤੇ ਜਿੱਥੋਂ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ, ਹੈ ਨਾ, ਵੀ ਉਹਨਾਂ ਨੇ ਕਿੰਨੇ ਕੁ ਗੱਪ ਮਾਰੇ ਹੋਣਗੇ, ਹੈ ਨਾ, ਆਪਾਂ ਨੂੰ ਜਿਹੜੀਆਂ ਚੀਜ਼ਾਂ ਕਾਗਜ਼ਾਂ ਦੇ ਵਿੱਚ ਦਿਖਾਈਆਂ ਗਈਆਂ, ਹੈ ਨਾ, ਤਾਂ ਉਹਨਾਂ ਦੇ ਵਿੱਚੋਂ ਮੈਂ ਕਹਿੰਦਾ ਵੀ 90% ਅੰਗੂ ਝੂਠ ਹੋਣਗੀਆਂ, ਹੈ ਨਾ, ਅਤੇ ਬਸ 10% ਹੀ ਸੱਚ ਹੋਣੀਆਂ ਗੱਲਾਂ, ਜਿਹੜੀਆਂ ਚੀਜ਼ਾਂ ਸਹੀ ਤਰੀਕੇ ਨਾਲ ਦੱਸੀਆਂ ਗਈਆਂ। ਬਾਕੀ ਕਿੰਨੇ ਫੌਜੀ ਮਾਰੇ ਗਏ ਆ, ਹੈ ਨਾ, ਉਦੋਂ ਕਿੰਨੇ ਜੋ ਕੁਛ ਵੀ ਹੋਇਆ, ਹੈ ਨਾ, ਸਾਰਾ ਕੁਝ, ਮਤਲਬ ਅੰਕੜੇ ਉਂਕੜੇ ਵੀ ਸਹੀ ਨਹੀਂ ਦਿਖਾਏ ਗਏ, ਅਤੇ ਅੰਕੜੇ ਤਾਂ ਹਾਲੇ ਤੱਕ ਸਹੀ ਨਹੀਂ ਦੱਸੇ ਗਏ ਕਿਸੇ ਨੂੰ ਵੀ। ਸੋ ਬਸ ਇਹੀ ਸੀਗੀ ਬਾਈ ਵੀਡੀਓ, ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਗੁਰੂ ਪਿਆਰਿਓ, ਪਿਛਲੇ ਦੀਵਾਨਾਂ ਵਿੱਚ ਇਹ ਜ਼ਿਕਰ ਹੋ ਚੁੱਕਾ ਹੈ ਕਿ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ, ਜਿਹਨੂੰ ਆਪਰੇਸ਼ਨ ਬਲੂ ਸਟਾਰ ਵੀ ਕਿਹਾ ਜਾਂਦਾ, ਨੀਲਾ ਤਾਰਾ ਵੀ ਕਿਹਾ ਜਾਂਦਾ, ਭਾਰਤੀ ਫੌਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਸ਼ਹੀਦੀ ਪੁਰਬ ਮਨਾਉਣ ਲਈ ਇਕੱਤਰ ਹੋਈ ਜਿਹੜੀ ਸੰਗਤ ਆ, ਜਿਹਦੀ ਗਿਣਤੀ ਘੱਟੋ ਘੱਟ 5000 ਸੀ, ਉਹਦੇ ਵਿੱਚ ਮਾਸੂਮ ਅਤੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ। ਇਹ ਸਾਰਾ ਕੁਝ ਕਰ ਕਰਾ ਕੇ ਵੀ ਇੰਦਰਾ ਗਾਂਧੀ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ। ਉਹ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਸੀ, ਦੇਖਣ ਵੀ ਇੱਥੇ ਕੀ ਕੁਝ ਹੋਇਆ। ਇਹ ਇਹਨਾਂ ਨੇ ਜੋ ਕੁਝ ਕੀਤਾ ਹਉਮੈ ਹੰਕਾਰ ਦੇ ਵੱਸ ਹੋ ਕੇ ਕੀਤਾ। ਦਿਖਾਉਣਾ ਚਾਹੁੰਦੇ ਸੀ ਅਸਲ ਵਿੱਚ ਕਿ ਸਿੱਖ ਕਹਿੰਦੇ ਆ ਰਾਜ ਕਰੇਗਾ ਖਾਲਸਾ, ਇਸ ਤਰ੍ਹਾਂ ਦੇ ਬਚਨ ਕਹਿੰਦੇ ਰਹਿੰਦੇ ਆ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਵਿੱਚ ਕਿੰਨੀ ਤਾਕਤ ਆ। ਇਸ ਕਰਕੇ ਹੀ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਗੁਰਪੁਰਬ ਨੂੰ ਟਾਰਗੇਟ ਕੀਤਾ, ਅਤੇ ਨਿਰਦੋਸ਼ ਬੱਚੇ ਜਿਹੜੇ ਸੀ, ਸੰਗਤਾਂ ਆਈਆਂ, ਉਹਨਾਂ ਦੇ ਉੱਪਰ ਵੀ ਗੋਲੀਆਂ ਚਲਾਈਆਂ, ਬਹਾਨਾ ਬਣਾ ਲਿਆ ਸੰਤ ਇੱਥੇ ਹਥਿਆਰ ਰੱਖਦੇ ਆ, ਜੇ ਸੰਤਾਂ ਨੂੰ ਫੜਨਾ ਹੁੰਦਾ ਉਹਨਾਂ ਨੂੰ ਬੇਹੋਸ਼ੀ ਵਾਲੀ ਗੈਸ ਛੱਡ ਕੇ ਵੀ ਫੜਿਆ ਜਾ ਸਕਦਾ ਸੀ। ਇੰਨਾ ਹੀ ਨਹੀਂ, 40 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਵੀ ਹਮਲੇ ਇਹਨਾਂ ਨੇ ਕਰਵਾਏ ਆ। ਇਹ ਕੋਝੀਆਂ ਚਾਲਾਂ ਚੱਲਣ ਤੋਂ ਬਾਅਦ ਜਿਹੜੀ ਇੰਦਰਾ ਵਾ, ਫਿਰ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਈ ਆ 23 ਜੂਨ ਨੂੰ। ਇਹ ਫਿਰ ਜਿਹੜੀ ਇੰਦਰਾ ਵਾ, ਕਿਉਂਕਿ ਆਪਾਂ ਨੂੰ ਪਤਾ ਵੀ ਇਹਦੇ ਕਰਮ ਮੈਲੇ ਸੀਗੇ, ਸਭ ਕੁਝ ਮੈਲਾ ਸੀ, 23 ਜੂਨ ਨੂੰ ਇਹ ਇੰਦਰਾ ਗਾਂਧੀ ਸ਼੍ਰੀ ਦਰਬਾਰ ਸਾਹਿਬ ਆਉਂਦੀ ਹੈ। ਇਹਦੇ ਨਾਲ ਕੌਣ ਸੀ ਹੋਰ, ਪੰਜਾਬ ਦੇ ਗਵਰਨਰ ਸ਼੍ਰੀ BD ਪਾਂਡੇ ਸੀ, ਕੇਂਦਰੀ ਮੰਤਰੀ ਸੀ ਬੂਟਾ ਸਿੰਘ, ਪੱਛਮੀ ਕਮਾਂਡ ਦੇ GO ਸੀ ਲੈਫਟੀਨੈਂਟ ਸੁੰਦਰ ਜੀ, ਲੈਫਟੀਨੈਂਟ ਰਣਜੀਤ ਸਿੰਘ ਦਿਆਲ, ਮੇਜਰ ਜਨਰਲ ਕੁਲਦੀਪ ਬਰਾੜ ਅਤੇ ਹੋਰ ਵੀ ਬਾਹਲੇ ਜਾਣੇ ਸੀਗੇ। ਫਿਰ ਉਦੋਂ ਸਾਰੇ ਸਿੰਘ ਸਾਹਿਬਾਨ ਨੂੰ ਸੁਨੇਹਾ ਮਿਲਿਆ ਵੀ ਪੰਜੇ ਸਿੰਘ ਸਾਹਿਬ ਸ਼੍ਰੀ ਦਰਬਾਰ ਸਾਹਿਬ ਪੁੱਜੋ, ਕਿਉਂਕਿ ਇੰਦਰਾ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੀ ਆ। ਇਹ ਸਭ ਕੁਝ ਜੋ ਮੈਂ ਤੁਹਾਨੂੰ ਦੱਸ ਰਿਹਾ ਕੋਈ ਆਪਣੇ ਕੋਲੋਂ ਨਹੀਂ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ। ਗਿਆਨੀ ਕਿਰਪਾਲ ਸਿੰਘ ਜੀ ਕਹਿੰਦੇ, ਜਦੋਂ ਸਾਨੂੰ ਸੁਨੇਹਾ ਮਿਲਿਆ ਫਿਰ ਅਸੀਂ 4 ਸਿੰਘ ਸਾਹਿਬ ਗੁਰੂ ਰਾਮਦਾਸ ਹਸਪਤਾਲ ਵਿੱਚੋਂ ਆਪਣੇ ਦਫ਼ਤਰ ਪਹੁੰਚੇ ਹਾਂ। ਉੱਥੇ ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਸਰਦਾਰ ਆਤਮਾ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੀ ਉਜਾਗਰ ਸਿੰਘ, ਅਤੇ ਉਹ ਵੀ ਉੱਥੇ ਆਏ ਆ। ਗਿਆਨੀ ਜੀ ਕਹਿੰਦੇ, ਅਸੀਂ ਫਿਰ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਨੂੰ ਉਡੀਕਦੇ ਰਹੇ। ਪਤਾ ਲੱਗਿਆ ਕਿ ਉਹ ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਡਿਊਟੀ 'ਤੇ ਆ।
ਵੀ ਸਾਡਾ ਸੁਨੇਹਾ ਜਿਹੜਾ ਸੀ ਉਹਨਾਂ ਨੂੰ ਮਿਲਿਆ ਨਹੀਂ। ਫਿਰ ਅਸੀਂ ਸਾਰਿਆਂ ਨੇ ਮਿਲ ਕੇ ਚੌਹਾਂ ਨੇ ਸਿੰਘ ਸਾਹਿਬਾਨਾਂ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਜਿਹੜਾ ਫੌਜੀ ਹਮਲਾ ਕਰਵਾਉਣ ਵਾਲੀ ਜ਼ਾਲਮ ਪ੍ਰਧਾਨ ਮੰਤਰੀ ਇੰਦਰਾ ਇਹਦਾ ਇੰਦਰਾ ਗਾਂਧੀ ਦਾ ਮੁਕੰਮਲ ਤੌਰ 'ਤੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਅਤੇ ਇੱਕ ਸੁਨੇਹਾ ਅੰਦਰ ਭੇਜਿਆ ਜੋ ਜਾਂ ਤਾਂ ਉਹਨਾਂ ਤੱਕ ਕੱਪੜ ਨਹੀਂ ਸਕਿਆ ਅਤੇ ਫਿਰ ਜਾਂ ਗਿਆਨੀ ਜੀ ਕਹਿੰਦੇ ਸੀ ਵੀ ਕੁਝ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਹੋਣੀ ਆ ਕਿ ਤੁਸੀਂ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਸਮੇਂ ਹੋਏ ਜ਼ੁਲਮ ਦੀ ਦਾਸਤਾਨ ਖੋਲ੍ਹ ਕੇ ਸੁਣਾਓ ਅਤੇ ਹੋਈ ਤਬਾਹੀ ਅਤੇ ਬਰਬਾਦੀ ਵੀ ਦਿਖਾਓ। ਇਸੇ ਕਰਕੇ ਤਾਂ ਇੰਦਰਾ ਗਾਂਧੀ ਦੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਹਰ ਆਉਣ ਸਮੇਂ ਬਾਹਰ ਨਾਲ ਆ ਕੇ ਪਹਿਲਾਂ CRP ਫਿਰ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਲੱਗੀਆਂ ਗੋਲੀਆਂ ਦੇ ਉਹਨੂੰ ਨਿਸ਼ਾਨ ਦਿਖਾਏ ਆ ਵੀ ਇਹ ਤੇਰੀ ਕਰਨੀ ਦਾ ਫਲ ਆ, ਦੇਖ ਤੂੰ ਕਿੰਨੀ ਤਬਾਹੀ ਕਰ ਦਿੱਤੀ ਆ, ਕਿੱਡਾ ਵੱਡਾ ਕਹਿਰ ਕਮਾਇਆ। ਫਿਰ ਉਹਨੂੰ ਪੁਲ 'ਤੇ ਖੜ੍ਹੇ ਹੋ ਕੇ ਇੰਦਰਾ ਨੂੰ ਦਰਸ਼ਨੀ ਡਿਉੜੀ 'ਚ ਗੋਲਿਆਂ ਨਾਲ ਹੋਏ ਮਘੋਰੇ ਦਿਖਾਏ ਆ ਅਤੇ ਕਿਹਾ ਕਿ ਖੱਬੇ ਹੱਥ ਉੱਪਰਲੇ ਕਮਰੇ 'ਚ ਸ਼੍ਰੀ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਅਤੇ ਹੇਠਲੇ ਕਮਰੇ 'ਚ ਸੋਨੇ ਅਤੇ ਚਾਂਦੀ ਦੀਆਂ ਦੋ ਪਾਲਕੀਆਂ, ਦਰਬਾਰ ਸਾਹਿਬ ਦੀਆਂ ਚਾਦਰਾਂ, ਗਲੀਚੇ, ਰਮਾਲਾ ਸਾਹਿਬ, ਚਾਨਣੀਆਂ, ਹੋਰ ਵੀ ਚੌਰ ਸਾਹਿਬ ਅਤੇ ਸਮਾਨ ਦਾ ਸਟੋਰ ਸੀਗਾ ਜਿਹੜਾ ਬਹੁਤ ਕੀਮਤੀ ਸੀਗਾ, ਸਾਰਾ ਕੁਝ ਸੜ ਕੇ ਸਵਾਹ ਹੋ ਗਿਆ, ਸਭ ਕੁਝ ਤੁਸੀਂ ਤਬਾਹ ਕਰ ਦਿੱਤਾ। ਸੱਜੇ ਹੇਠਲਾ ਕਮਰਾ ਜਿਹੜਾ ਸੀ ਅਤੇ ਉਹ ਹੈੱਡ ਗ੍ਰੰਥੀ ਸਾਹਿਬ ਜੀ ਦੇ ਦਫ਼ਤਰ ਉੱਪਰ ਖਜ਼ਾਨਾ ਸੀਗਾ, ਇਹਨਾਂ ਕਮਰਿਆਂ 'ਚ ਤਾਂ ਕੋਈ ਨਹੀਂ ਸੀਗਾ ਜਿਹਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ, ਇਹਨਾਂ 'ਚ ਵੀ ਟੈਂਕ ਅਤੇ ਤੋਪਾਂ ਦੇ ਗੋਲੇ ਮਾਰ ਕੇ ਤੁਸੀਂ ਇਹਨੂੰ ਤਬਾਹ ਕਰਤਾ, ਕਿੱਡੀ ਵੱਡੀ ਗਲਤੀ ਆ ਤੁਹਾਡੀ। ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਫਿਰ ਤਾੜਨਾ ਕੀਤੀ, ਅਕਾਲ ਤਖ਼ਤ ਦੀ ਹੋਈ ਤਬਾਹੀ ਦਿਖਾਈ ਆ, ਗੁੰਬਦ ਦੇ ਸੋਨੇ ਚੜ੍ਹੇ ਪੱਤਰੇ ਉੱਖੜੇ ਅਤੇ ਡਿੱਗੇ ਦਿਖਾਏ ਆ, ਸਾਹਮਣੇ ਜਿਹੜੀਆਂ ਸਾਰੀਆਂ ਮੰਜ਼ਲਾਂ ਸੀਗੀਆਂ ਗੁਰਮੁਖ ਪਿਆਰਿਓ ਜੋ ਦਰਸ਼ਨ ਤੁਸੀਂ ਕਰਦੇ ਹੋ ਅੱਜ ਤਾਂ ਹੁਣ ਚਲੋ ਦੁਬਾਰਾ ਇਮਾਰਤ ਬਣ ਗਈ ਆ, ਉਹਨਾਂ ਬਾਰੀਆਂ ਦੇ ਛੱਜੇ ਟੁੱਟੇ ਭੱਜੇ ਢੱਠੇ ਦਿਖਾਏ ਆ, ਸਾਹਮਣੇ ਸਾਰਾ ਕੁਝ ਦਿਖਾਇਆ, ਦੇਖੋ ਕਹਿੰਦੇ ਕਿੰਨਾ ਕੁਝ ਤੁਸੀਂ ਬਰਬਾਦ ਕਰਤਾ। ਜਦੋਂ ਦੱਸਿਆ ਵੀ ਸ਼ਸਤਰਾਂ ਦੀ ਵੀ ਬੇਅਦਬੀ ਇੱਥੇ ਕਰਤੀ ਆ ਤੁਸੀਂ, ਫਿਰ ਇੰਦਰਾ ਗਾਂਧੀ ਪਤਾ ਕੀ ਕਹਿਣ ਲੱਗੀ ਕਿ ਵਹਾਂ ਖਾੜਕੂ ਛੁਪੇ ਹੋਏ ਥੇ, ਉਨ੍ਹੋਂਨੇ ਵਹਾਂ ਕਿਲ੍ਹਾ ਬਣਾ ਲਿਆ ਥਾ, ਇਸ ਲਈ ਮਜਬੂਰੀ ਮੇਂ ਹਮੇਂ ਹਮਲਾ ਕਰਨਾ ਪੜਾ। ਤਾਂ ਦੇਖੋ ਇਹਨੂੰ ਬਿਲਕੁਲ ਵੀ ਇਹਨੂੰ ਦੁੱਖ ਨਹੀਂ ਹੋਇਆ, ਬਾਅਦ ਵਿੱਚ ਅਫਸੋਸ ਨਹੀਂ ਹੋਇਆ, ਇਹ ਦਰਬਾਰ ਸਾਹਿਬ ਸਿਰਫ ਤਮਾਸ਼ਾ ਵੇਖਣ ਆਈ ਸੀ। ਮੈਂ ਤਾਂ ਇੱਥੇ ਸੰਗਤ ਨੂੰ ਇਹ ਕਹਾਂਗਾ ਵੀ ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਇਹਨਾਂ ਨੂੰ ਆਪਣੀ ਕੀਤੇ ਦਾ ਅਫਸੋਸ ਨਹੀਂ ਹੁੰਦਾ, ਇਹਨਾਂ ਦਾ ਤਾਂ ਫਿਰ ਸੋਧਾ ਹੀ ਲੱਗਦਾ ਹੁੰਦਾ। ਜਦੋਂ ਇਹਨੇ ਸੰਤਾਂ ਨੂੰ ਖਾੜਕੂ ਕਿਹਾ, ਫਿਰ ਸਿੰਘ ਸਾਹਿਬ ਜੀ ਕਹਿਣ ਲੱਗੇ ਪੰਜਾਬ ਦੇ ਬਾਕੀ ਇਤਿਹਾਸਕ ਗੁਰਦੁਆਰੇ 40 ਤੋਂ ਵੱਧ ਜਿਨ੍ਹਾਂ 'ਤੇ ਤੂੰ ਹਮਲਾ ਕਰਵਾਇਆ ਉੱਥੇ ਤਾਂ ਖਾੜਕੂ ਨਹੀਂ ਸੀਗੇ, ਉੱਥੇ ਫੌਜੀ ਹਮਲਾ ਕਿਉਂ ਕਰਵਾਇਆ? ਹੋਰ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਸਿੱਖ ਰੈਫਰੈਂਸ ਲਾਇਬ੍ਰੇਰੀ, ਉਹ ਜਿਹੜਾ ਕੰਪਲੈਕਸ ਆ ਉਹਦੇ ਉੱਪਰ ਪੂਰਾ ਕਬਜ਼ਾ ਕਰਨ ਤੋਂ ਬਾਅਦ 7 ਜੂਨ ਨੂੰ ਜਾਣ ਬੁੱਝ ਕੇ ਉਹਨਾਂ ਚੀਜ਼ਾਂ ਨੂੰ ਅੱਗ ਲਾਈ ਹੈ, ਤੇਰੀ ਫੌਜ ਨੇ ਜਾਣ ਬੁੱਝ ਕੇ ਤਬਾਹੀ ਕੀਤੀ ਆ ਅਤੇ ਗ੍ਰੰਥਾਂ ਦੇ ਝੋਲੇ ਭਰ ਕੇ ਬੋਰੇ ਭਰ ਭਰ ਕੇ ਤੁਸੀਂ ਇੱਥੋਂ ਲੈ ਗਏ ਹੋ। ਇਹ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ 60 ਸਾਲਾਂ ਦਾ ਕੀਮਤੀ ਰਿਕਾਰਡ, ਲਾਇਬ੍ਰੇਰੀ ਵਿੱਚ ਹੱਥ ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ, ਹੋਰ ਦੁਰਲੱਭ ਖਰੜੇ, ਹੁਕਮਨਾਮੇ ਜੋ ਹੁਣ ਕਰੋੜਾਂ ਰੁਪਏ 'ਚ ਵੀ ਨਹੀਂ ਮਿਲ ਸਕਦੇ, ਸਿੱਖ ਕੌਮ ਦੀ ਮਹਾਨ ਕੀਮਤੀ ਵਿਰਾਸਤ ਸਾੜ ਕੇ ਸਵਾਹ ਕਰਤੀ ਹੈ। ਕਹਿੰਦੇ ਵਿਦੇਸ਼ੀ ਗੋਰੇ, ਖਿਲਜੀ, ਪਠਾਨ, ਮੁਗਲ, ਇਹਨਾਂ ਨੇ ਭਾਰਤ ਦੀਆਂ ਲਾਇਬ੍ਰੇਰੀਆਂ ਸਾੜੀਆਂ ਸੀ, ਪਰ ਸਾਡੀ ਆਜ਼ਾਦ ਦੇਸ਼ ਭਾਰਤ ਦੀ ਸਰਕਾਰ ਹੋ ਤੁਸੀਂ ਅਤੇ ਫੌਜੀਆਂ ਨੇ ਜੋ ਕੀਤਾ ਸਦਾ ਲਈ ਕਲੰਕ ਖੱਟ ਲਿਆ, ਇੱਕ ਦੇ ਲੈਣਾ ਨਹੀਂ।
ਸਿੰਘ ਸਾਹਿਬ ਜੀ ਨੇ ਕਿਹਾ ਵੀ ਤੁਹਾਡੇ ਫੌਜੀ ਪ੍ਰਕਰਮਾਂ 'ਚ ਬੂਟ ਪਾ ਕੇ ਆਏ ਆ, ਇੰਦਰਾ ਨੂੰ ਕਿਹਾ, ਨੰਗੇ ਸਿਰ ਫਿਰਦੇ ਰਹੇ ਆ, ਸਿਗਰਟਾਂ ਪੀਂਦੇ ਰਹੇ ਆ, ਪਵਿੱਤਰ ਸਰੋਵਰ ਦੇ ਜਲ ਨਾਲ ਕੱਪੜੇ ਧੋਂਦੇ ਰਹੇ ਆ। ਇੱਥੇ ਪਹਿਲਾਂ ਰਾਸ਼ਟਰਪਤੀ ਆਇਆ ਸੀ ਗਿਆਨੀ ਜੈਲ ਸਿੰਘ, ਅਤੇ ਉਹਦੇ ਨੋਟਿਸ ਵਿੱਚ ਲਿਆਉਣ 'ਤੇ ਉਹਨੇ ਬੋਰਡ ਲਵਾਏ ਕਿ ਇੱਥੇ ਸਿਗਰਟ ਅਤੇ ਸ਼ਰਾਬ ਪੀਣ ਦੀ ਮਨਾਹੀ ਆ, ਅਤੇ ਤੁਹਾਡੀ ਫੌਜ ਨੇ ਮੁਗਲਾਂ ਤੋਂ ਵੱਧ ਜ਼ੁਲਮ ਕੀਤੇ ਆ ਇੱਥੇ, ਇੰਦਰਾ ਨੂੰ ਗਿਆਨੀ ਜੀ ਨੇ ਫਿਰ ਸਾਫ਼ ਸਾਫ਼ ਕਿਹਾ ਸਿੰਘ ਸਾਹਿਬ ਜੀ ਨੇ ਵੀ ਤੁਹਾਡੇ ਕੋਲ ਸਹੀ ਰਿਪੋਰਟਾਂ ਨਹੀਂ ਪਹੁੰਚਦੀਆਂ, ਮੁਗਲ ਪਠਾਨ ਤਾਂ ਵਿਦੇਸ਼ੀ ਧਾੜ ਵੀ ਸੀਗੇ, ਤੁਸੀਂ ਤਾਂ ਇਹ ਦੇਸ਼ ਦੇ ਹੀ ਸੀਗੇ, ਤੁਸੀਂ ਤਾਂ ਸਾਡੇ ਦੇਸ਼ ਦੇ ਲੋਕ ਸੀਗੇ, ਆਪਣੇ ਸੀ, ਆਪਣੀ ਸਰਕਾਰ ਸੀ ਲੋਕਾਂ ਦੀ, ਲੋਕਾਂ ਨੇ ਤੁਹਾਨੂੰ ਲੋਕਤੰਤਰ ਨਾਲ ਚੁਣਿਆ ਸੀ, ਜੇ ਵਿਦੇਸ਼ੀ ਫੌਜ ਹੁੰਦੀ ਤਾਂ ਸਾਨੂੰ ਦੁੱਖ ਨਾ ਹੁੰਦਾ, ਦੇਖੋ ਤੁਸੀਂ ਕੀ ਕਰਤਾ ਇਹ, ਅਸੀਂ ਵੀ ਇਹ ਦੇਸ਼ ਦਾ ਹਿੱਸਾ ਵਾਂ, ਅਸੀਂ ਵੀ ਇੱਥੇ ਰਹਿੰਦੇ ਹਾਂ, ਇਹ ਪੰਜਾਬ ਆ, ਇਹ ਸਾਡੀ ਆਪਣੀ ਫੌਜ ਸੀਗੀ, ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਕਿੰਨਾ ਕੁਝ ਕੀਤਾ, ਕਿੰਨੇ ਸਿਰ ਦਿੱਤੇ, ਕਿੰਨੀਆਂ ਕੁਰਬਾਨੀਆਂ ਕੀਤੀਆਂ, ਤੁਸੀਂ ਬਦਲੇ ਵਿੱਚ ਕੀ ਦਿੱਤਾ ਸਾਨੂੰ। ਸਿੰਘ ਸਾਹਿਬ ਜੀ ਇਸ ਤਰ੍ਹਾਂ ਫਿਰ, ਕਿਉਂਕਿ ਰੋਸ ਸੀਗਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਏ, ਕਹਿੰਦੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਸਲੂਕ ਕੀਤਾ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ, ਜਿਹੜੀ ਕੌਮ ਦੇਸ਼ ਭਗਤ ਦੇ ਵਫ਼ਾਦਾਰ ਰਹੀ ਆ, ਇੰਨਾ ਮਾੜਾ ਸਲੂਕ ਕੀਤਾ ਤੁਸੀਂ, ਸਾਰੀ ਕੌਮ ਦੇ ਹਿਰਦੇ ਛਲਣੀ ਹੋ ਗਏ। ਸ਼੍ਰੀਮਤੀ ਫਿਰ ਆ ਗਾਂਧੀ ਜਿਹੜੀ ਸੀ ਇਹ ਕਹਿਣ ਲੱਗੀ, ਅਬ ਕਿਆ ਹੋ ਸਕਦਾ ਹੈ, ਤਾਂ ਸਿੰਘ ਸਾਹਿਬ ਜੀ ਕਹਿੰਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਫੌਜ ਜਿਹੜੀ ਲੱਗੀ ਇਹਨੂੰ ਹੁਣੇ ਬਾਹਰ ਭੇਜ ਦੇ। ਫਿਰ ਉਹਨੇ ਕਿਹਾ ਵੀ ਜੈ ਤੋਂ ਮੁਸ਼ਕਲ ਹੋਗਾ, ਜਰਨੈਲ ਨਹੀਂ ਮਾਨਤੇ, ਇਹ ਸਭ ਕੁਝ ਦੇਖ ਕਰ ਸਿੱਖੋ ਕੇ ਜਜ਼ਬਾਤ ਬੜਕੇਂਗੇ। ਸਿੰਘ ਸਾਹਿਬ ਜੀ ਨੇ ਸਲਾਹ ਦਿੱਤੀ ਵੀ ਅੱਜ ਸਵੇਰੇ ਸ਼ਾਮ ਕੁਝ ਘੰਟਿਆਂ ਲਈ ਸੰਗਤਾਂ ਦੇ ਦਰਸ਼ਨਾਂ ਲਈ ਦਰਬਾਰ ਸਾਹਿਬ ਖੋਲ੍ਹ ਦਿਓ। ਗਾਂਧੀ ਨੇ ਫਿਰ ਕਿਹਾ ਵੀ ਮੈਨੂੰ ਜਰਨੈਲਾਂ ਨਾਲ ਗੱਲ ਕਰ ਲੈਣ ਦਿਉ, ਦੋ ਕੁ ਦਿਨ ਮੈਨੂੰ ਦੇ ਦਿਓ। ਐਕਸ਼ਨ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਫੈਸਲਾ ਲਿਆ ਵੀ ਦਰਬਾਰ ਸਾਹਿਬ ਕੋਈ ਆਵੇ ਕਿਸੇ ਨੂੰ ਸਰੋਪਾ ਨਹੀਂ ਦਿੱਤਾ ਜਾਊਗਾ, ਭਾਵੇਂ ਕੋਈ ਰਾਸ਼ਟਰਪਤੀ ਆ ਜੇ, ਭਾਵੇਂ ਪ੍ਰਧਾਨ ਮੰਤਰੀ ਆ ਜੇ, ਕੇਂਦਰੀ ਮੰਤਰੀ ਆ ਜੇ, ਕਿਸੇ ਨੂੰ ਸਰੋਪਾ ਨਹੀਂ ਦੇਣਾ। ਤਾਂ ਜਿਵੇਂ ਅੱਜ ਕੱਲ੍ਹ ਕੋਈ ਵੀ ਮੰਤਰੀ ਜਾਂਦਾ ਉਹਨੂੰ ਸਰੋਪਾ ਦੇ ਦਿੰਦੇ ਆ, ਤਾਂ ਉਦੋਂ ਫਿਰ ਸ਼੍ਰੀਮਤੀ ਇੰਦਰਾ ਗਾਂਧੀ ਆਈ, ਇਹਨੂੰ ਕੋਈ ਸਰੋਪਾ ਨਹੀਂ ਦਿੱਤਾ, ਕਿਉਂਕਿ ਇਹ ਲਾਇਕ ਹੀ ਨਹੀਂ ਸੀਗੇ ਸਰੋਪੇ ਦੇ। ਅਤੇ ਇੱਥੇ ਇੱਕ ਹੋਰ ਬੜੀ ਕੀਮਤੀ ਗੱਲ ਆ, ਉਦੋਂ ਫਿਰ ਬਾਬਾ ਖੜਕ ਸਿੰਘ ਜੀ ਉਹਨਾਂ ਨੂੰ ਸਰਕਾਰੀ ਅਧਿਕਾਰੀਆਂ ਨੇ ਸੁਨੇਹਾ ਦਿੱਤਾ, ਬੇਨਤੀ ਕੀਤੀ ਵੀ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ ਆ ਉਹਨੂੰ ਮਿਲਣ ਆ ਕੇ ਸ਼੍ਰੀ ਦਰਬਾਰ ਸਾਹਿਬ ਆਉਣ। ਬਾਬਾ ਖੜਕ ਸਿੰਘ ਨੇ ਆਪਣੇ ਉੱਤਰ ਅਧਿਕਾਰੀ ਬਾਬਾ ਦਰਸ਼ਨ ਸਿੰਘ ਜੀ ਨੂੰ ਫਿਰ ਉੱਥੇ ਸਿੰਘ ਸਾਹਿਬ ਜੀ ਕਹਿੰਦੇ ਕਿਰਪਾਲ ਸਿੰਘ ਜੀ ਵੀ ਸਾਡੇ ਕੋਲ ਭੇਜਿਆ ਵੀ ਸਿੰਘਾਂ ਦੀ ਪਹਿਲਾਂ ਆਗਿਆ ਲੈ ਕੇ ਆਓ। ਉਹਨਾਂ ਆ ਕੇ ਦੱਸਿਆ ਵੀ ਸਾਨੂੰ ਸਰਕਾਰ ਵੱਲੋਂ ਕਿਹਾ ਗਿਆ ਵੀ ਇੰਦਰਾ ਨੂੰ ਮੈਂ ਮਿਲਾਂ ਜਾ ਕੇ। ਤਾਂ ਬਾਬਾ ਜੀ ਦਰਬਾਰ ਸਾਹਿਬ ਜਾ ਕੇ ਇੰਦਰਾ ਗਾਂਧੀ ਨੂੰ ਮਿਲਣ ਵੀ ਸਿੰਘਾਂ ਦਾ ਫੈਸਲਾ ਕੀ ਆ, ਪੰਜ ਪਿਆਰਿਆਂ ਦਾ ਫੈਸਲਾ ਅਟੱਲ ਹੋ। ਫਿਰ ਕਹਿੰਦੇ ਅਸੀਂ ਕਿਹਾ ਵੀ ਸਾਡਾ ਤਾਂ ਬਾਈਕਾਟ ਆ, ਅਸੀਂ ਤਾਂ ਬਾਬਾ ਜੀ ਨੂੰ ਕਹਾਂਗੇ ਵੀ ਤੁਸੀਂ ਪ੍ਰਧਾਨ ਹੋ ਇੱਥੋਂ ਦੇ, ਵੀ ਤੁਸੀਂ ਜ਼ਾਲਮ ਪ੍ਰਧਾਨ ਮੰਤਰੀ ਨੂੰ ਮਿਲਣਾ ਨਹੀਂ ਹੈਗਾ, ਜਿਹਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਦਰਬਾਰ ਸਾਹਿਬ ਦੀ ਫੌਜ ਤੋਂ ਬੇਅਦਬੀ ਕਰਵਾਈ ਆ, ਇੰਨਾ ਸਾਰਾ ਜ਼ੁਲਮ ਕਰਤਾ, ਉਹਦੇ ਮਲੇਸ਼ ਦੇ ਦਰਸ਼ਨ ਨਾ ਹੀ ਕਰੋ ਤਾਂ ਚੰਗਾ। ਕੁਝ ਦੇਰ ਬਾਅਦ ਫਿਰ ਬਾਬਾ ਦਰਸ਼ਨ ਸਿੰਘ ਜੀ ਆਏ, ਕਹਿਣ ਲੱਗੇ ਵੀ ਅਧਿਕਾਰੀ ਕਹਿੰਦੇ ਆ ਵੀ ਅਸੀਂ ਇੰਦਰਾ ਗਾਂਧੀ ਨੂੰ ਵੀ ਬਾਬਾ ਜੀ ਤੁਹਾਡੇ ਡੇਰੇ 'ਤੇ ਲਿਆਉਂਦੇ ਹਾਂ, ਇਸ ਬਾਰੇ ਤੁਹਾਡਾ ਸਿੰਘ ਸਾਹਿਬਾਨ ਦਾ ਕੀ ਹੁਕਮ। ਅਸੀਂ ਕਿਹਾ ਵੀ ਬਾਬਾ ਜੀ ਉਹਨੂੰ ਕਹੋ ਵੀ ਉਹ ਕਲਹਿਣੀ ਇੰਦਰਾ ਗਾਂਧੀ ਜਿਹੜੀ ਆ ਉਹਨੂੰ ਡੇਰੇ ਵੀ ਨਹੀਂ ਆਉਣ ਦੇਣਾ ਆਪਦੇ, ਨਾ ਉਹਨੂੰ ਦਰਸ਼ਨ ਦਿਓ, ਨਾ ਉਹਦੇ ਨਾਲ ਗੱਲ ਕਰੋ, ਨਹੀਂ ਤਾਂ ਤੁਸੀਂ ਕੌਮ 'ਚ ਬਦਨਾਮ ਹੋ ਜਾਓਗੇ, ਵੀ ਤੁਹਾਡਾ ਕੌਮ 'ਚ ਬਣਿਆ ਸਤਿਕਾਰ ਘੱਟ ਜਾਵੇਗਾ,
ਇਹ ਰਾਏ ਸਾਡੀ ਫਿਰ ਗਿਆਨੀ ਜੀ ਕਹਿੰਦੇ ਬਾਬਾ ਜੀ ਨੇ ਮੰਨ ਲਈ। ਯਾਨੀ ਕਿਰਪਾਲ ਸਿੰਘ ਜੀ ਕਹਿੰਦੇ ਵੀ ਇੰਦਰਾ ਗਾਂਧੀ ਨੂੰ ਆਪਦੇ ਡੇਰੇ ਆਉਣ ਤੋਂ ਉਹਨਾਂ ਨੇ ਰੋਕਤਾ, ਅਤੇ ਇਹ ਖਬਰ ਜਿਹੜੀ ਆ ਉਹਦੇ ਨਾਲ ਬਾਬਾ ਜੀ ਦੀ ਸਿੱਖ ਜਗਤ ਵਿੱਚ ਬਹੁਤ ਸੋਭਾ ਹੋਈ, ਬਹੁਤ ਜ਼ਿਆਦਾ ਸੋਭਾ ਹੋਈ। ਬਾਅਦ ਵਿੱਚ ਬਾਬਾ ਜੀ ਨੇ ਕਿਹਾ ਵੀ ਸਿੰਘ ਸਾਹਿਬਾਨਾਂ ਨੇ ਠੀਕ ਰਹਿ ਦਿੱਤੀ ਸੀ ਮੈਨੂੰ, ਵੀ ਉਹ ਪੰਜ ਪਿਆਰਿਆਂ ਦਾ ਫੈਸਲਾ ਸਹੀ ਸੀਗਾ, ਕਿਉਂਕਿ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਵੀ ਕਹਿੰਦੇ ਰਹੇ ਔਰੰਗਜ਼ੇਬ ਦੇ ਅਸੀਂ ਮੱਥੇ ਨਹੀਂ ਲੱਗਣਾ, ਨੈ ਮਲੇਸ਼ ਕੋ ਦਰਸ਼ਨ ਦੇ ਹੈ। ਇਹੋ ਜਿਹੇ ਮਲੇਸ਼ ਬੰਦਿਆਂ ਨੂੰ ਦਰਸ਼ਨ ਨਹੀਂ ਦੇ ਸਕਦੇ ਅਸੀਂ, ਇਹਨਾਂ ਦੇ ਮੱਥੇ ਨਹੀਂ ਲੱਗਣਾ। ਤਾਂ ਉਹੀ ਸਿੰਘ ਸਾਹਿਬਾਨ ਕਹਿੰਦੇ ਵੀ ਦੇਖੋ ਵੀ ਤੁਹਾਡੇ ਫੈਸਲੇ 'ਤੇ ਅੱਜ ਪੰਥ ਵੀ ਖੁਸ਼ ਆ, ਹਰ ਸਿੱਖ ਖੁਸ਼ ਆ। ਇਸ ਤਰ੍ਹਾਂ ਫਿਰ ਉੱਥੇ ਹੋਇਆ ਗੁਰਮੁਖ ਪਿਆਰਿਓ, ਇੰਦਰਾ ਨੂੰ ਮਿਲਣ ਤੋਂ ਬਾਬਾ ਖੜਕ ਸਿੰਘ ਨੇ ਸਾਫ਼ ਇਨਕਾਰ ਕਰਤਾ, ਨਾ ਤਾਂ ਉਹ ਮਿਲਣ ਦਰਬਾਰ ਸਾਹਿਬ ਆਏ ਆ, ਨਾ ਹੀ ਆਪਦੇ ਡੇਰੇ ਆਉਣ ਦਿੱਤਾ। ਇਹ ਬਾਬਾ ਖੜਕ ਸਿੰਘ ਜੀ ਵਿੱਚ ਕਾਰ ਸੇਵਾ ਵਾਲੇ ਸੀਗੇ, ਇੰਨਾ ਜ਼ਿਆਦਾ ਹੌਂਸਲਾ ਸੀਗਾ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਵੀ ਜਦੋਂ 8 ਜੂਨ ਨੂੰ ਰਾਸ਼ਟਰਪਤੀ ਜੈਲ ਸਿੰਘ ਦਰਬਾਰ ਸਾਹਿਬ ਆਪਣੀ ਫੌਜ ਦੀ ਬਹਾਦਰੀ ਵੇਖਣ ਆਇਆ ਨਾ ਵੀ ਦੇਖਾਂ ਜਾ ਕੇ, ਉਦੋਂ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਮਿਲਣ ਉਹਨਾਂ ਦੇ ਡੇਰੇ ਚਲਾ ਗਿਆ। ਬਾਬਾ ਜੀ ਇਹਦੇ ਨੇੜੇ ਹੋਏ ਅਤੇ ਇਹ ਵੀ ਥੋੜ੍ਹਾ ਜਿਹਾ ਨੇੜੇ ਨੂੰ ਆਇਆ, ਬਾਬਾ ਜੀ ਨੇ ਰੋਹ ਵਿੱਚ ਆ ਕੇ ਖਿੱਚ ਕੇ ਮੂੰਹ 'ਤੇ ਥੱਪੜ ਮਾਰਿਆ ਇਹਦੇ, ਅਤੇ ਕਿਹਾ ਸੀ ਹੁਣ ਕੀ ਲੈਣ ਆਇਆ, ਤੇਰੇ ਹੁੰਦਿਆਂ ਸੰਗਤ ਦੇ ਉੱਪਰ ਗੁਰੂ ਘਰ ਦੇ ਉੱਪਰ ਏਡਾ ਕਹਿਰ ਢਾਇਆ ਗਿਆ, ਤੂੰ ਕੀ ਕਰਦਾ ਸੀ, ਤੂੰ ਤੜਫ ਤੜਫ ਕੇ ਮਰੇਗਾ, ਕੀੜੇ ਪੈਣਗੇ ਤੇਰੇ। ਰਾਸ਼ਟਰਪਤੀ ਬਿਨਾਂ ਕੋਈ ਹਿੱਲ ਜੁੱਲ ਕੀਤਿਆਂ ਵਾਪਸ ਮੁੜ ਗਿਆ। ਮੇਰੇ ਕਹਿਣ ਦਾ ਭਾਵ ਇਹ ਆ ਕਿ ਬਾਬਾ ਜੀ ਵਿੱਚ ਜ਼ੁਰਤ ਬਹੁਤ ਜ਼ਿਆਦਾ ਸੀਗੀ, ਬਹੁਤ ਜ਼ਿਆਦਾ ਜ਼ੁਰਤ ਦੇ ਨਾਲ ਉਹਨਾਂ ਨੇ ਥੱਪੜ ਮਾਰਿਆ ਸੀ, ਡਰੇ ਨਹੀਂ। ਰਾਸ਼ਟਰਪਤੀ ਦੇ ਥੱਪੜ ਮਾਰਨਾ ਕੋਈ ਆਮ ਗੱਲ ਤਾਂ ਹੈ ਨਹੀਂ। ਇਸ ਤਰ੍ਹਾਂ ਸਮੇਂ ਦੇ ਹਿਸਾਬ ਨਾਲ ਫਿਰ ਬਾਬਾ ਖੜਕ ਸਿੰਘ ਜੀ ਦੇ ਬਚਨ ਪੂਰੇ ਹੋਏ, ਇਹ ਸਰਕਾਰੀ ਰਾਸ਼ਟਰਪਤੀ ਦਾ ਜੈਲ ਸਿੰਘ ਦਾ ਫਿਰ ਜਿਹੜਾ ਸੀਗਾ ਉਹ ਆਪਾਂ ਕਹਿੰਦੇ ਐਕਸੀਡੈਂਟ ਹੋ ਗਿਆ, ਤੁਸੀਂ ਜਾਣਦੇ ਹੋਵੋਗੇ। 27-28 ਦਿਨ PGI ਵਿੱਚ ਤੜਫਦਾ ਰਿਹਾ, ਫਿਰ ਹੌਲੀ 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 ਇਹਦੀ ਮੌਤ ਹੋ ਗਈ ਆ। ਅਤੇ ਗੁਰੂ ਮਹਾਰਾਜ ਦੇ ਬਚਨ ਆ ਨਾ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ। ਮਹਾਰਾਜ ਜੀ ਦੇ ਬਚਨ ਵੀ ਸੱਚੇ ਹੋਣੇ ਹੁੰਦੇ ਆ। ਤਾਂ ਜਿਹੜੇ ਜਿਹੜੇ ਵੀ ਇਨਵੋਲਵ ਸੀਗੇ ਹਰਿਮੰਦਰ ਸਾਹਿਬ ਦੀ ਦਰਬਾਰ ਸਾਹਿਬ ਦੀ ਬੇਅਦਬੀ ਕਰਾਉਣ ਦੇ ਵਿੱਚ, ਸਭ ਨੂੰ ਸਜ਼ਾ ਮਿਲੀ ਆ, ਭਾਵੇਂ ਉਹ ਰਾਸ਼ਟਰਪਤੀ ਸੀ ਅਤੇ ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ, ਕੋਈ ਵੀ ਹੋਵੇ, ਇਹਨਾਂ ਦੇ ਹੱਥ ਸੀਗਾ, ਰੋਕ ਸਕਦੇ ਸੀ। ਅਤੇ ਇੱਕ ਬਹਾਨੇ ਹੁੰਦੇ ਆ, ਸਾਨੂੰ ਨਜ਼ਰਬੰਦ ਕਰਤਾ, ਸਾਨੂੰ ਇਸ ਤਰ੍ਹਾਂ ਕਰਤਾ, ਇਹ ਇੱਕ ਬਹਾਨੇਬਾਜ਼ੀਆਂ ਹੁੰਦੀਆਂ, ਟਾਲ ਮਟੋਲੇ ਹੁੰਦੇ ਆ। ਅਤੇ ਸੰਗਤ ਜੀ, ਇਹ ਜਿਹੜੀਆਂ ਚਪੇੜਾਂ, ਇਹਦਾ ਵੀ ਇਹ ਲੰਮਾ ਸਿੱਖ ਇਤਿਹਾਸ ਹੀ ਆ। ਭਗਵਾਨ ਚੰਦ ਘੇਰੜ ਨੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗਾਲਾਂ ਕੱਢੀਆਂ, ਬਾਬਾ ਵਿਧੀ ਚੰਦ ਜੀ ਨੇ ਚਪੇੜਾਂ ਮਾਰੀਆਂ ਉਹਦੇ, ਉਹ ਦੁਸ਼ਟ ਟਲਿਆ ਨਹੀਂ, ਫਿਰ ਸਿੱਖਾਂ ਨੇ ਉਹਦੀ ਸੇਵਾ ਵੀ ਕੀਤੀ, ਘੇਰੜ ਦੀ ਮੌਤ ਹੋਈ, ਇਸੇ ਕਰਕੇ ਹਰਗੋਬਿੰਦਪੁਰ ਦੀ ਜੰਗ ਵੀ ਹੋਈ ਆ। ਫਿਰ ਅੱਗੇ 6ਵੇਂ ਗੁਰੂ ਸਾਹਿਬ ਜੀ ਦਾ ਪਾਲਿਆ ਹੋਇਆ ਪੈਂਦੇ ਖਾਂ ਜਦੋਂ ਲੂਣ ਹਰਾਮੀ ਬਣਿਆ ਨਾ, ਤਾਂ ਬਾਬਾ ਵਿਧੀ ਚੰਦ ਜੀ ਨੇ ਚਪੇੜਾ ਮਾਰ ਮਾਰ ਭਜਾਇਆ ਸੀ। ਸ਼੍ਰੀ ਕਰਤਾਰਪੁਰ ਸਾਹਿਬ ਤੋਂ ਫਿਰ 4ਥੀ ਜੰਗ ਹੋਈ ਸੀ ਉਦੋਂ, ਘੱਲੂਘਾਰੇ ਤੋਂ ਬਾਅਦ 8 ਜੂਨ ਦੀ ਗੱਲ ਆ। ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ, ਇਹ ਵੀ ਦੇਖੋ ਜੋ ਤੁਹਾਨੂੰ ਮੈਂ ਇੱਥੇ ਸਰਵਣ ਕਰਵਾਇਆ, ਇਹ ਸੇਵਾ ਵਾਲੇ ਸੀਗੇ, ਕਾਰ ਸੇਵਾ ਵਾਲੇ, ਇਹਨਾਂ ਨੇ ਰਾਸ਼ਟਰਪਤੀ ਜੈਲ ਸਿੰਘ ਦੇ ਮੂੰਹ 'ਤੇ ਚਪੇੜ ਮਾਰੀ, ਕਿੱਡੀ ਵੱਡੀ ਗੱਲ। ਫਿਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ ਬੀਬੀ ਬਿਮਲ ਕੌਰ ਬਾਰੇ ਵੀ ਤੁਸੀਂ ਸੁਣਿਆ ਹੋਣਾ, ਉਹਨਾਂ ਨੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲੇ ਦੇ ਚਪੇੜ ਮਾਰ ਕੇ ਉਹਨੂੰ ਪ੍ਰਕਰਮਾ 'ਚੋਂ ਬਾਹਰ ਕੱਢਿਆ ਸੀ।
ਇਸ ਕਰਕੇ ਆ ਪਿੱਛੇ ਜੇ 2011 ਦੀ ਗੱਲ ਹੀ ਆ ਵੀ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਸ਼ਿਵ ਸੈਨਾ ਦੇ ਨਿਸ਼ਾਤ ਸ਼ਰਮੇ ਦੇ ਮੂੰਹ 'ਤੇ ਚਪੇੜ ਮਾਰੀ ਸੀ ਅਤੇ ਉਹਦਾ ਬੂਥਾ ਭੰਨ ਕੇ ਰੱਖਿਆ ਸੀ ਸਭ ਜਾਣਦੇ। ਆਹ ਹੁਣ 6 ਜੂਨ ਨੂੰ ਕੁਲਵਿੰਦਰ ਕੌਰ ਜਿਹੜੀ ਭੈਣ ਆ ਉਹਨੇ ਕੰਗਣਾ ਰਣੌਤ ਉਹਦੇ ਥੱਪੜ ਮਾਰਤਾ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਪਹਿਲਾਂ ਤੋਂ ਹੀ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਜ਼ੁਰਤ ਵਾਲੇ ਆਪਣੇ ਸਿੱਖ ਕੌਮ ਵਿੱਚ ਪਹਿਲਾਂ ਤੋਂ ਹੀ ਆ। ਚੱਲਦੀ ਹੋਈ ਕਾਨਫਰੰਸ ਦੇ ਵਿੱਚ ਕਮਲ ਸਿੰਘ ਧਾਮੀ ਨੇ ਬੁੱਚੜ ਗਿੱਲ ਦੇ ਚਪੇੜ ਮਾਰਤੀ ਸੀ ਤਾਂ ਇਹ ਜੋ ਸਭ ਕੁਝ ਹੋਇਆ ਇਹ ਕਰਨੀ ਦਾ ਫਲ ਤਾਂ ਬੰਦੇ ਨੂੰ ਮਿਲਦਾ ਹੀ ਆ ਨਾ। ਇਹ ਰਾਸ਼ਟਰਪਤੀ ਜੈਲ ਸਿੰਘ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਪਤਾ ਨਹੀਂ ਇਹਨੇ ਨਾਟਕ ਕੀਤਾ ਹੋਣਾ ਫੁੱਟ ਫੁੱਟ ਕੇ ਰੋਣ ਦਾ, ਤਾਂ ਵੈਸੇ ਜਦੋਂ ਆਇਆ ਤਾਂ ਇਹਦੀ ਅਚਕਨ 'ਤੇ ਗੁਲਾਬ ਦਾ ਫੁੱਲ ਲੱਗਾ ਸੀਗਾ ਵੀ ਦੇਖੋ ਇੱਕ ਪਾਸੇ ਦਰਬਾਰ ਸਾਹਿਬ ਦੀ ਬੇਅਦਬੀ ਹੋ ਰਹੀ ਹੋਵੇ ਆਪਾਂ ਫੁੱਲ ਲਾ ਲਾ ਕੇ ਜਾਈਏ ਇਹਨੂੰ ਆਪਾਂ ਕੀ ਕਹਾਂਗੇ, ਇਹਦਾ ਫੈਸਲਾ ਸੰਗਤ ਕਰੇ। ਸੱਚ ਕਰਕੇ ਜਾਣਿਓ ਦੁਨੀਆ ਪਖੰਡਾਂ ਦੀ ਭਰੀ ਪਈ ਆ, ਕਈ ਰੋ ਰੋ ਕੇ ਇਸ ਤਰ੍ਹਾਂ ਮਗਰਮੱਛ ਦੇ ਜਿਹੜੇ ਹੰਝੂ ਹੁੰਦੇ ਆ ਉਹ ਦਿਖਾਉਂਦੇ ਹੁੰਦੇ ਆ, ਉਹਨਾਂ ਦੇ ਅੰਦਰ ਕੋਈ ਸਿੱਖ ਕੌਮ ਦਾ ਦਰਦ ਨਹੀਂ ਹੁੰਦਾ। ਤਾਂ ਇੰਦਰਾ ਨੂੰ ਸਾਹ ਮਿਲਣ ਤੋਂ ਬਾਬਾ ਜੀ ਨੇ ਕਾਰ ਸੇਵਾ ਵਾਲੇ ਜਿਹੜੇ ਸੀ ਉਹਨਾਂ ਨੇ ਸਾਹ ਮਨ੍ਹਾ ਕਰ ਦਿੱਤਾ। ਹੁਣ ਬਹੁਤ ਸਾਰੇ ਵਿਦਵਾਨਾਂ ਦਾ ਕਹਿਣਾ ਵੀ ਇਹ ਸਰਕਾਰ ਦੀ ਇੱਕ ਮਿਥੀ ਸਾਜਿਸ਼ ਦੇ ਅਧੀਨ ਹਮਲਾ ਕੀਤਾ ਗਿਆ ਵੀ ਦੇਸ਼ ਦੀ ਬਹੁ ਗਿਣਤੀ ਨੂੰ ਖੁਸ਼ ਕੀਤਾ ਜਾ ਸਕੇ, ਸਿੱਖਾਂ ਨੂੰ ਚੰਗੀ ਤਰ੍ਹਾਂ ਦਬਾ ਦਿੱਤਾ ਜਾਵੇ। ਸਰਕਾਰ ਨੇ ਜੇਕਰ ਸੰਤ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੂੰ ਫੜਨਾ ਹੁੰਦਾ ਉਹ ਦਿਨ ਵੇਲੇ ਸਾਰਾ ਸਮਾਂ ਲੰਗਰ ਦੀ ਇਮਾਰਤ ਉੱਤੇ ਹੀ ਰਹਿੰਦੇ, ਸਵਾ ਲਾਉਂਦੇ ਸੀਗੇ, ਆਪਣੇ ਸਾਥੀਆਂ ਨੂੰ ਉਪਦੇਸ਼ ਕਰਦੇ ਸੀ। ਕਰਫਿਊ ਤਾਂ ਅੰਮ੍ਰਿਤਸਰ ਲੱਗਾ ਹੀ ਰਹਿੰਦਾ ਸੀਗਾ, ਕਰਫਿਊ ਸਮੇਂ ਕਿਸੇ ਵੇਲੇ ਅਚਾਨਕ ਲੰਗਰ ਇਮਾਰਤ ਨੂੰ ਘੇਰਾ ਪਾ ਕੇ ਉਹਨਾਂ ਨੂੰ ਫੜਿਆ ਜਾ ਸਕਦਾ ਸੀਗਾ, ਜਿਵੇਂ ਮਰਜ਼ੀ ਫੜ ਲੈਂਦੇ ਬੜੇ ਤਰੀਕੇ ਸੀਗੇ, ਜਾਂ ਜਿਵੇਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਜਦੋਂ ਮਹਿਤਾ ਚੌਂਕ ਆਉਂਦੇ ਸੀਗੇ। ਇਸ ਕਰਕੇ ਇਹ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਹਮਲਾ ਕੀਤਾ ਇੱਕ ਸਾਜਿਸ਼ ਸੀਗੀ ਵੱਡੀ। ਇਹ ਫਿਰ ਉਹ ਫੌਜੀਆਂ ਨੇ ਕੰਪਲੈਕਸ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਉਹ ਬੇਅਦਬੀ ਕੀਤੀ ਆ ਅਤੇ ਸੇਵਾਦਾਰ ਜਿਹੜੇ ਸੀ ਉਹਨਾਂ ਦੇ ਮਕਾਨਾਂ ਵਿੱਚੋਂ ਕੀਮਤੀ ਸਮਾਨ ਲੁੱਟਿਆ, ਵੱਡੇ ਵੱਡੇ ਪਲੰਘ, ਫਰਿੱਜ, ਟੈਲੀਵਿਜ਼ਨ, ਫਰਨੀਚਰ ਇਹਨਾਂ ਨੂੰ ਗੋਲੀਆਂ ਮਾਰ ਕੇ ਤੋੜ ਕੇ ਭੰਨਿਆ, ਇਹ ਕੀ ਆਪਾਂ ਕਹਿ ਸਕਦੇ ਹਾਂ। ਫਿਰ ਜਿਹੜੀਆਂ ਦੁਕਾਨਾਂ ਨੇ ਬਾਜ਼ਾਰ ਦੇ ਵਿੱਚ, ਪਾਪੜ ਬਾਜ਼ਾਰ, ਕਾਠੀ ਆਟਾ ਮੰਡੀ, ਚੌਂਕ ਦਰਬਾਰ ਸਾਹਿਬ ਤੋਂ ਕੌਲਸਾਰ ਤੱਕ ਜਿਹੜੇ ਜਿਹੜੇ ਬਾਜ਼ਾਰ ਆ ਉਹਦੇ ਵਿੱਚ ਕੋਈ ਦੁਕਾਨ ਹੂ ਕਰਮਾ ਨਾ ਬਚ ਗਈ, ਨਹੀਂ ਬਹੁਤੀਆਂ ਦੁਕਾਨਾਂ ਦਾ ਇਹਨਾਂ ਨੇ ਨੁਕਸਾਨ ਕਰਤਾ। ਸਿੰਘ ਸਾਹਿਬਾਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਭਾਈ ਇਹਦਾ ਮੁਆਵਜ਼ਾ ਦਿਓ ਇਹਨਾਂ ਨੂੰ, ਇਹਨਾਂ ਨੂੰ 100% ਨਹੀਂ ਤਾਂ 50% ਤਾਂ ਜ਼ਰੂਰ ਮਿਲਣਾ ਚਾਹੀਦਾ। ਇਸ ਕਰਕੇ ਵੀ ਅੰਤ ਨੂੰ ਸਰਕਾਰ ਨੇ ਉਹਨਾਂ ਲੋਕਾਂ ਤੋਂ ਕਲੇਮ ਮੰਗ ਲਏ ਜਿਨ੍ਹਾਂ ਦਾ ਇਸ ਐਕਸ਼ਨ ਸਮੇਂ ਨੁਕਸਾਨ ਹੋਇਆ ਸੀ, ਪਰ ਸਰਕਾਰ ਨੇ ਕਿਹਾ ਵੀ ਕੰਪਲੈਕਸ ਦੀ ਪ੍ਰਕਰਮਾ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿੱਛੇ ਜਿਹੜਾ ਦਰਬਾਰ ਸਾਹਿਬ ਦੇ ਕਰਮਚਾਰੀ ਅਤੇ ਮੁਲਾਜ਼ਮਾਂ ਨੂੰ ਇਹ ਮੁਆਵਜ਼ਾ ਨਹੀਂ ਮਿਲੇਗਾ, ਕਿਉਂਕਿ ਸਰਕਾਰ ਦੇ ਖਿਆਲ ਵਿੱਚ ਸਾਰੇ ਹੀ ਖਾੜਕੂ ਸੀਗੇ। 25 ਜੂਨ ਨੂੰ ਇਹ ਕਲੇਮ ਲੈਣ ਦਾ ਜਿਹੜਾ ਅੰਤਲਾ ਦਿਨ ਸੀਗਾ ਉੱਥੇ ਫਿਰ, ਅਤੇ ਇਹ ਜਿਹੜਾ ਮੁਆਵਜ਼ਾ ਵਾ ਉਹਦੇ ਫਾਰਮ ਵੀ ਭਰੇ ਗਏ, ਲੋਕਾਂ ਵੱਲੋਂ ਕਲੇਮ ਵੀ ਮੰਗੇ ਗਏ, ਪਰ ਉਹ ਸਾਰੇ ਰੱਦ ਕਰਤੇ ਸੀਗੇ। ਤਾਂ ਕਹਿਣ ਦਾ ਭਾਵ ਪੂਰੀ ਤਰ੍ਹਾਂ ਕਲੇਮ ਵੀ ਸਿੱਖ ਸੰਗਤਾਂ ਨੂੰ ਉਹਨਾਂ ਦੇ ਹੋਏ ਨੁਕਸਾਨ ਦਾ ਮਿਲਿਆ ਨਹੀਂ, ਇਹਨੂੰ ਇੱਕ ਵਧੀਕੀ ਕਿਹਾ ਜਾ ਸਕਦਾ। ਇਸ ਤਰ੍ਹਾਂ ਇਹ ਦਰਬਾਰ ਸਾਹਿਬ ਜੀ 'ਤੇ ਹਮਲਾ ਸਿੱਖਾਂ ਦੇ ਦਿਲ ਉੱਪਰ ਹਮਲਾ ਸੀਗਾ ਗੁਰਮੁਖ ਪਿਆਰਿਓ, ਜਿਹਦੇ ਰੋਸ ਵਜੋਂ ਬਹੁਤ ਹੀ ਪਿਆਰੇ ਭਗਤ ਪੂਰਨ ਸਿੰਘ ਜੀ ਨੇ ਪਦਮ ਸ਼੍ਰੀ ਅਵਾਰਡ ਆਪਣਾ ਜਿਹੜਾ ਉਹਨਾਂ ਨੂੰ ਮਿਲਿਆ ਸੀਗਾ ਸਰਕਾਰ ਵੱਲੋਂ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਉਹਨਾਂ ਨੇ ਇੰਨੀ ਸੇਵਾ ਕੀਤੀ ਆ ਉਹ ਉਹਨਾਂ ਨੇ ਵਾਪਸ ਕਰਤਾ ਸੀ।
ਕਹਿੰਦੇ ਇਹੋ ਜਿਹੀ ਸਰਕਾਰ ਜਿਹਨੇ ਸਾਡੇ ਦਿਲ ਉੱਪਰ ਹਮਲਾ ਕੀਤਾ ਹੋਵੇ ਉਹਦਾ ਅਵਾਰਡ ਮੈਂ ਵਾਪਸ ਕਰਦਾ। ਫਿਰ ਹੌਲੀ ਹੌਲੀ ਸਿੰਘ ਸਾਹਿਬਾਨਾਂ ਦੇ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਜਦੋਂ ਤੱਕ ਬਣ ਕੇ ਤਿਆਰ ਨਹੀਂ ਹੋ ਜਾਂਦੀ ਉਹਨਾਂ ਚਿਰ ਵਾਸਤੇ ਧਾਰਮਿਕ ਜਿਹੜੀ ਮਰਿਆਦਾ ਸੀਗੀ ਉਸੇ ਤਰ੍ਹਾਂ ਚਲਾਉਣ ਵਾਸਤੇ ਝੰਡਾ ਬੁੰਗਾ ਡਿਓੜੀ ਦੇ ਸੱਜੇ ਖੱਬੇ ਪਾਸਿਆਂ ਦੇ ਹੇਠਲੇ ਅਤੇ ਉੱਪਰਲੇ ਕਮਰੇ ਵਰਤੋਂ ਵਿੱਚ ਲਿਆਂਦੇ ਗਏ ਆ। ਇਸ ਤਰ੍ਹਾਂ ਫਿਰ ਉੱਥੇ ਅੰਮ੍ਰਿਤ ਪ੍ਰਚਾਰ ਸਮਾਗਮ ਜਿਹੜੇ ਆ ਉਹਨਾਂ ਸਮਾਂ ਕੀਤੇ ਗਏ ਆ। ਹੌਲੀ ਹੌਲੀ ਫਿਰ ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਮੁੜ ਤੋਂ ਹੋਣ ਲੱਗੀ ਆ। ਫਿਰ ਸਰਕਾਰ ਨੇ ਹੋਰ ਵੀ ਬਹੁਤ ਕੁਝੀਆਂ ਚਾਲਾਂ ਚੱਲੀਆਂ ਜਿਨ੍ਹਾਂ 'ਤੇ ਬਾਣਾ ਪਾਇਆ ਹੁੰਦਾ ਸੀ। ਅੰਮ੍ਰਿਤਧਾਰੀ ਹੁੰਦੇ ਸੀਗੇ ਬਾਣਾ ਪਾਉਣ ਵਾਲੇ ਨਿਰਦੋਸ਼ ਸਿੰਘ, ਉਹਨਾਂ ਨੂੰ ਫੜਿਆ ਜਾਂਦਾ ਸੀ ਸਰਕਾਰ ਵੱਲੋਂ। ਐਵੇਂ ਫਿਰ ਅੱਲੇ ਜ਼ਖਮਾਂ 'ਤੇ ਲੂਣ ਛਿੜਕਣ ਵਾਲਾ ਕੰਮ ਸੀ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ। ਬਹੁਤ ਸਾਰੇ ਬਜ਼ੁਰਗ ਇਹਦੇ ਬਾਰੇ ਜਾਣਦੇ ਆ। ਤਾਂ ਇੰਦਰਾ ਗਾਂਧੀ ਅਤੇ ਰਾਸ਼ਟਰਪਤੀ ਜੈਲ ਸਿੰਘ, ਉਹਨਾਂ ਨੂੰ ਖੜਕ ਸਿੰਘ ਬਾਬਾ ਜੀ ਨੇ ਕਾਰ ਸੇਵਾ ਵਾਲਿਆਂ ਨੇ ਕਿਵੇਂ ਜਵਾਬ ਦਿੱਤਾ, ਕਿਸ ਤਰ੍ਹਾਂ ਥੱਪੜ ਮਾਰਿਆ, ਤੁਸੀਂ ਸਰਵਣ ਕਰ ਲਿਆ। ਇਹ ਥੱਪੜ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੀ ਆ, ਜਿਹਨੂੰ ਮੁੜ ਤੋਂ ਬੀਬੀ ਕੁਲਵਿੰਦਰ ਕੌਰ ਨੇ ਫਿਰ ਤੋਂ ਦੁਹਰਾ ਦਿੱਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਕੌਮ ਦੇ ਵਿੱਚ ਜਿਹੜੀਆਂ ਬੀਬੀਆਂ ਹਨ ਉਹਨਾਂ ਦੇ ਜਜ਼ਬੇ ਨੂੰ ਵੀ ਮਹਾਨ ਆ। ਫਿਰ ਨਹੀਂ ਬੰਦਾ ਵੇਖਦਾ ਕਿ ਉਹਦੀ ਕਿਹੜੀ ਡਿਊਟੀ ਆ, ਕੀ ਉਹਦੀ ਨੌਕਰੀ ਆ। ਫਿਰ ਤਾਂ ਜਦੋਂ ਅਣਖ 'ਤੇ ਗੱਲ ਆ ਜਾਂਦੀ ਆ, ਬੰਦਾ ਸਭ ਕੁਝ ਦਾਅ 'ਤੇ ਲਾ ਦਿੰਦਾ, ਆਪਣੇ ਸਰੀਰ ਨੂੰ ਵੀ ਫੀਤਾ ਫੀਤਾ ਕਰ ਦਿੰਦਾ, ਫਿਰ ਨੌਕਰੀਆਂ ਨਹੀਂ ਦੇਖੀਆਂ ਜਾਂਦੀਆਂ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਉਹਦੇ 'ਤੇ ਹਮਲਾ ਤਾਂ ਮੈਨੂੰ ਇੰਝ ਲੱਗਾ ਜਿਵੇਂ ਮੇਰੇ ਆਪਣੇ ਜਿਸਮ 'ਤੇ ਸਰੀਰ 'ਤੇ ਹਮਲਾ ਹੈ, ਉਹਦੇ 'ਤੇ ਸਾਰਾ ਕੁਝ ਚੱਲਿਆ। ਮੈਂ ਉਹ ਹੀ ਵੇਖਿਆ, 9 ਤਾਰੀਖ ਨੂੰ ਲਿਖੀ, ਰੋਂਦਿਆਂ ਹੀ ਰੋਂਦਿਆਂ ਹੀ। ਨਵਾਂ ਘੱਲੂਘਰ ਆ ਉਹਦਾ ਨਾਂ ਹੈ, 9 ਜੂਨ 84। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ, ਅੱਜ ਤਪਦੀ ਭੱਠੀ ਬਣ ਗਈ ਅਤੇ ਉਹ ਵੀ ਵੇਖ ਅਸੀਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਅਤੇ ਪੀਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾਂ 'ਚੋਂ ਚੁੰਘਦੇ ਮੇਰੇ ਬੱਚੇ ਲਹੂ ਅਤੇ ਦੁੱਖ, ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ, ਅੱਜ ਚੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦੀਆਂ ਵਾਲੀ ਦੱਖ, ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਚਾਤ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ, ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਠ, ਜਿੱਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਠ, ਮੇਰੇ ਬੁਰਜ ਮਨਾਰੇ ਢਾ ਦਿੱਤੇ, ਢਾ ਦਿੱਤਾ ਤਖ਼ਤ ਅਕਾਲ,
ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁੱਛੜ ਅੰਨੀਆਂ ਗੋਲੀਆਂ ਪੁੰਨ ਸੁੱਟੇ ਮੇਰੇ ਪੁੱਤ ਮੇਰਾ ਜੋੜਾ ਰਾਗ ਸੁਹਾਗ ਦਾ ਹੋਇਆ ਇੱਦਾਂ ਲੀਰੋ ਲੀਰ ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ 'ਤੇ ਰਤਾ ਨਮੈਲ ਪਰ ਕੋਈ ਨਾ ਉਹਨੂੰ ਬੌੜਿਆ ਉਹਨੂੰ ਵੈਰੀਆਂ ਮਾਰਿਆ ਘੇਰ ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੇ ਲੂਹ ਲੂਹ 'ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੋ ਪੈਰ ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਵਣ ਜ਼ਹਿਰ ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਹਰ ਬਾਂਹ ਇੱਕ ਇੱਕ ਲਹਿਰ ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ੍ਹ ਜਦੋਂ ਭਾਰੀ ਬਣੀ ਏ ਮਾਂ 'ਤੇ ਮੇਰੇ ਪੁੱਤਰ ਆਏ ਚੜ੍ਹ ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ ਮੇਰਾ ਡੁੱਬਿਆ ਸੂਰਜ ਚੜ੍ਹੇਗਾ ਉੜਕ ਮੁੱਕੇਗੀ ਰਾਤ
क्या कर रहा है।